ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਮਤਿ ਵੈਦਿਕ ਪ੍ਰਣਾਲੀ ਚੈਨਲ ਤੇ ਪੋਥੀ ਪਰਮੇਸ਼ਰ ਕਾ ਥਾਨ ਵਿੱਚ ਦਰਜ ਜਪ ਸਿਰਲੇਖਿਤ ਜੋ ਗੁਰਬਾਣੀ ਹੈ ਉਸ ਦੀ 18ਵੀਂ ਪੌੜੀ ਦੀ ਵਿਚਾਰ ਲੈ ਕੇ ਹਾਜ਼ਰ ਹੋਏ ਹਾਂ ਇਸ ਪੌੜੀ ਵਿੱਚ ਅ ਪਿਛੋਂ ਪ੍ਰਕਰਣ ਚੱਲ ਆ ਰਿਹਾ ਹੈ ਕਿ ਇਸ ਤੋਂ ਪਿਛਲੀ ਪੌੜੀ 'ਚ ਲਿਖਿਆ ਸੀ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖੀ ਵੇਦ ਪਾਠ ਜਿੰਨੇ ਅਸੰਖ ਗ੍ਰੰਥ ਲਿਖੇ ਜਾ ਚੁੱਕੇ ਹਨ ਹੁਣ ਤੱਕ ਉਹਨਾਂ ਸਭ ਦਾ ਮੁਖੀ ਜੋ ਹੈ ਉਹਨਾਂ ਸਭ ਦਾ ਜੋ ਮੂਲ ਹੈ ਉਹ ਵੇਦ ਦਾ ਪਾਠ ਸੀ ਕਿਉਂਕਿ ਵੇਦ ਜੋ ਹੈ ਉਹ ਸਭ ਤੋਂ ਪਹਿਲਾਂ ਭਗਤਾਂ ਕੋਲ ਪ੍ਰਗਟ ਹੋਇਆ ਵੇਦ 'ਚੋਂ ਅੱਗੇ ਰਚਨਾਵਾਂ ਸੋਖਾ ਕਰਨ ਦਾ ਯਤਨ ਹੋਇਆ ਸੀ ਉਹ ਜੋ ਸੌਖੀਆਂ ਰਤਨਾਵਾ ਸੋਚੀਆਂ ਸੀ ਉਹਨੇ ਅਸਲ ਚ ਵੇਦਮਤ ਦਾ ਹੀ ਅੰਤ ਕਰਤਾ ਸੀ ਹੁਣ ਉਹਨਾਂ ਦਾ ਜ਼ਿਕਰ ਹੈ ਜਿਹੜਿਆਂ ਨੇ ਕਿ ਉਹ ਗ੍ਰੰਥ ਲਿਖੇ ਹਨ ਜਾਂ ਦੁਨੀਆ ਵਿੱਚ ਉਹ ਪ੍ਰਚਾਰ ਕੀਤਾ ਹੈ ਜਿਹੜੀਆਂ ਕਿ ਅਵਾਇਦਿਕ ਮੱਤਾ ਹਨ ਉਹਨਾਂ ਦਾ ਇੱਕ ਛੋਟਾ ਜਿਹਾ ਵਿਸਥਾਰ ਹੈ ਆਪਾਂ ਸਭ ਅੱਖਰ ਜੋ ਹਨ ਉਹ ਸਮਝ ਲੈਂਦੇ ਹਾਂ ਗੁਰਬਾਣੀ ਚੋਂ ਸਮਝਣ ਦਾ ਯਤਨ ਕਰਾਂਗੇ ਪਹਿਲਾ ਜੋ ਦੋਸ਼ ਲੱਗ ਰਿਹਾ ਉਹਨਾਂ ਤੇ ਜਿਨ੍ਹਾਂ ਨੇ ਕਿ ਉਸ ਗਿਆਨ ਨੂੰ ਚੁਰਾਇਆ ਹੈਗਾ ਆਪਣੇ ਆਪ ਉਹਨਾਂ ਅੰਦਰ ਪ੍ਰਗਟ ਨਹੀਂ ਹੋਇਆ ਕਿ ਤੋ ਸੁਣ ਲਿਆ ਤੇ ਆਪਣੇ ਨਾਂ ਹੋਏ ਗ੍ਰੰਥ ਤਾਂ ਕਿ ਆਪਣੀ ਹੋਂਮੇ ਵਧੇ ਭਗਤਾਂ ਤੇ ਸਾਰੀਆਂ ਜੁੜ ਕੇ ਇਹਨਾ ਆਇਆ ਉਹ ਸੰਸਾਰੀ ਪੱਧਰ ਤੇ ਚੀਜ਼ਾਂ ਲਿਖੀਆਂ ਨੇ ਤੇ ਉਹਨਾਂ ਦਾ ਜੋ ਆਪਾਂ ਨੂੰ ਸੁਜਾਗ ਰਹਿਣਾ ਪਏਗਾ ਕਿ ਇਸ ਤਰ੍ਹਾਂ ਦੀਆਂ ਬਹੁਤ ਰਚਨਾਵਾਂ ਹਨ ਜਿਹੜੀਆਂ ਕਿ ਅਸੀਂ ਨਹੀਂ ਮੰਨਣੀਆਂ ਪਰ ਸਾਨੂੰ ਉਹਨਾਂ ਦਾ ਇਲਮ ਹੋਣਾ ਜਾਂ ਉਹਨਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਅਸੰਖ ਮੂਰਖ ਅੰਧਕੋਰ ਜਿਹੜਿਆਂ ਨੇ ਵੇਦਮਤ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਹੋਰ ਰਚਨਾਵਾਂ ਲਿਖਣ ਲੱਗ ਗਏ ਉਹ ਮੂਰਖ ਸੀਗੇ ਉਹਨਾਂ ਦੀ ਗਿਣਤੀ ਬਹੁਤ ਹੈ ਔਰ ਉਹ ਅੰਧਕੋਰ ਸੀ ਮਤਲਬ ਅੰਨੇ ਸੀ ਉਹਨਾਂ ਦਾ ਜਿਹੜਾ ਅਜੇ ਮਨ ਹੈ ਉਹ ਗੁਰਮਤ ਦਾ ਗਿਆਨ ਲੈ ਕੇ ਜਾਗਿਆ ਨਹੀਂ ਸੀ ਔਰ ਉਹ ਬਿਲਕੁਲ ਮਾਇਆ ਦੇ ਕੋਹਰੇ ਹਨੇਰੇ ਚੋਂ ਬੋਲ ਰਹੇ ਆ ਬਹੁਤੇ ਸਾਡੇ ਟੀਕਾਕਾਰ ਜੋ ਹਨ ਜਿਹਨਾਂ ਨੇ ਟੀਕੇ ਕੀਤੇ ਹਨ ਉਹ ਵੀ ਲਗਭਗ ਇਸੇ ਕੈਟਾਗਰੀ ਚ ਆ ਜਾਂਦੇ ਹਨ ਕਿ ਉਹਨਾਂ ਨੇ ਗੁਰਬਾਣੀ ਚੋਂ ਗੁਰਬਾਣੀ ਨਹੀਂ ਖੋਜੀ ਆਪਣੇ ਹਿਸਾਬ ਨਾਲ ਅਰਥ ਲਿਖਤੇ ਜਿਹਦੇ ਵਿੱਚ ਕੀ ਗੁਰਬਾਣੀ ਦੀ ਬਹੁਤ ਨਿਰਾਦਰੀ ਹੈ ਉਹਨਾਂ ਬਾਰੇ ਆਪਾਂ ਖੁਲਾਸਾ ਕਰ ਲੈਨੇ ਆ ਇਹ ਪੌੜੀ ਦਾ ਕਲਾਕਲਾ ਪਾਖਰ ਵਿਚਾਰਨਾ ਵਿਚਾਰਾਂਗੇ ਇਸ ਇਸ ਪੌੜੀ ਦੀਆਂ ਅਗਲੀਆਂ ਜਿਹੜੀਆਂ ਪੰਕਤੀਆਂ ਹਨ ਅਖੀਰੀ ਵਾਰਿਆਂ ਨਜਾਮਾ ਇੱਕ ਵਾਰ ਜੋਤੂ ਚ ਭਾਵੇਂ ਸਾਈ ਭਲੀਕਾਰ ਤੁਸਰਾ ਸਲਾਮ ਅਨੰਨਕਰ ਇਹ ਅਗਲੀ ਪੌੜੀ ਵਿੱਚ ਵੀ ਰਿਪੀਟ ਹੋਏਗੀ ਸੋ ਆਪਾਂ ਪਿੱਛੇ ਵੀ ਦੋ ਵਾਰ ਕਰ ਹਟੇ ਆ ਇਹਨੂੰ ਆਪਾਂ ਅਗਲੇ ਐਂਗਲ ਤੋਂ ਵੀ ਦੇਖ ਲਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰੀਏ ਅਸੰਖ ਮੂਰਖ ਅੰਧਕੋਰ ਮੂਰਖ ਕਿਨੂੰ ਕਿਹਾ ਜਾਂਦਾ ਬੁੱਧੀ ਰਹਿਤ ਆ ਅੰਗਰੇਜ਼ੀ ਵਿੱਚ ਫੁਲਿਸ਼ ਕਹ ਲੋ ਸਟੂਪਿਡ ਕਹ ਲੋ ਸਿਲੀ ਕਹ ਲੋ ਇਹਨਾਂ ਨੇ ਗਿਆਨ ਨੂੰ ਪੜਿਆ ਤਾਂ ਹੈ ਪਰ ਉਹ ਖੋਜਿਆ ਨਹੀਂ ਕਿ ਗੁਰਬਾਣੀ ਵਿੱਚ ਬਹੁਤ ਮੈਟਾਫੋਰਿਕ ਗੱਲਾਂ ਕੀਤੀਆਂ ਨੇ ਹੈ ਉਹ ਸਭ ਚੇਤਨ ਲਈ ਪਰ ਉਹ ਸਾਰੀਆਂ ਗੱਲਾਂ ਜੋ ਹਨ ਉਹਨਾਂ ਨੇ ਜੜ ਨਾਲ ਜੋੜ ਲੀਆਂ ਰੱਬ ਦੀ ਮੂਰਤੀ ਬਣ ਗਈ RAM ਜੋ ਨਿਰਆਕਾਰੀ ਸੀ ਉਹ ਮੂਰਤੀ ਵਿੱਚ ਆ ਗਿਆ ਤਾਂ ਹੀ ਕਬੀਰ ਜੀ ਨੂੰ ਵੀ ਲਿਖਣਾ ਪੈ ਗਿਆ ਕਿ ਜੇ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਉ ਉਹ ਕਾਚੀ ਸੱਚੀ ਦੀ ਉਹ ਗੱਲ ਹੈ ਆਪਾਂ ਸੱਚੀ ਬਾਰੇ ਗਿਆਨ ਲੈਣਾ ਹੈ ਕਾਚੀ ਦਾ ਗਿਆਨ ਛੱਡਣਾ ਆਪਾਂ ਦੇਖਨੇ ਆਪਾਂ ਨੂੰ ਕੀ ਕੀ ਸਮਝਾਇਆ ਜਾ ਰਿਹਾ ਗੁਰਬਾਣੀ ਚੋ ਸ਼ਲੋਕ ਮਹੱਲਾ ਤੀਜਾ ਮੂਰਖ ਹੋਵੈ ਸੋ ਸੁਣੈ ਮੂਰਖਾ ਕਾ ਕਹਿਣਾ ਕਹਿੰਦੇ ਵੀ ਇਹ ਇੱਕ ਮੂਰਖ ਦੂਏ ਮੂਰਖ ਨੂੰ ਸਮਝਾਉਂਦਾ ਯਾਰ ਕਿ ਨਾਮਦੇਵ ਜੀ ਨੇ ਆਪਣੇ ਸ਼ਬਦ ਚ ਕਿਹਾ ਅੱਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉਂ ਰੇ ਉਹਨਾਂ ਨੇ ਉਸ ਸਮੇਂ ਦਾ ਜੋ ਪੰਡਿਤ ਹੈ ਉਹਨੂੰ ਮੂਰਖ ਗਿਆ ਹੁਣ ਇੱਥੇ ਦੇਖੋ ਮੂਰਖ ਹੋਵੈ ਸੋ ਸੁਣੇ ਮੂਰਖ ਕਾ ਕਹਿਣਾ ਇੱਥੇ ਮੂਰਖ ਦੋਹਾਂ ਜਗ੍ਹਾ ਮੁਕਤਾਨ ਹੈ ਕਿਉਂਕਿ ਕਾ ਲੱਗਿਆ ਹੋਇ ਤੇ ਮੂਰਖ ਜੇ ਕੋਈ ਮੂਰਖ ਹੋਵੇ ਮੂਰਖ ਕੇ ਕੀ ਲਖਣ ਹੈ ਜਿਵੇਂ ਬ੍ਰਹਮ ਗਿਆਨੀ ਕੇ ਲਖਣ ਦੱਸੇ ਨੇ ਲਖਣ ਦੱਸੇ ਨੇ ਉਵੇਂ ਮੂਰਖ ਕੇ ਲਖਣ ਦੱਸੇ ਨੇ ਗੁਰੂ ਬਾਣੀ ਕਿ ਆ ਮੂਰਖ ਕਾ ਕਰਣਾ ਹੁਣ ਸਭ ਤੋਂ ਜਿਹੜੀ ਮੂਲ ਗੱਲ ਹੈ ਮੂਰਖ ਉਹ ਜੇ ਮੁਗਧ ਹੈ ਉਹ ਮੁਗਧ ਕਹਿ ਲੋ ਉਹਨੂੰ ਮੂਰਖ ਕਹਿ ਲੋ जिने की वेद ਦਾ ਗਿਆਨ ਨਹੀਂ ਪੜਿਆ ਕਿ ਤੂੰ ਹੋਰ ਗਿਆਨ ਪੜ ਕੇ ਉਹ ਸੋਚਦਾ ਹੈ ਕਿ ਮੇਰੇ ਕੋਲ ਵੇਦ ਦਾ ਗਿਆਨ ਹੈ ਕਿਉਂਕਿ ਵੇਦ ਦਾ ਗਿਆਨ ਜੋ ਹੈ ਉਹ ਹੰਕਾਰ ਨੂੰ ਖਤਮ ਕਰਕੇ ਚਾਰ ਪਦਾਰਥ ਦਵਾਉਂਦਾ ਵੇਦ ਵਿੱਚ ਜਿਹੜੇ ਚਾਰ ਪਦਾਰਥ ਹਨ ਉਹ ਹਨ ਸਭ ਤੋਂ ਪਹਿਲਾਂ ਗਿਆਨ ਪਦਾਰਥ ਹੈ ਫਿਰ ਮੁਕਤ ਪਦਾਰਥ ਹੈ ਫਿਰ ਨਾਮ ਪਦਾਰਥ ਅਤੇ ਜਨ ਪਦਾਰਥ ਪਰ ਜਿਨ੍ਹਾਂ ਨੇ ਵੇਦ ਤੋਂ ਨਕਲ ਮਾਰੀ ਹੈ ਉਹਨਾਂ ਨੇ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਮੰਨੇ ਨੇ ਕਹਿਣ ਦਾ ਭਾਵ ਉਹਨਾਂ ਨੂੰ ਨਾਮ ਪਦਾਰਥਾ ਜਨਮ ਪਦਾਰਥਾ ਤਾਂ ਗਿਆਨੇ ਨਹੀਂ ਹੈ ਗੁਰਬਾਣੀ ਕਹਿੰਦੀ ਜਦੋਂ ਤੱਕ ਨਾਮ ਪਦਾਰਥ ਨਹੀਂ ਪ੍ਰਾਪਤ ਹੁੰਦਾ ਅਹੰਕਾਰ ਨਹੀਂ ਜਾਂਦਾ ਅਹੰਕਾਰ ਜਾਣ ਦਾ ਇੱਕੇ ਹੀ ਮੀਟਰ ਹੈ ਕਿ ਆਦਾ ਚਿੰਤਾ ਖਤਮ ਹੋ ਜAVE ਚਿੰਤਾ ਜਾਏ ਉਹਦਾ ਮੁਕਤੀ ਦਾ ਹੈ ਚਿੰਤਾ ਜਾਏ ਮਿਟੇ ਅਹੰਕਾਰ ਉਹ ਤਾਂ ਜੇ ਤੁਹਾਡੇ ਕੋਲ ਪਹਿਲਾ ਜਿਹੜਾ ਗਿਆਨ ਹੈ ਉਹ ਵੇਦ ਦਾ ਗਿਆਨ ਹੋਵੇ ਗੁਰਮੁਖ ਨਾਦੰਗ ਹੋਵੇ ਗੁਰਮੁਖ ਨਾਦੰਗ ਚੋਂ ਗੁਰਮੁਖ ਵੇਦੰਗ ਪ੍ਰਗਟ ਹੋਇਆ ਹੋਵੇ ਨਹੀਂ ਤਾਂ ਫਿਰ ਗੁਰੂ ਜੀ ਸਰ ਗੁਰਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜਿਹੜਾ ਨਾ ਪਾਰਬਤੀ ਮਾਈ ਨਾਲ ਨਹੀਂ ਕਨੈਕਸ਼ਨ ਹੋਇਆ ਉਹ ਗਿਆਨ ਪੜ ਕੇ ਅਹੰਕਾਰ ਦੇ ਵਿੱਚੇ ਜੀਵ ਦਾ ਜਿਹੜਾ ਜੀਵਨ ਹੈ ਉਹ ਬੀਤ ਜਾਂਦਾ ਉਹ ਦੋ ਪਦਾਰਥ ਛੱਡੋ ਇੱਕ ਪਦਾਰਥ ਵੀ ਨਹੀਂ ਲੈਂਦਾ ਪਹਿਲਾਂ ਮੁਕਤ ਪਦਾਰਥ ਲਏਗਾ ਉਸ ਤੋਂ ਬਾਅਦ ਫਿਰ ਪਤਾ ਲੱਗਦਾ ਉਸ ਤੋਂ ਬਾਅਦ ਅਹੰਕਾਰ ਦਰਜਾ ਟੁੱਟਰੀ ਨਾਸ ਹੋ ਜਾਂਦਾ ਫਿਰ ਸ਼ਬਦ ਸੁਰ ਦਾ ਮੇਲ ਹੁੰਦਾ ਸੋ ਕਿਸੇ ਵੀ ਮਤ ਦਾ ਅੱਜ ਤਾਂ ਹੀ ਭਗਤਾਂ ਦਾ ਇਹ ਕਹਿਣਾ ਹੈ ਕਿ ਸ਼ਬਦ ਔਰ ਸੁਰਤ ਦਾ ਮੇਲ ਨਹੀਂ ਹੋਇਆ ਸਿਰਫ ਵੇਦਮਤ ਦੇ ਭਗਤਾਂ ਦਾ ਤ੍ਰੂ ਪ੍ਰਲਾਦ ਦਾ ਜਾਂ ਵੇਦ ਵਿਆਸ ਦਾ ਨਾਰਦ ਜੀ ਦਾ ਸੁਖਦੇਵ ਜਿਨ੍ਹਾਂ ਦੇ ਨਾਮ ਆਉਂਦੇ ਹਨ ਉਹਨਾਂ ਦਾ ਗੁਰਬਾਣੀ ਨੇ ਮੰਨਿਆਇ ਦਿੱਤਾ ਦਰੈ ਜੀ ਸੀ ਉਹਨਾਂ ਸਾਰਿਆਂ ਨੂੰ ਦਾ ਸੰਪਰਕ ਹੋਇਆ ਅਨਤ ਨਾਲ ਸੋ ਇਹ ਬੜਾ ਕਲੀਅਰ ਹੈ ਮੂਰਖ ਉਹ ਜੇ ਮੁਗਦਾ ਹੈ ਅਹੰਕਾਰੇ ਮਰਨਾ ਜਿਹਦਾ ਅਹੰਕਾਰ ਹੀ ਨਹੀਂ ਖਤਮ ਹੋਇਆ ਉਹਨੂੰ ਤਾਂ ਇੱਕ ਵੀ ਪਦਾਰਥ ਨਹੀਂ ਮਿਲਿਆ ਇਤ ਕਮਾਣਾ ਸਦਾ ਦੁੱਖ ਦੁਖੀ ਮੇ ਰਹਿਣਾ ਉਹ ਸਦਾ ਦੁੱਖ ਦੀ ਅਵਸਥਾ ਚ ਰਹਿੰਦਾ ਭਗਤ ਜਿਹੜੇ ਆ ਉਹ ਸਦਾ ਵਿਗਾਸ ਦੀ ਅਵਸਥਾ ਚ ਰਹਨੇ ਆ ਕਿੰਨਾ ਫਰਕ ਹੈ ਅਤ ਪਿਆਰਾ ਉਹ ਵੇਖੂ ਉਹ ਇੰਨਾ ਪਿਆਰ ਹੈ ਉਹਦਾ ਅਤ ਮਾਇਆ ਨਾਲ ਇੰਨਾ ਪਿਆਰ ਹੈ ਵੀ ਉਹ ਖੂਚੇ ਡਿੱਗਦਾ ਜਾਂ ਕਿ ਡੂੰਗੇ ਖੂਚੇ गिरਦਾ ਕਿ ਉਹ ਸੰਜਮ ਕਰਨਾ ਕਹਿੰਦੇ ਕਰਨਾ ਕੀ ਚਾਹੀਦਾ ਸੀ ਇਹ ਵੀ ਦੱਸਦਾ ਬੇਦਮਤ ਨੇ ਫਿਰ ਆਪਣਾ ਵੀ ਫੈਸਲਾ ਦਿੱਤਾ ਗੁਰਮੁਖੀ ਹੋਏ ਸੋ ਕਰੇ ਵਿਚਾਰ ਉਸ ਅਲਿਪਤ ਰਹਿਣਾ ਉਹ ਫਿਰ ਵਿਚਾਰ ਕਰੇ ਜੇ ਉਹਦੇ ਕੋਲ ਪਹਿਲਾਂ ਗੁਰਬਾਣੀ ਚਾਹੀਦੀ ਹੈ ਗੁਰਬਾਣੀ ਨੂੰ ਪੜ੍ਹੇ ਸਮਝੇ ਫਿਰ ਆਪਣੇ ਅੰਦਰ ਵਿਚਾਰ ਕਰੇ ਉਹਦੇ ਨਾਲ ਉਹ ਫਿਰ ਅਲਿਪਤ ਹੋ ਜਾਂਦਾ ਮਾਇਆ ਤੋਂ ਕਿਉਂਕਿ ਉਹਨੂੰ ਸਮਝ ਆ ਜਾਂਦੀ ਹੈ ਕਿ ਮਾਇਆ ਜਿਹੜੀ ਹੈ ਉਹ ਮੇਰੀ ਲੋੜ ਹੈ ਭੁੱਖ ਤਾਂ ਮੇਰੀ ਸੀ ਨਾਮ ਸਾਚੀ ਨਾਮ ਕੀ ਲੱਗ ਗਿਆ ਭੂਖ ਫਿਰ ਉਹਦੇ ਨਾਲ ਉਹਦਾ ਜਿਹੜਾ ਜੀਵਨ ਹੈ ਸੰਜਮ ਚ ਆ ਜਾਂਦਾ ਹਰੀ ਨਾਮ ਜਪੈ ਆਪ ਉਧਰ ਉਸ ਪਿੱਛੇ ਡੁੱਬਦੇ ਵੀ ਤਰਨਾ ਹੁਣ ਦੇਖੋ ਆਪਣੇ ਸਾਹਮਣੇ ਭਗਤ ਕਬੀਰ ਜੀ ਤੋਂ ਇਹ ਗੱਲ ਸ਼ੁਰੂ ਹੋਈ ਹੈ 15 ਭਗਤ ਸਨ ਉਸ ਤੋਂ ਬਾਅਦ ਨਾਨਕ ਜੀ ਆਏ ਨੇ ਨਾਨਕ ਜੀ ਦੇ ਅੱਗੇ 10 ਭਗਤ ਸਨ ਵਿੱਚੇ ਉਹਨਾਂ ਦੇ ਨਾਲ ਆਪਣੇ ਸਿੱਖੋਗੇ ਤਿੰਨ ਬਾਕੀ 11 ਭਟ ਹੋ ਗਏ ਨਾਨਕ ਜੋਤਿਸ ਭਾਵੈ ਸੋ ਕਰੇ ਜੋ ਦੇਸ ਸੁਹੈਣਾ ਇਹ ਫੇ ਸਮਝ ਆ ਜਾਂਦੀ ਹੈ ਕਿ ਪਰਮੇਸ਼ਰ ਸਭ ਤੋਂ ਵੱਡੀ ਹਸਤੀ ਹੈ ਉਹਦਾ ਕਰਿਆਈ ਸਭ ਕੁਝ ਹੁੰਦਾ ਹੈ ਤੇ ਤੂੰ ਇਸ ਗੱਲ ਨੂੰ ਸਹਿਣਾ ਸਿੱਖ ਤੂੰ ਉਹ ਪਰਮੇਸ਼ਰ ਦਾ ਹੁਕਮ ਦੀ ਸਲਾਣਾ ਕਰ ਅਰਦਾਸ ਛੱਡ ਦੇ ਪਰ ਤੂੰ ਪ੍ਰੇਅਰ ਛੱਡ ਦੇ ਪ੍ਰੇਜ਼ ਕਰਨਾ ਸ਼ੁਰੂ ਕਰ ਉਹਦੀ ਸਿਫਤ ਕਰਨਾ ਉਹਨੂੰ ਸਹਿਣਾ ਸਿੱਖ ਸੋ ਇਹ ਹੈ ਗੁਰਮਤ ਦਾ ਨਿਯਮ ਪਰ ਮੂਰਖ ਕੋਲ ਇਹ ਗੁਣ ਮਿਸਿੰਗ ਹੁੰਦੇ ਆ ਹੁਣ ਇੱਕ ਗੱਲ ਹੋਰ ਹੈ ਜੀਵ ਦੇ ਅੰਦਰ ਮਨ ਔਰ ਚਿੱਤ ਦੇ ਦੀਵੇ ਆ ਉਹ ਕਹਿੰਦੇ ਵੀ ਜੇ ਅੰਦਰ ਚਾਨਣ ਕਰਨਾ ਹੈ ਤਾਂ ਦੀਵਾ ਜਗਾਓ ਪਰ ਬਿਨ ਤੇਲ ਜੀਵ ਦੀਵਾ ਕਿਉਂ ਜਗਾਓ ਬਿਨਾਂ ਤੇਲ ਤੋਂ ਤੇ ਦੀਵਾ ਨਹੀਂ ਜਲਣਾ ਪਹਿਲਾਂ ਤੇਲ ਪੈਦਾ ਕਰ ਵਿਚਾਰ ਦਾ ਫਿਰ ਇੱਕ ਬੱਤੀ ਲਾ ਫਿਰ ਉਹਨੂੰ ਜਗਾ ਫਿਰ ਅੰਦਰ ਹੋਊ ਚਾਨਣ ਹਨ੍ਹੇਾਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈ ਹੈ ਬਸਤ ਅਗੋਚਰ ਅਗੋਚਰ ਪਾਈ ਉਹਦੇ ਵਾਸਤੇ ਜੋ ਹੈ ਸਾਰਾ ਜੋ ਗੁਰਮਤ ਦਾ ਆਪਾਂ ਕਰਦੇ ਆਂ ਪਾਠ ਕਰਦੇ ਆਂ ਉਹਦਾ ਐਂਡ ਉਹੀ ਹੈ ਪਰ ਇਹ ਹੋ ਕੀ ਰਿਹਾ ਇੱਥੇ ਦੀਹੂ ਦੀਵੀ ਅੰਧਕੋਰ ਬਾਹਰ ਤਾਂ ਦਿਨ ਚੜ੍ਹਿਆ ਹੋਇਆ ਹੈ ਪਰ ਅੰਦਰ ਦੋ ਦੀਵੇ ਹੁੰਦੇ ਹੋਏ ਵੀ ਮਨ ਔਰ ਚਿੱਤ ਅੰਧਕੋਰ ਹੈ ਕਿਉਂਕਿ ਦੀਵਾ ਜਗਾਇਆ ਹੀ ਨਹੀਂ ਕੱਬ ਮੁਹਾਈਏ ਮਾਇਆ ਵਿੱਚ ਆਇਆ ਹੋਇਆ ਠਗਿਆ ਗਿਆ ਗਰ ਵੀ ਮੂਸੇ ਘਰ ਚੋਰ ਹੁਣ ਜਦੋਂ ਹਨੇਰਾ ਅੰਦਰ ਜਿਹੜਾ ਚੋਰ ਹੈ ਉਹ ਹਨੇਰੇ ਦਾ ਫਾਇਦਾ ਉਠਾਉਂਦਾ ਉਹਨੂੰ ਹਨੇਰਾ ਹੀ ਚਾਹੀਦਾ ਹੁੰਦਾ ਹਨੇਰੇ 'ਚ ਆ ਕੇ ਉਹ ਤੁਹਾਡੀ ਵਸਤੂ ਚੱਕਦਾ ਜਿਹੜੇ ਕਾਮਕਲੋਮੋ ਹੰਕਾਰ ਨੇ ਇਹ ਮਨ ਨੂੰ ਤਾਂ ਹੈ ਕਿਉਂਕਿ ਮਨ ਦੇ ਅੰਦਰ ਹਨੇਰਾ ਤੇਰੇ ਮਨ ਨੇ ਆਪਣੀ ਵਿਚਾਰ ਕਰ ਲਈ ਮੂਲ ਨਾਲ ਉਹ ਸਮਝੋ ਜਿਵੇਂ ਆਪਾਂ ਡੀਐਸ ਲਾਈ ਰਗੜਦੇ ਹਾਂ ਸਾਈਡ ਤੇ ਮਨ ਨੇ ਐ ਰਗੜ ਖਾਧੀ ਚਾਨਣ ਪੈਦਾ ਹੋ ਜਾਣਾ ਕਿਸ ਰੁਆਈਏ ਉਹ ਕਹਿੰਦੇ ਹੁਣ ਅਸੀਂ ਕਿਸੇ ਨੂੰ ਕੀ ਦਸੀਏ ਇਹ ਗੱਲ ਜੀਵ ਨੂੰ ਗੁਰਬਾਣੀ ਚੋਂ ਸਮਝ ਆਉਣੀ ਚਾਹੀਦੀ ਸੀ ਕਿ ਜਿਵੇਂ ਪਾਠ ਕਰਦਾ ਤੇ ਉਹਦਾ ਕੰਮ ਹੈਗਾ ਕਿ ਮੈਂ ਪਦਾਰਥ ਇਕੱਠਾ ਕਰ ਰਿਹਾ ਆਪਣੇ ਅੰਦਰ ਤੇਲ ਇਕੱਠਾ ਕਰ ਰਿਹਾ ਫਿਰ ਉਸ ਤੋਂ ਬਾਅਦ ਉਹ ਤੇਲ ਨੂੰ ਮਾਚਿਸ ਨਾਲ ਅੱਗ ਲਾਵਾਂਗਾ ਫਿਰ ਚਾਨਣਾ ਹੋ ਜਾਏਗਾ ਚਾਨਣਾ ਹੋ ਜਾਏਗਾ ਫਿਰ ਮੈਨੂੰ ਅਸਲੀ ਰਾਤ ਦਿਖਣ ਲੱਗ ਜਾਏਗਾ ਸ਼ਰਣੀ ਗਹੀ ਪੂਰਨ ਬਨਾਸੀ ਆਨੁਪਾਵ ਥਕਤ ਨਹੀਂ ਕਰਸਨ ਇਹ ਹੁਣ ਪੰਚਮ ਪਾਦਸ਼ਾਹ ਕਹਿੰਦੇ ਵੀ ਜਿਹੜੇ ਮਤਾਂ ਦੇ ਉਪਾਅ ਲਿਖੇ ਹੋਏ ਆ ਗ੍ਰੰਥਾਂ ਚ ਕਿਉਂਕਿ ਇਹਨਾਂ ਕੋਲ ਤਾਂ ਬਾਣੀ ਸਾਰਿਆਂ ਦੀ ਸੀਗੀ ਕਹਿੰਦੇ ਉਹ ਨਹੀਂ ਮੈਂ ਕਰਦਾ ਮੈਂ ਕਿਹਦੀ ਸ਼ਰਨ ਗਿਆ ਅਬਨਾਸੀ ਦੀ ਗਿਆ ਤੇ ਪੂਰਨ ਹੋ ਗਿਆ ਸ਼ਰਨ ਜਾ ਕੇ ਜਿਹਨੂੰ ਮਨ ਚਿਤਰੀ ਸ਼ਰਨ ਜਾਂਦਾ ਉਹ ਪੂਰਨ ਹੋ ਜਾਂਦਾ ਫਿਰ ਅਬਨਾਸੀ ਹੁੰਦਾ ਉਸ ਤੋਂ ਪਹਿਲਾ ਉਦੇਯ ਬੁੱਧੀ ਦਾ ਨਾਸ ਹੁੰਦਾ ਪੂਰਨ ਬ੍ਰਹਮ ਦੀ ਬੁੱਧੀ ਦਾ ਨਾਸ ਨਹੀਂ ਹੁੰਦਾ ਆਣੁਪਾਪ ਥਗਤ ਨਹੀਂ ਕਰਸਾ ਹੁਣ ਮੈਂ ਕੋਈ ਹੋਰ ਉਪਾਅ ਵੀ ਨਹੀਂ ਕਰਦਾ ਜਿਹੜੇ ਦੱਸੇ ਹੋਏ ਆ ਜਿਹੜੇ ਅਸੰਖ ਮੂਰਖੰਦ ਘੋਰਾ ਦੇ ਦੱਸੇ ਹੋਏ ਸੀ ਉਹ ਨਹੀਂ ਮੈਂ ਕਰਦਾ ਕਰ ਗਹਿ ਲਈਏ ਮੈਂ ਕਰ ਕਰ ਮਨ ਉਚਿਤ ਨੇ ਮਨ ਨੂੰ ਚਿੱਤ ਦੇ ਵਿੱਚ ਸਮਾ ਲਿਆ ਕਹਿਣ ਦਾ ਮਤਲਬ ਗਹਿਣਾ ਪਾ ਲਿਆ ਗਹਿ ਦਾ ਮਤਲਬ ਹੁੰਦਾ ਉਹਦੇ ਵਿੱਚ ਸਮਾ ਜਾਣਾ ਕਰ ਦਾ ਮਤਲਬ ਹੁੰਦਾ ਮਨ ਦਾ ਚਿੱਤ ਵਿੱਚ ਇਹ ਹੱਥ ਨਹੀਂ ਹੁੰਦੇ ਉਹ ਭਰੀਏ ਹੱਥ ਪੈਰਾਂ ਦੇ ਉਹ ਬਾਹਰੀ ਦੇਹੀ ਦੇ ਆ ਇਹ ਨਿਹਰਾਕਾਰੀ ਦੇਹੀ ਦੇ ਕਰ ਹੁੰਦੇ ਨੇ ਤਾਂ ਹੀ ਲਿਖਿਆ ਦੋਹੇ ਕਰ ਜੋੜ ਕਰੂੰ ਅਰਦਾਸ ਹੱਥ ਜੋੜ ਕੇ ਅਰਦਾਸ ਨਹੀਂ ਕਰਨੀ ਸੀ ਹੱਥ ਜੋੜ ਕੇ ਤਾਂ ਅਸੀਂ ਕਰਦੇ ਆ ਸਾਨੂੰ ਪਤਾ ਕਿ ਨਹੀਂ ਸਾਡੀ ਅਰਦਾਸ ਮੰਨੀ ਜਾ ਰਹੀ ਹੈ ਜਦੋਂ ਵਿਰਤੀ ਨਾ ਹੋਵੇ ਜਨ ਕੀਰਦਾਸ ਕਹਿੰਦੇ ਆ ਜਨ ਨੇ ਕਰ ਜੋੜੇ ਹੋਏ ਨਹੀਂ ਉਸ ਤੋਂ ਬਾਅਦ ਪਰਮੇਸ਼ਰ ਤੋਂ ਨਾਮ ਮੰਗਦਾ ਬਸ ਉਹਦੀ ਕੋਈ ਹੋਰ ਮਨਸ਼ਾ ਨਹੀਂ ਹੈ ਨਾਨਕ ਜਨ ਆਪਣੇ ਜਿਨ੍ਹਾਂ ਨੇ ਜਨ ਬਣਿਆ ਉਹਨੇ ਆਪਣੇ ਮਨ ਅਪਣੇ ਮਨਰਚਿਤ ਜੋੜੇ ਹੋਏ ਨੇ ਕਹਿੰਦੇ ਅੰਧਕੋਰ ਸਾਗਰ ਨਹੀਂ ਮਰਸਨ ਆ ਜਿਹੜਾ ਅੰਧਕੋਰ ਸਾਗਰ ਹੈਗਾ ਭਵ ਸਾਗਰ ਇਹਦੇ ਵਿੱਚ ਫਿਰ ਉਹਨਾਂ ਦਾ ਦੁਬਾਰਾ ਜੋ ਮੌਤ ਨਹੀਂ ਹੈ ਮੌਤ ਤਾਂ ਨਹੀਂ ਹੈ ਕਿਉਂਕਿ ਜਨ ਮੈ ਨਹੀਂ ਦੁਬਾਰਾ ਸੋ ਇਸ ਤਰ੍ਹਾਂ ਕਰਕੇ ਆਪਾਂ ਨੂੰ ਸਮਝਾਇਆ ਹੋਰ ਆਪਾਂ ਸਮਝ ਲੈ ਲੈਣੇ ਆਸੰਖ ਚੋਰ ਹਰਾਮਖੋਰ ਹੁਣ ਬੇਈਮਾਨੀ ਦਾ ਖੱਟੇ ਖਾਣ ਵਾਲਾ ਹਰਾਮਖੋਰ ਹੁੰਦਾ ਤੇ ਚੋਰ ਕੌਣ ਹੁੰਦਾ a person who steal another person's property specially by stealth and without using a force or threat of violence chor chupchap aake chale janda oh chaunda ohnu koi dekhe vi na koi violence nahi karda violence wale nu badaaku kehne hai appan pata ik thag hunda thag de ne aunda othe kapde paake aunda oh thode samne ton thagi laake chale janda jivein maya appan nu lai jandi hai ke jo sanu dikh reha se ohnu sach maan de hai ohdi keemat den nu taiyar hai ਪਰ ਇਹ ਸੱਚ ਨਹੀਂ ਹੈ ਸੋ ਇਹ ਗੱਲ ਦਾ ਆਪਾਂ ਖਿਆਲ ਰੱਖਣਾ ਕਿ ਚੋਰ ਦਾ ਅਰਥ ਕੀ ਹੈ ਚੋਰ ਦਾ ਅਰਥ ਹੈਗਾ ਹਨੇਰੇ ਦਾ ਫਾਇਦਾ ਉਠਾ ਕੇ ਕੋਈ ਤੁਹਾਡੀ ਵਸਤੂ ਲੈ ਜਾਵੇ ਉਹ ਚੋਰੀ ਮੰਨੀ ਜਾਂਦੀ ਹੈ ਕਰਪਸ਼ਨ ਪਰਵਾਸ਼ਨ ਮੈਸਲਮੈਂਟ ਇਹ ਹਰਾਮਖੋਰੀ ਦੇ ਅਰਥ ਹੁੰਦੇ ਨੇ ਹੁਣ ਆਪਾਂ ਗੁਰਬਾਣੀ ਚ ਚੋਰ ਵਰਡ ਦੀ ਹੋਰ ਥੋੜੀ ਜੀ ਵੀ ਅੱਖਿਆ ਲੈ ਲੈਨੇ ਚੋਰ ਸਲਾਹੇ ਚਿਤਨਾ ਪੀਜੇ ਸਲਾਉਣਾ ਦਾ ਚੋਰ ਵੀ ਹੈ ਪਰ ਉਹ ਮਤਲਬ ਹੀ ਹੈ ਉਹ ਮਤਲਬ ਵਾਸਤੇ ਜਦੋਂ ਮਤਲਬ ਨਿਕਲ ਗਿਆ ਉਹ ਸੁਣਾਉਣਾ ਛੱਡ ਜਾਂਦਾ ਜਿਵੇਂ ਕਬੀਰ ਜੀ ਕਹਿੰਦੇ ਕਾਮ ਪੜੇ ਹਰਿ ਸਿਮਰੀਐ ਐਸਾ ਸਿਮਰੋ ਨਿਤ ਜਿਵੇਂ ਕੰਮ ਪੜਦੇ ਨਾਲ ਸਿਮਰੀਦਾ ਉਸ ਉਤਰਾਂ ਦੀ ਅਵਸਥਾ ਹਮੇਸ਼ਾ ਅੰਦਰ ਰੱਖਣੀ ਚਾਹੀਦੀ ਹੈ ਪਰ ਉਸ ਤਰ੍ਹਾਂ ਦੀ ਅਵਸਥਾ ਅੰਦਰ ਹੋ ਨਹੀਂ ਰਹੀ ਤਾਂ ਫਿਰ ਕੀ ਹੈ ਜੇ ਆਪਾਂ ਵੀ ਸਲਾਹ ਰਹੇ ਆ ਸਿਰਫ ਕੰਮ ਲਈ ਵੀ ਮੈਨੂੰ ਨੌਕਰੀ ਮਿਲ ਜਵੇ ਦਾਤ ਮਿਲ ਜਵੇ ਵੀਜ਼ਾ ਮਿਲ ਜਵੇ ਫਿਰ ਆਪਾਂ ਵੀ ਚੋਰ ਹਈਆਂ ਚਿਤ ਨਾ ਭਿਜਿਆ ਉਹ ਮਨ ਚਿਤ ਨਾਲ ਜੁੜ ਕੇ ਭਿਜਿਆ ਨਹੀਂ ਹੈ ਕਰੈ ਧੋਕਰਮ ਦਿਖਾਵੇ ਹੋਰ RAM ਕੀ ਦਰਗਾ ਬਾਧਾ ਚੋਰ ਜਿਹੜਾ ਹੁਣ ਜਿਨ ਮਨ ਹੋਰ ਮੁਖ ਹੋਰ ਦਿਖਾਉਂਦਾ ਤਾਂ ਬਾਹਰੋਂ ਸੰਤਾਂ ਵਾਲਾ ਭੇਖ ਹੈ ਅੰਦਰੋਂ ਬੇਈਮਾਨ ਹੈ ਧੋਕਰਮ ਹੈ ਅੰਦਰ ਅੰਦਰ ਤਾਂ ਮਾਇਆ ਦਾ ਲਾਲਚ ਹੈ ਬਾਹਰੋਂ ਆਪਣਾ ਬੜਾ ਅੱਛਾ ਪਹਿਰਾਵਾ ਪਾਇਆ ਲੋਕ ਕਹਿੰਦੇ ਵੀ ਬੜਾ ਵੱਡਾ ਸੰਤ ਹੈ ਇਹਦੀ ਗੱਲ ਸੁਣੀ ਜਾਂਦੀ ਹੈ ਉਹ ਕਹਿੰਦੇ ਇਹੋ ਜੇ ਲੋਕਾਂ ਦਾ RAM ਕੀ ਦਰਗਾ RAM ਕੀ ਦਰਗਾ ਇਹ ਜਿੱਥੇ ਸਾਰੇ RAM ਹੀ ਬੈਠੇ ਹੈ ਰਾਮ ਨੇ ਹੀ ਪਹੁੰਚਣਾ ਅੱਗੇ ਉਹ ਦਰਗਾਹ ਸਾਰੀ ਦਾ ਨੋ ਗਵਰਨਮੈਂਟ ਦਾ ਨੋ ਵਾਹਿਗੁਰੂ ਹੈ ਪਰ ਉਹਦੇ ਮੈਂਬਰ ਜਿਹੜੇ ਆ ਸਾਰੇ ਰਾਮ ਹੈ ਬਾਦ ਦਾ ਚੋਰ ਜਰ ਉੱਥੇ ਜਾਏਗਾ ਦਰਗਾਹ ਚ ਜਿੱਥੇ ਰਾਮ ਬੈਠੇ ਨੇ ਸਾਰੇ ਪੂਰਨ ਰਾਮ ਉੱਥੇ ਇਹਨੂੰ ਚੋਰ ਵਾਂਗੂ ਬਨ ਕੇ ਲਜਾਇਆ ਜਾਏਗਾ ਤੇ ਪਰਦੋਸ਼ ਲਾਇਆ ਜਾਏਗਾ ਇੱਕ ਹੋਰ ਉਹ ਇਸ ਤਰ੍ਹਾਂ ਦਾ ਇੱਕ ਡਾਕਸ਼ ਕਰਦੇ ਆ ਸੂਕੇ ਸਰਵਰ ਪਾਲ ਬੰਧਾਵਾ ਕਹਿੰਦੇ ਬੰਦੇ ਦੀ ਹਾਲਤ ਦੇਖੋ ਸਰੋਵਰ ਸੁੱਕ ਗਿਆ ਔਰ ਉਹਦੇ ਆਲੇ ਦਾਲੇ ਬੰਨ ਲਾ ਰਿਹਾ ਵੀ ਮੈਂ ਪਾਣੀ ਰੋਕੂਗਾ ਸਰੋਵਰ ਦਾ ਪਾਣੀ ਹੰਨੀ ਹੈ ਲੂਣਾ ਖੇਤ ਹੱਥ ਵਾਰ ਕਰੇ ਖੇਤ ਵੱਡਿਆ ਹੋਇਆ ਕਹਿੰਦਾ ਮੈਂ ਇਹਦੀ ਨਾ ਪ੍ਰੋਟੈਕਸ਼ਨ ਕਰਨੀ ਆ ਵੀ ਕੋਈ ਫਸਲ ਨਾ ਵੱਢ ਲੇ ਜਵੇ ਉਹ ਤਾਂ ਪਹਿਲਾਂ ਹੀ ਵੱਡੀ ਹੋਈ ਐ ਆਇਓ ਚੋਰ ਤੁਰੰਤ ਤੁਰੰਤ ਐ ਲੈ ਗयो ਮੇਰੀ ਰਾਖਤ ਮੁਗਧ ਫਿਰੈ ਇਹ ਚੋਰ ਦੀ ਹਾਲਤ ਐ ਚੋਰ ਕੌਣ ਐ ਇੱਥੇ ਆਇਓ ਚੋਰ ਤੁਰੰਤ ਐ ਲੈ ਗयो ਇਹ ਚੋਰ ਕੌਣ ਐ ਇਹਦੇ ਵੀ ਔਕਣ ਲੱਗਿਆ ਹੋਇਆ ਇਹ ਸਰਮਾ ਰਾਜ ਦੀ ਗੱਲ ਹੈ ਕਿ ਜਦੋਂ ਤੁਹਾਨੂੰ ਸਾਰ ਓਕੇ ਵਾਪਸ ਇੱਥੋਂ ਤੁਸੀਂ ਜਾਣਾ ਉਹ ਇੱਕ ਹੁਕਮ ਆਉਂਦਾ ਹੈ ਤੇ ਉਹ ਨੇਰੇ 'ਚ ਆਉਂਦਾ ਕਿਉਂਕਿ ਮੰਨ ਤਾਂ ਨੇਰੇ 'ਚ ਹੀ ਉਸ ਸਮੇਂ ਇਸ ਗੱਲ ਨੂੰ ਫਰੀਜੀ ਨੇ ਵੀ ਦੱਸਿਆ دریاਵੇ ਕੰਨੇ ਬਗਲਾ ਬੈਠਾ ਖੇਲ ਕਰੇ ਖੇਲ ਕਰੇਂਦੇ ਹੰਜ ਨੂੰ ਹੁਣ ਹੰਜ ਕੌਣ ਹੈ ਹੰਜ ਤਾਂ ਹੈਗਾ ਮੂਲ ਪਰ ਜਿਹੜਾ ਮਨ ਹੈਗਾ ਇਰੇ ਵਿੱਚ ਨੇਰਾ ਉਹਨੂੰ ਤਾਂ ਪਤਾ ਵੀ ਨਹੀਂ ਲੱਗਿਆ ਕਿ ਤੁਰੰਤ ਉਹ ਲੈ ਗਿਆ ਤੇ ਮੇਰੀ ਰਾਖਤ ਮੁਗਦ ਫਿਰਿਆ ਉਹ ਜਿਹੜਾ ਮੁਗਦ ਸੀ ਉਹਨੂੰ ساری ਉਮਰ ਇਹ ਹੀ ਨਹੀਂ ਪਤਾ ਲੱਗਿਆ ਕਿ ਤੇਰਾ ਤਾਂ ਇੱਥੇ ਕੁਝ ਵੀ ਨਹੀਂ ਸੀ ਤੂੰ ਤਾਂ ਲਾਹ ਲੈਣ ਆਇਆ ਸੀ ਆਪਣੇ ਅੰਦਰ ਚਾਨਣਾ ਪੈਦਾ ਕਰਨ ਆਇਆ ਸੀ ਉਹ ਤੇਰੇ ਅੰਦਰ ਨਹੀਂ ਹੋਇਆ ਤੇ ਤੈਨੂੰ ਹੁਣ ਜਾਣਾ ਪਏਗਾ ਸੋ ਇਹ ਦੇਖੋ ਚੋਰ ਦੇ ਅਰਥ ਤਿੰਨ ਡਿਫਰੈਂਟ ਡਿਫਰੈਂਟ ਹੋਏ ਆ ਕਿ ਇੱਕ ਤਾਂ ਉਹ ਹੈਗਾ ਜੀਵ ਜਿਹੜਾ ਜੀਉ ਅਜੇ ਜਿਉਂਦਾ ਸਲਾਹਨ ਦੀ ਕੋਸ਼ਿਸ਼ ਕਰਦਾ ਸਿਰਫ ਅਜਿਓ ਆਪਣੇ ਮਤਲਬ ਲਈ ਸਲਾਹਦਾ ਦੂਸਰਾ ਕੀ ਹੈ ਕਿ ਉਹਨੇ ਵੀ ਇਹ ਕੰਮ ਨਹੀਂ ਕੀਤਾ ਉਹ ਤੋਂ ਜਦੋਂ ਛੱਡ ਕੇ ਚਲੇ ਜਾਂਦਾ ਆਪਣੇ ਸਾਹ ਲੈ ਕੇ ਅਖੀਰੀ ਉਹਨੂੰ ਗਾਹਾਂ ਜਾ ਕੇ ਉਹਦੇ ਨਾਲ ਕੀ ਬੀਤਦੀ ਹੈ ਚੋਰ ਦੀ ਨਿਆਂਯੁਦ ਨਾਲ ਟ੍ਰੀਟ ਹੁੰਦਾ ਕਿਉਂਕਿ ਚੋਰ ਦੋਸ਼ੀ ਹੁੰਦਾ ਫਿਰ ਦੋਸ਼ ਲਾ ਕੇ ਜੋ ਜੀਵਨ ਮਰਨ ਦਾ ਚੱਲਦਾ ਰਹਿੰਦਾ ਇੱਥੇ ਧਰਮਰਾਜ ਨੂੰ ਵੀ ਦੱਸਿਆ ਵੀ ਕਿ ਚੋਰ ਦੀ ਨਿਆਂ ਉਹ ਆਪਾਂ ਨੂੰ ਲੈ ਜਾਏਗਾ ਸੋ ਇਸ ਤਰ੍ਹਾਂ ਆਪਾਂ ਨੂੰ ਕੁਝ ਗੁਰਮਤ ਨੇ ਸਮਝਾਇਆ ਮੈਂ ਹੁਣ ਹਰਾਮਖੋਰ ਗੱਲ ਦੀ ਆਪਾਂ ਅਖਰ ਕਰ ਲੈਨੇ ਆ ਗੁਰੂ ਨਾਨਕ ਜੀ ਦਾ ਹੀ ਸ਼ਬਦ ਹੈ ਮੈਂ ਕੀਤਾ ਨਾ ਜਾਤਾ ਹਰਾਮਖੋਰ ਉਹ ਸਾਰੇ ਜੀਵ ਜੋ ਨਹੀਂ ਸਮਝਦੇ ਵੀ ਪਰਮੇਸ਼ਰ ਨੇ ਕੀ ਕੀ ਕੀਤਾ ਸਾਡੇ ਲਈ ਆ ਏਡੀ ਵੱਡੀ ਧਰਤੀ ਬਣਾਈ ਹੈ ਇਹਦੇ ਵਿੱਚ ਪਦਾਰਥ ਦਿੱਤੇ ਆ ਤਾਂ ਕਿ ਹਵਾ ਦਿੱਤੀ ਹੈ ਪਾਣੀ ਦਿੱਤਾ ਇਹ ਤਾਂ ਮੇਨ ਹੈ ਤਾਂ ਕਿ ਅਸੀਂ ਜਿਹੜੀਆਂ ਪ੍ਰਾਇਮਰੀ ਆਪਣੀਆਂ ਨੀਡਸ ਹੈ ਉਹਦੇ ਨਾਲ ਸਾਡਾ ਸਰੀਰ ਚੱਲੇ ਔਰ ਅਸੀਂ ਫਿਰ ਗਿਆਨ ਲੈ ਕੇ ਗੁਰਬਾਣੀ ਦਿੱਤੀ ਹੈ ਭਗਤ ਭੇਜੇ ਆ ਪਰ ਉਹ ਕਹਿੰਦੇ ਜੋ ਮਨਮੁਖ ਹੈ ਉਹ ਜਾਣਦਾ ਹੀ ਨਹੀਂ ਇਹਨਾਂ ਗੱਲਾਂ ਨੂੰ ਉਹ ਤਾਂ ਸੋਚਦਾ ਵੀ ਇੱਥੇ ਸਿਰਫ ਮੈਂ ਠੱਗੀ ਲਾਉਣ ਆਇਆ ਸੀ ਤੇ ਮੇਰਾ ਕੰਮ ਹੈ ਵੀ ਠੱਗੀ ਲਾਵਾਂ ਤੇ ਆਪਣੀ ਜੋ ਮਾਇਆ ਹੈ ਜਿਹੜਾ ਕਾਚਾ ਧਨ ਹੈ ਉਸ ਦੇ ਵਿੱਚ ਇਹ ਮੇਰਾ ਵਾਧਾ ਹੋਵੇ ਸਾਚਾ ਧਨ ਤਾਂ ਮੇਰੇ ਕੋਲ ਸ਼ਾਇਦ ਹੈ ਨਹੀਂ ਔਰ ਆਵੇ ਵੀ ਨਾ ਹਾਂ ਕਿਆ ਮੂ ਦੇਸਾਂ ਦਸ਼ਚੁਰ ਕਹਿੰਦੇ ਜਦੋਂ ਫਿਰ ਦਰਗਾ ਪੁੱਛਿਆ ਜਾਊਗਾ ਇਹ ਫਿਰ ਕਿਹੜੇ ਮੂੰਹ ਨਾਲ ਜਾਵਾਂਗੇ ਆਪਾਂ ਸਾਨੂੰ ਸਮਝਾਇਆ ਗੱਲ ਉਹ ਆਪਣੀ ਕਰ ਰਹੇ ਆ ਨਾਨਕ ਨੀਚ ਕਹੇ ਵਿਚਾਰ ਹੁਣ ਇੱਥੇ ਨਾਨਕ ਜੀ ਨਾਲ ਨੀਚ ਸ਼ਬਦ ਆਉਂਦਾ ਇਸ ਪੌੜੀ ਚ ਵੀ ਆਉਂਦਾ ਇਸ ਦੀ ਆਪਾਂ ਅੱਗੇ ਜਾ ਕੇ ਵਿਸਥਾਰ ਕਰਾਂਗੇ ਉਹ ਕਹਿੰਦੇ ਵੀ ਨੀਚ ਆ ਨਾਨਕ ਜੀ ਨਾਲ ਵਿਸ਼ੇਸ਼ਣ ਲੱਗਿਆ ਹੋਇਆ ਕਿ ਉਹ ਕਹਿੰਦੇ ਮੈਂ ਨਿਮਾਣਾ ਹੋ ਕੇ ਇਹ ਗੱਲ ਦੱਸ ਰਿਹਾ ਕਿ ਐ ਨਾ ਸੋਚਣ ਵੀ ਆਪ ਆ ਉਹ ਬੜੇ ਉੱਚੇ ਆ ਤੇ ਸਾਨੂੰ ਨਿੰਦਦੇ ਆ ਵਿਚਾਰ ਕਰ ਰਿਆਂ ਤਾਂ ਮੈਂ ਤਾਂ ਭਾਈ ਧਾਨਕ ਰੂਪ ਰਹਾ ਕਰਤਾਰ ਐਸ ਤਰ੍ਹਾਂ ਦਾ ਹੀ ਜੀਵ ਦਾ ਧਾਨਕ ਰੂਪ ਰਿਹਾ ਉਹ ਇਸ ਨੂੰ ਪੜ੍ਹ ਕੇ ਸਮਝੇ ਕਿ ਮੈਂ ਧਾਨਕ ਰੂਪ ਛੱਡਾਂ ਹਰਾਮਖੋਰ ਨਿਰਗਣ ਕੋ ਤੁਠਾ ਮਨ ਤਨ ਸੀਤਲ ਮਨ ਅੰਮ੍ਰਿਤ ਵੁਠਾ ਜਿਹੜਾ ਹਰਾਮਖੋਰ ਨਿਰਗਣ ਹੈ ਜੇ ਇਹਦੇ ਪਰ ਤੁਠ ਜਵੇ ਦਾ ਮੂਲ ਜੇ ਇਹਦਾ ਆਪਸ ਵਿੱਚ ਸੰਪਰਕ ਹੋ ਜਵੇ ਫੇਰ ਕੀ ਹੋਊਗਾ ਮਨ ਤਨ ਸੀਤਲ ਮਨ ਅੰਮ੍ਰਿਤ ਵੁਠਾ ਜਿਉ ਤੁਠਾ ਦਾ ਮਤਲਬ ਹੁੰਦਾ ਇਹਦੇ ਤੇ ਪ੍ਰਸੰਨ ਹੋ ਜਵੇ ਵੁਠਾ ਦਾ ਮਤਲਬ ਇਹਦੇ ਅੰਦਰ ਉਹ ਪ੍ਰਗਟ ਹੋ ਜਾਂਦਾ ਹੈ ਇਹਦਾ ਮੂਲ ਹੀ ਅੰਮ੍ਰਿਤ ਸਰੂਪ ਹੈ ਕਹਿੰਦਾ ਪਾਪ ਫਿਰ ਇਹਦਾ ਮਾਇਆ ਵਿੱਚ ਜਨਮ ਮਰਨ ਰੁਕ ਜਾਂਦਾ ਹੈ ਮਨੀ ਅੰਮ੍ਰਿਤ ਹੈ ਮਨ ਦੇ ਵਿੱਚ ਬੈਠਾ ਉਹ ਅੰਮ੍ਰਿਤ ਨੂੰ ਔਂਕੜ ਲੱਗਿਆ ਇਹ ਜਿਹੜੀ ਪੌਹਲ ਦਿੰਨੇ ਉਹ ਨਹੀਂ ਹੈ ਇਹ ਹਰੇਕ ਦੇ ਜਿਹੜਾ ਆਪਣਾ ਹਿਰਦਾ ਨਾਨ ਅੰਮ੍ਰਿਤ ਪ੍ਰਭ ਦਾ ਨਾਮ ਹੈ ਉਹਦੀ ਗੱਲ ਦੇਹੀ ਮੈਂ ਇਸ ਦਾ ਵਿਸਰਾਮ ਉਹ ਫਿਰ ਇਹਨੂੰ ਪ੍ਰਾਪਤ ਹੋ ਜਾਂਦਾ ਹੈ ਔਰ ਉਹਦੇ ਨਾਲ ਤ੍ਰਿਪਤ ਹੋ ਜਾਂਦਾ ਹੈ ਪਾਰਗ ਬ੍ਰਹਮ ਗੁਰਪਈ ਦੇ ਅੱਲਾ ਹੁਣ ਜਦ ਅੰਮ੍ਰਿਤ ਇਹਨੇ ਛਕ ਲਿਆ ਉਸ ਤੋਂ ਬਾਅਦ ਫਿਰ ਪਾਰ ਬ੍ਰਹਮ ਗੁਰਾਂ ਜਿਹੜੇ ਪਾਰ ਬ੍ਰਹਮ ਨਾਲ ਗੁਰ ਤਾਂ ਲੱਗਿਆ ਕਿਉਂਕਿ ਸਾਡਾ ਜੋ ਪਾਰ ਬ੍ਰਹਮ ਹੈ ਉਹ ਮੂਰਤੀ ਨਹੀਂ ਹੈ ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕੈ ਸੋ ਮੁਕਤਾ ਹੋਏ ਉਹ ਫਿਰ ਦਇਆ ਕਰੇਗਾ ਦੋ ਪਦਾਰਥ ਇਹ ਲੈ ਚੁੱਕਿਆ ਹੈ ਅੰਮ੍ਰਿਤ ਵੁਠਾ ਦੋ ਪਦਾਰਥ ਫਿਰ ਇਹਨੂੰ ਹੋਰ ਮਿਲਣਗੇ ਨਾਨਕ ਦਾਸ ਹੁਣ ਇਥੇ ਨਾਨਕ ਜੀ ਨਾਲ ਦਾਸ ਆਇਆ ਪਰ ਨਾਨਕ ਸ਼ਬਦ ਨਾਲ ਕਿਤੇ ਗੁਰੂ ਨਹੀਂ ਆਏਗਾ ਅਸੀਂ ਹਮੇਸ਼ਾ ਉਹਨਾਂ ਨੂੰ ਗੁਰੂ ਕਹਿੰਦੇ ਆ ਇਹ ਪਤਾ ਨਹੀਂ ਸਾਡੀ ਕੀ ਬੜੀ ਕਿਸਮਤੀ ਹੈ ਕਿ ਅਸੀਂ ਕਰੇ ਗੁਰਬਾਣੀ ਤੋਂ ਨਹੀਂ ਪੜਦੇ ਕਿ ਉਹਨਾਂ ਦੇ ਬਾਰੇ ਉਹਨਾਂ ਨੇ ਆਪੇ ਕੀ ਲਿਖਿਆ ਅਸੀਂ ਕਿਸੇ ਪੰਡਤ ਦਾ ਜਿਹੜੇ ਸੰਕਚੋਰ ਹਰਾਮਖੋਰ ਹਨ ਉਹਨਾਂ ਦੀ ਪਾਲਿਸੀ ਮੰਨੀ ਜਾਂਦੇ ਆ ਗੁਰਬਾਣੀ ਨੂੰ ਅਸੀਂ ਇਸ ਪੱਧਰ ਤੇ ਨਹੀਂ ਸਮਝਿਆ ਇਹ ਸਾਡੀ ਬਹੁਤ ਬੜੀ ਉਕਾਈ ਹੈ ਆਪਾਂ ਤਾਂ ਹੀ ਉਪਰ ਅਲਾ ਕਰਦੇ ਆਂ ਦੇਖ ਪਏ ਨਿਹਾਲਾ ਚਾਰ ਪਦਾਰਥ ਵਾਲੇ ਨੂੰ ਨਿਹਾਲ ਕਿਹਾ ਜਾਂਦਾ ਉੱਥੇ ਸਾਰੇ ਦਾਸ ਹੀ ਨੇ ਸੱਚਖੰਡ ਵਿੱਚ ਸੋ ਜਦੋਂ ਤੱਕ ਦਾਸ ਨਹੀਂ ਕੋਈ ਬਣੇਗਾ ਉੱਥੇ ਨਹੀਂ ਜਾ ਸਕਦਾ ਹਾਂ ਜਿਹੜੀ ਉਹ ਗਵਰਨਮੈਂਟ ਹੈ ਜਿਹੜੀ ਉਹ ਹੁਕਮ ਕਰਦੀ ਆ ਉੱਥੇ ਜਿਹੜੀ ਸਰਕਾਰ ਮੰਨੋ ਉਹ ਜਿਹੜੀ ਹੈ ਉਹਨੂੰ ਅਸੀਂ ਗੁਰੂ ਕਹਿੰਦੇ ਆਂ ਪਰ ਗੁਰੂ ਦੇ ਜਿਹੜੇ ਮੈਂਬਰਸ ਐ ਉਹ ਸਾਰੇ ਦਾਸ ਐ ਇਹ ਕੰਮ ਜੋ ਗੱਲ ਆਪਾਂ ਨੂੰ ਸਮਝਾਈ ਜਾ ਰਹੀ ਬਾਰ-ਬਾਰ ਹੁਣ ਅਸੰਖ ਅਮਰ ਕਰ ਜਾਹੇ ਜੋਰ ਹੁਣ ਗੁਰਬਾਣੀ ਅੰਦਰ ਅਮਰ ਸ਼ਬਦ ਦੋ ਤਰ੍ਹਾਂ ਲਿਖਿਆ ਮਿਲਦਾ ਸਪੈਲਿੰਗਸ ਦਾ ਸੇਮ ਹੀ ਹੈ ਪਰ ਆਪਾਂ ਨੂੰ ਜਦੋਂ ਆਪਾਂ ਪੜਾਂਗੇ ਪੰਕਤੀਆਂ ਆਪਾਂ ਨੂੰ ਪਤਾ ਲੱਗੂਗਾ ਹਰ ਇੱਕੋ ਮੇਰਾ ਸੱਜਣੋ ਹਰੀ ਇਕਸੇ ਨਾਲ ਮੈਂ ਸੰਗ ਹੁਣ ਇੱਥੇ ਕੀ ਹੈ ਵੀ ਜਿਹੜਾ ਹਰੀ ਹੈ ਉਹ ਮੇਰਾ ਮੂਲ ਹੈ ਉਹ ਮੇਰਾ ਸੱਜਣ ਹੈ ਤੇ ਦੂਸਰਾ ਹਰੀ ਇਕਸ ਹੈ ਇਹ ਹੈਗਾ ਜਿਹੜਾ ਸ਼ਬਦ ਗੁਰੂ ਹੈ ਉਹਦਾ ਹੁਣ ਮੈਂ ਸੰਗ ਕਰ ਲਿਆ ਪਰ ਪਹਿਲਾਂ ਮੈਂ ਉਹਨੂੰ ਸੱਜਣ ਮੰਨਣਾ ਤਾਂ ਹੈ ਮੈਨੂੰ ਤਾਂ ਪਤਾ ਨਹੀਂ ਵੀ ਮੇਰਾ ਸੱਜਣ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਉਹਦਾ ਸਾਨੂੰ ਗਿਆਨ ਨਹੀਂ ਹੈ ਸਿਰਫ ਗੁਰਬਾਣੀ ਦੱਸਦੀ ਹੈ ਸੋ ਅਮਰ ਜੜਾ ਆਪਾਂ ਪੜਾਂਗੇ ਅਮਰ ਸੰਗਿਆ ਹੈ ਆਗਿਆ ਹੁਕਮ ਕਰਨਾ ਇਹ ਹਾਕ ਹੁਕਮ ਕਰ ਰਿਹਾ ਕੋਈ ਅਮਰ ਦਾ ਅਰਥ ਹੈ ਹੁਕਮ ਤੇ ਦੂਸਰਾ ਜਿਹੜਾ ਅਮਾਰ ਆਪਾਂ ਲਿਖ ਕੇ ਸਾਈਫਨ ਲਿਖਿਆ ਉਹ ਹੈਗਾ ਮਰਨ ਰਹਿਤ ਬਿਨਾ ਮੌਤ ਮੌਤ ਤੋਂ ਬਿਨਾ ਅਮਰ ਸੋ ਅਮਰ ਪਦਾਰਥ ਵੀ ਲਿਖਿਆ ਹੈ ਗੁਰਬਾਣੀ ਚ ਅਮਰ ਆ ਪਦ ਵੀ ਲਿਖਿਆ ਹੋਇਆ ਜਿਹਦੇ ਬਾਅਦ ਮੌਤ ਨਹੀਂ ਆਉਂਦੀ ਜਿਹਦੇ ਬਾਅਦ ਦੁਬਾਰਾ ਭਵ ਸਾਗਰ ਦਾ ਚੱਕਰ ਆਪਣਾ ਜੋ ਹੈ ਉਹ ਮੁੱਕਦਾ ਹੈ ਜਨਮ ਮਰਨ ਦਾ ਸੋ ਉਹਦੇ ਵਿੱਚ ਉਹਨੂੰ ਹੋਣਾ ਇਹ ਆਪਾਂ ਅਵਸਥਾ ਗ੍ਰਹਿਣ ਕਰਨੀ ਹੈ ਹੁਕਮ ਜਿਹੜਾ ਕੋਈ ਕਰ ਰਿਹਾ ਸੋ ਜਿਹੜਾ ਅਮਰ ਹੈ ਉਹਨੂੰ ਇਮੋਰਟਲ ਐਵਰ ਲਾਸਟਿੰਗ ਯਰਟਰਨਲ ਕਹਿੰਦੇ ਆ ਇਹ ਸਾਡੀ ਆਪਣੀ ਜੋਤ ਹੈ ਅਸੀਂ ਇਹ ਅਵਸਥਾ ਪ੍ਰਾਪਤ ਕਰਨੀ ਹੈ ਹੁਣ ਇਹਦੇ ਬਾਰੇ ਆਪਾਂ ਥੋੜਾ ਗੁਰਬਾਣੀ ਜੋ ਪ੍ਰਮਾਣ ਲੈ ਲੈਨੇ ਆ ਜੋ ਆਇਆ ਸੋ ਚਲਸੀ ਜਿਹੜਾ ਵੀ ਆਇਆ ਉਹ ਚਲੇ ਗਿਆ ਜਿਹੜੀ ਕਿਰਤ ਹੈ ਤਾਂ ਹੀ ਪੂਜਿਆ ਪੂਜਾ ਨਹੀਂ ਕੀਤੀ ਜਾ ਸਕਦੀ ਕਿਰਤ ਦੀ ਕਿਰਤ ਤਾਂ ਆਉਂਦੀ ਜਾਂਦੀ ਹੈ ਅਮਰ ਅਮਰ ਸੋ ਗੁਰ ਕਰਤਾਰ ਅਮਰ ਕੌਣ ਹੈ ਹੁਕਮ ਕਰਨ ਵਾਲਾ ਕੌਣ ਹੈ ਜਿਹੜਾ ਗੁਰ ਕਰਤਾਰ ਹੈ ਉਹ ਹੁਕਮ ਚੱਲਦਾ ਹੈ ਹੁਕਮ ਦੇ ਵਿੱਚ ਅਸੀਂ ਆਉਂਦੇ ਜਾਂਦੇ ਹਾਂ ਗੁਰ ਕਰਤਾਰ ਦਾ ਹੁਕਮ ਹੈ ਜਿਵੇਂ ਗੁਰ ਪਰਮੇਸ਼ਰ ਹੈ ਗੁਰ ਪਾਰਮਰਮ ਹੈ ਓਵੇਂ ਗੁਰ ਕਰਤਾਰ ਹੈ ਉੱਥੇ ਸਾਰੇ ਗੁਰ ਸਰੂਪ ਹੈ ਗੁਰ ਔਂਕੜਾ ਵੀ ਉੱਥੇ ਪੂਰਨ ਬ੍ਰਹਮਾ ਦਾ ਉਹ ਇਕੱਠ ਹੈ ਉਹ ਸਮੁੰਦਰ ਰੂਪ ਕਰਤਾਰ ਹੈ ਜਿਹਨੀਆਂ ਬੂੰਦਾਂ ਗੁਰ ਨੇ ਉਹਨਾਂ ਦਾ ਹੁਕਮ ਚੱਲ ਰਿਹਾ ਹੈ ਸ੍ਰਿਸ਼ਟੀ ਤੇ ਹਰੀ ਇਕਸੇ ਦਾ ਹੈ ਅਮਰ ਉਹ ਜਿਹੜੇ ਇਕਸੇ ਹੋਏ ਹੋਏ ਨੇ ਜਿਹੜੇ ਫੌਜ ਰੂਪ ਚ ਨੇ ਜਿਹੜੇ ਪਾਰਲੀਮੈਂਟ ਚ ਰੂਪ ਨੇ ਉਹੀ ਹੁਕਮ ਦੇ ਰਹੇ ਆ ਸਾਰੀ ਸ੍ਰਿਸ਼ਟੀ ਨੂੰ ਇੱਕੋ ਹਰੀ ਚਿਤਧਰ ਤੂੰ ਆਪਣਾ ਜਿਹੜਾ ਤੇਰਾ ਇੱਕੋ ਹਰੀ ਆ ਤੂੰ ਪਹਿਲਾਂ ਉਹਦੇ ਨਾਲ ਇੱਕ ਹੋ ਜਦ ਤੂੰ ਸਿਪਾਹੀ ਬਣ ਜਾਏਗਾ ਫਿਰ ਤੇਰੀ ਫੌਜ ਵਿੱਚ ਆਪਣੇ ਆਪ ਦਾਖਲਾ ਹੋ ਜਾਏਗਾ ਸਿੱਧਾ ਫੌਜ ਵਿੱਚ ਕਿਸੇ ਨੇ ਦਾਖਲ ਨਹੀਂ ਕਰਨਾ ਸਿਪਾਹੀ ਨੂੰ ਆਪਣੇ ਹਾਈਟ weight chest ਜੋ ਹੈ ਉਹ ਪੂਰਾ ਕਰਨਾ ਪੈਂਦਾ ਫਿਜ਼ੀਕਲੀ ਇੱਥੇ ਸਪਿਰਚੂਅਲੀ ਉਹਨੂੰ ਆਪਣੇ ਮੂਲ ਵਿੱਚ ਸਮਾਉਣਾ ਪੈਂਦਾ ਹਰੀ ਤੇ ਇਸ ਵਿੱਚ ਕੋਈ ਨਾ ਹੈ ਡਰ ਭਰਮ ਪਉ ਦੂਰ ਕਰ ਉਹ ਕਹਿੰਦੇ ਵੀ ਹਰੀ ਹੋਈ ਹੈ ਸਾਰਾ ਹਰੀ ਦੇ ਨਾਲੇ ਮੰਨ ਨੇ ਜੁੜਨਾ ਇਨੋਂ ਕਿਤੇ ਹੋਰ ਬਾਹਰ ਜੁੜਨ ਦੀ ਲੋੜ ਨਹੀਂ ਹੈ ਉਹਦੇ ਨਾਲ ਕੀ ਹੋਏਗਾ ਦਰ ਤ੍ਰੰਮ ਤੇ ਪਉ ਇਹ ਤਿੰਨ ਭਾਰ ਇਹਦੇ ਮਨ ਤੇ ਹਮੇਸ਼ਾ ਉਹ ਦੂਰ ਹੋ ਜਾਂਦੇ ਨੇ ਇੱਕ ਹੋਰ ਭਾਰ ਵੀ ਹੈ ਅਮਰ ਹੋਵੇ ਜੋ ਨਾਮ ਰਸ ਪਾਵੇ ਹੁਣ ਇਹ ਅਮਰ ਹੈ ਉੱਪਰ ਅਮਰ ਸੀ ਅਮਰ ਹੋਵੇ ਇਹ ਅਵਸਥਾ ਜੀਵ ਨੇ ਲੈ ਲਈ ਹੈ ਪੂਰਨ ਬ੍ਰਹਮ ਹੈ ਜੋ ਨਾਮ ਰਸ ਪਾਵੇ ਜੀਨੇ ਚਾਰ ਪਦਾਰਥ ਲੈ ਲਏ ਨੇ ਨਾਮ ਰਸ ਉਹੀ ਹੈ ਹਰੀ ਇਹ ਹਰੀ ਦੇ ਗੁਣ ਦੇਖ ਲੋ ਸਤ ਨਿਰੰਜਨ ਅਮਰ ਹੈ ਨਿਰਪੋ ਨਿਰਵੈਰ ਨਿਰੰਕਾਰ ਇਹ ਸਾਰੇ ਪੂਰਨ ਬ੍ਰਹਮ ਦੇ ਗੁਣ ਹੈ ਇਹ ਚ ਉਹਦੇ ਗੁਣ ਤਾਂ ਆਪਾਂ ਮੂਲ ਮੰਤਰ ਚ ਪੜ੍ਹਦੇ ਆਂ ਉੱਥੋਂ ਸਾਨੂੰ ਪਤਾ ਲੱਗਦਾ ਵੀ ਇਹ ਜਿਹੜਾ ਅਮਰ ਹੋ ਗਿਆ ਜਿਹੜਾ ਫਿਰ ਅਮਰ ਹੈ ਉਹ ਜੁਨੀ ਵੀ ਹੈ ਇਹ ਉਹਦੇ ਗੁਣ ਨੇ ਉਹਨੇ ਹਰੀ ਰਸ ਪਾਇਆ ਹੋਇਆ ਉਤੋਂ ਬਾਅਦ ਫਿਰ ਉਹ ਅਮਰ ਕਰਨਾ ਸ਼ੁਰੂ ਕਰ ਦਿੰਦਾ ਉਹ ਹੁਕਮ ਚਲਾਉਂਦਾ ਹੁਕਮ ਕਰਦਾ ਉਹਦਾ ਹੀ ਹੁਕਮ ਚੱਲਦਾ ਪਰ ਇੱਕ ਹੋਰ ਤਰ੍ਹਾਂ ਦਾ ਜੀ ਕਿ ਮੈਂ ਕਹਣਾ ਅਸੰਖ ਅਮਰ ਕਰ ਜਾਹੇ ਜ਼ੋਰ ਦੋ ਤਰ੍ਹਾਂ ਦੇ ਜ਼ੋਰ ਹੈ ਇੱਕ ਤਾਂ ਪਰਮੇਸ਼ਰ ਦਾ ਜ਼ੋਰ ਹੈ ਜਿਹਦੇ ਵਿੱਚ ਆਖਣ ਜ਼ੋਰ ਚੁਪੇ ਨਾ ਜ਼ੋਰ ਯੂ نو ਉਹ ਜਿੱਥੋਂ ਆਇਆ ਉੱਥੇ ਜ਼ੋਰ ਹੀ ਕਹਿੰਨੇ ਜੱਜੇ ਪਰ ਬਿੰਦੀ ਲਾ ਕੇ ਕਹਿੰਦੇ ਇਹ ਪਰਮੇਸ਼ਰ ਕਿਹਨੂੰ ਚੁੱਪ ਕਰਾ ਦੇਵੇ ਕੀਦੋ ਕੁਝ ਕਹਾ ਦੇਵੇ ਪਰਮੇਸ਼ਰ ਦੀ ਸ਼ਕਤੀ ਹੈ ਇਹ ਉਹਦਾ ਜ਼ੋਰ ਹੈ ਸਾਡਾ ਨਹੀਂ ਹੈ ਜਿਉ ਪਿੰਡ ਸਭ ਰਾਸ ਤੁਮਾਰੀ ਤੇਰਾ ਜ਼ੋਰ ਗੋਪਾਲਾ ਜੀਓ ਸਾਡੇ ਅੰਦਰ ਜਿਹੜਾ ਜ਼ੋਰ ਹੈ ਉਹ ਹੈਗਾ ਸਾਡੇ ਮੂਲ ਦਾ ਗੋਪਾਲ ਦਾ ਹੋਰ ਕਿਸੇ ਦਾ ਨਹੀਂ ਹੈ ਗੁਰਮੁਖੀ ਜ਼ੋਰ ਕਰੇ ਕਿਹਾ ਤਿਸ ਨੂੰ ਆਪੇ ਆਪ ਦੁਖ ਪਾਵਣਿਆ ਜਿਹੜੇ ਗੁਰਮੁਖੀ ਹੋ ਗਏ ਆ ਉਹਨਾਂ ਪਰ ਕੋਈ ਜ਼ੋਰ ਨਹੀਂ ਕਰ ਸਕਦਾ ਭਗਤ ਕਬੀਰ ਜੀ ਦੀ ਆਪਾਂ ਸ਼ਬਦ ਪੜ੍ਹਿਆ ਭਗਤ ਨਾਮਦੇਵ ਜੀ ਦਾ ਉਹ ਰਾਜੇ ਉਹਨਾਂ ਨੂੰ ਜ਼ੋਰ ਕਹਿੰਦੇ ਸੀ ਵੀ ਤੂੰ ਖੁਦਾਏ ਕਹੇ ਜਾਂ ਜੋ ਵੀ ਕਰ ਉਹਨਾਂ ਪਰ ਜ਼ੋਰ ਨਹੀਂ ਚੱਲਦਾ ਕਹਿੰਦੇ ਕੋਈ ਜ਼ੋਰ ਨਹੀਂ ਚਲਾ ਸਕਦਾ ਕਿਉਂਕਿ ਉਹਨਾਂ ਨੇ ਪਰਮੇਸ਼ਰ ਦਾ ਹੁਕਮ ਸਮਝ ਲਿਆ ਉਹਨਾਂ ਨੂੰ ਪਤਾ ਵੀ ਸਾਡਾ ਇਹ ਕਿ ਤਰ੍ਹਾਂ ਦਾ ਇੱਥੇ ਅ ਇਮਤਿਹਾਨ ਹੋ ਰਿਹਾ ਉਹ ਇਮਤਿਹਾਨ ਚ ਪਾਸ ਹੋ ਜਾਂਦੇ ਨੇ ਜਿਹੜੇ ਇਮਤਿਹਾਨ ਲੈਂਦੇ ਆ ਜਾਣ ਕੇ ਉਹਨਾਂ ਨਾਲ ਖਾਰ ਖਾਂਦੇ ਨੇ ਆਪੇ ਖਪ-ਦੁਖ ਭਾਵਣੇ ਆ ਉਹ ਰਾਜਿਆਂ ਦਾ ਕਿਹੜੇ ਕੋਈ ਨਾਂ ਜਾਣਦਾ ਜੇ ਜਾਣਦਾ ਉਹਨਾਂ ਨੂੰ ਪਾਪੀ ਉਹ ਕਹਿੰਦੇ ਆ ਸਾਰੇ ਭਗਤਾਂ ਦਾ ਨਾਂ ਰੋਸ਼ਨ ਲੈਂਦਾ ਉਹ ਗੁਰਮੁਖ ਹੈ ਕਿਉਂਕਿ ਗੁਰਮੁਖਾਂ ਨੇ ਪਰਮੇਸ਼ਰ ਦੇ ਜੋਰ ਨੂੰ ਪਛਾਣ ਲਿਆ ਹੁਣ ਇੱਕ ਹੋਰ ਜ਼ੋਰ ਨਾਲ ਜ਼ੁਲਮ ਆਉਂਦਾ ਵਰਡ ਇਹ ਜ਼ੁਲਮ ਸ਼ਬਦ ਜੋ ਹੈ ਇਹ ਆਪਣੇ ਲਈ ਹੈ ਅਸੀਂ ਆਪਣੇ ਮਨ ਨਾਲ ਜੋ ਜ਼ੋਰ ਜ਼ੁਲਮ ਕਰਦੇ ਹਾਂ ਫੂਲੋ ਫੁੱਲ ਹੈ ਕਣੋ ਅਸੀਂ ਜਦੋਂ ਜਿੱਥੇ ਸੱਚ ਬੋਲਣ ਦੀ ਸਾਨੂੰ ਲੋੜ ਹੈ ਜੇ ਅਸੀਂ ਉੱਥੇ ਸੱਚ ਨੂੰ ਕਿਨਾਰਾ ਕਰਦੇ ਹਾਂ ਹੋ ਸਕਦਾ ਹੈ ਅਸੀਂ ਮਾਇਆ 'ਚ ਬਹੁਤ ਕਾਮਯਾਬ ਹੋ ਜਾਈਏ ਬੜੇ ਕਣੇ ਆਪਾਂ ਨੂੰ ਲੱਗਦਾ ਹੈ ਵੀ ਇਹ ਬੜਾ ਅਮੀਰ ਹੈ ਹੈਨਾ ਆਸਾ ਕੀ ਵਾਰਸ਼ ਵੀ ਲਿਖਿਆ ਵੀ ਲੱਗਦਾ ਫੱਲੀਆ ਫੁੱਲੀਆ ਬਪੜੇ ਪੀਤਨ ਵਿੱਚ ਸਵਾ ਅੰਦਰ ਤਾਂ ਸਵਾਏ ਹਨਾਂ ਦੇ ਕਾਚੀ ਦੇ ਬਿਕਾਰ ਉਹੀ ਹੈ ਵੀ ਜਿਹੜੀ ਕਾਚੀ ਦੇ ਹੈ ਉਹਨੂੰ ਬਿਕਾਰਾਂ ਨਹੀਂ ਖਾ ਲੈਣਾ ਇਹਦੀ ਨੂੰ ਕਿਉਂਕਿ ਜੋ ਇਹ ਮਾਇਆ ਪਿੱਛੇ ਪਿਆ ਹੋਇਆ ਰ ਆਪਣਾ ਮੂਲ ਛੱਡਿਆ ਹੋਇਆ ਉਹਦੇ ਅੱਤ ਕੀ ਹੈ ਅਹੰਗ ਬੁੱਧ ਵੰਦਨ ਪਰੇ ਉਹਨੂੰ ਉਹਦੀ ਅਹੰਗ ਬੁੱਧ ਦੇ ਵੰਦਨ ਪਰੇ ਹੋਏ ਹੋ ਜੇ ਉਹ ਚਾਹੁੰਦਾ ਵੀ ਮੈਂ ਛੁੱਟਣਾ ਜੀਵ ਨਾਨਕ ਨਾਮ ਛੁਟਾਰ ਨਾਮ ਛੁਟਾ ਸਕਦਾ ਸਿਰਫ ਨਾਮ ਪਹਿਲਾਂ ਗਿਆਨ ਲਈਦਾ ਹੈ ਗਿਆਨ ਨੂੰ ਜਪੀਦਾ ਜਦੋਂ ਜਪ ਪੂਰਾ ਹੋ ਜਾਂਦਾ ਫਿਰ ਆਪਾਂ ਅਰਦਾਸਾਂ ਕਰੀਦੀ ਹੈ ਤਾ ਇਥੇ ਜਨਮ ਮਰਨ ਤੋਂ ਛੁਟਕਾਰਾ ਹੈ ਹੋਰ ਕੋਈ ਤਰੀਕਾ ਗੁਰਮਤ ਨੇ ਨਹੀਂ ਮੰਨਿਆ ਤੇ ਜ਼ੁਲਮ ਆਪਾਂ ਤਾਂ ਲਿਖਿਆ ਕਿਉਂਕਿ ਅਸੀਂ ਕਹਿੰਦੇ ਸਿੱਖ ਜਿਹੜਿਆਂ ਜ਼ੁਲਮ ਦੇ ਖਿਲਾਫ ਹਸੀ ਸੀ ਜ਼ੁਲਮ ਤਾਂ ਕਿਸੇ ਹੋਰ ਤੇ ਹੋ ਹੀ ਨਹੀਂ ਰਿਹਾ ਜ਼ੁਲਮ ਅਸੀਂ ਆਪਣੇ ਆਪ ਤੇ ਹੀ ਕਰ ਸਕਦੇ ਹਾਂ ਬਾਕੀ ਦਾ ਹੁਕਮ ਹੈ ਜੋ ਹੁਕਮ ਵਿੱਚ ਹੋਣਾ ਉਹ ਕੋਈ ਆਖਣ ਜ਼ੋਰ ਚੁਪੇ ਨਾ ਜ਼ੋਰ ਆਪਾਂ ਮਨਾ ਨਹੀਂ ਕਰ ਸਕਦੇ ਉਸ ਉਹ ਪਰਮੇਸ਼ਰ ਦਾ ਹੁਕਮ ਹੈ ਉਹ ਚੱਲਣਾ ਉਨਾ ਕਿਸੇ ਤਰ੍ਹਾਂ ਕਿਸੇ ਨੂੰ ਮਰਾਉਣਾ ਵੀ ਹੈ ਕਿਸੇ ਨੂੰ ਕਿਸੇ ਨੂੰ ਬਚਾਉਣਾ ਵੀ ਹੈ ਉਹ ਕੰਮ ਚੱਲਦਾ ਰਹਿੰਦਾ ਸੋ ਇਹ ਜਿਹੜਾ ਜ਼ੁਲਮ ਸ਼ਬਦ ਹੈ ਔਰ ਪਾਪ ਸ਼ਬਦ ਹੈ ਇਹ ਜੀ ਦੇ ਆਪਣੇ ਨਾਲ ਐਸੋਸੀਏਟਡ ਹੈ ਨਾ ਅਸੀਂ ਪਾਪ ਕਰ ਸਕਦੇ ਆ ਨਾ ਅਸੀਂ ਜ਼ੁਲਮ ਕਰ ਸਕਦੇ ਆ ਕਿਸੇ ਹੋਰ ਤੇ ਘਟ ਦੇ ਵਿੱਚ ਅਸੀਂ ਜ਼ੁਲਮ ਕਰਦੇ ਆ ਘਟ ਦੇ ਵਿੱਚ ਅਸੀਂ ਪਾਪ ਕਰਦੇ ਆ ਘਟ ਤੋਂ ਬਾਹਰ ਪਰਮੇਸ਼ਰ ਦਾ ਹੁਕਮ ਹੈ ਘਟ ਦੇ ਵਿੱਚ ਵੀ ਖੈਰੂ ਦਾ ਹੁਕਮ ਹੈ ਪਰ ਇਹ ਸਾਡੀ ਫ੍ਰੀ ਵਿਲ ਹੈ ਕਿ ਅਸੀਂ ਆਪਣੇ ਆਪ ਤੇ ਤਨਾ ਜ਼ੁਲਮ ਕਰੀਏ ਆਪਣਾ ਜੋ ਗੁਰਮਤ ਦਾ ਜੋ ਸਾਨੂੰ ਉਪਦੇਸ਼ ਹੈ ਉਹਨੂੰ ਮੰਨਿਏ ਮਨ ਨੂੰ ਮਨਾਈਏ ਜੇ ਮਨ ਨਹੀਂ ਮੰਨਦਾ ਤਾਂ ਜ਼ੁਲਮ ਹੈ ਮਨ ਨੂੰ ਆਪਾਂ ਨੂੰ ਸਮਝਾਉਣਾ ਪਏਗਾ ਬੁੱਧੀ ਨੂੰ ਸਮਝਾਉਣਾ ਪਏਗਾ ਨੀਠ ਨੀਠ ਮਨ ਕੀ ਆ ਧੀਰਾ ਕਬੀਰ ਜੀ ਕਹਿੰਦੇ ਬਹੁਤ ਸਮਾਂ ਲੱਗਦਾ ਪਰ ਮੈਂ ਛੱਡਿਆ ਨਹੀਂ ਮਨ ਨੂੰ ਮਨਾ ਕੇ ਫੇਰੇ ਮੈਂ ਅਗਲੀ ਅਵਸਰ ਤੇ ਪਹੁੰਚਿਆ ਹੁਣ ਅਗਲੀ ਆਪਾਂ ਪੰਕਤੀ ਹੈ ਅਸੰਖ ਗਲਵੱਡ ਹੱਤਿਆ ਕਮਾਏ ਹੁਣ ਗੱਲ ਵੱਡਣ ਵਾਲੇ ਸਾਨੂੰ ਜਨਰਲ ਹੀ ਲੱਗਦਾ ਕਿ ਸਿਰਫ ਗੱਲ ਵੱਢ ਕੇ ਹੀ ਹੱਤਿਆ ਕਮਾਈ ਜਾਂਦੀ ਹੈ ਕੋਈ ਕਿਸੇ ਤਰੀਕੇ ਨਾਲ ਕਿਸੇ ਨੂੰ ਮਾਰ ਸਕਦਾ ਇਹ ਥੋੜੇ ਵੀ ਕੱਲਾ ਗੱਲ ਵੱਡਣ ਨਾਲੇ ਹੁਣ ਗੱਲ ਵੱਡਣ ਦਾ ਅਰਥ ਕੀ ਹੈ ਗੁਰਮਤ ਵਿੱਚ ਬੁੱਧੀ ਭ੍ਰਸ਼ਟ ਕਰਨ ਵਾਲੇ ਉਹ ਜਿਹੜੇ ਅਸੰਖ ਚੋਰ ਹਰਾਮਖੋਰ ਸੀ ਜਿਨ੍ਹਾਂ ਨੇ ਕਿਤੇ ਹੋਰੋਂ ਗਲਤ ਇਨਫੋਰਮੇਸ਼ਨ ਦਿੱਤੀ ਹੈ ਕਿਸੇ ਹੋਰ ਨੂੰ ਉਹ ਗੱਲ ਵੱਡਣ ਵਾਲੇ ਨੇ ਉਹਨਾਂ ਦੀ ਇਨਫੋਰਮੇਸ਼ਨ ਪੋਲੂਟਿਡ ਹੈ ਕੰਟਾਮਿਨੇਟਿਡ ਹੈ ਕੰਟਾਮਿਨੇਟਿਡ ਹੈ ਤੇ ਕਰਪਟਿਡ ਹੈ ਏ ਮੈਂ ਪਹਿਲਾਂ ਵੀ ਕਿਹਾ ਵੀ ਸਾਡੇ ਟੀਕਾਕਾਰਾਂ ਚ ਵੀ ਆਪਾਂ ਦੇਖਾਂਗੇ ਉਹਨਾਂ ਤੋਂ ਇਹ ਗਲਤੀਆਂ ਕਿਵੇਂ ਨਹੀਂ ਬੁੱਝ ਹੋਈਆਂ ਜਿਹੜੀਆਂ ਬੜੀਆਂ ਸਿੰਪਲ ਸੀ ਉਹਨਾਂ ਦਾ ਤਾਂ ਕੰਮ ਸੀ ਅਸੀਂ ਉਹਨਾਂ ਦੀਆਂ ਗੱਲਾਂ ਮੰਨੀ ਜਾਵਾਂਗੇ ਤਾਂ ਸਾਡਾ ਗਿਆਨ ਵੀ ਪੋਲੀਟਿਕਲ ਕੰਟਾਮਿਨੇਟ ਤੇ ਕਰਪਟਡ ਹੋ ਜਾਏਗਾ ਅਸੀਂ ਵੀ ਫਿਰ ਸਾਡਾ ਵੀ ਗਲ ਵੱਡਿਆ ਜਾਏਗਾ ਇਹ ਨਿਰਾਕਾਰੀ ਗੱਲ ਹੈ ਕਾਲ ਹੈ ਇਹ ਦੂਸਰੀ ਗੱਲ ਦੀ ਗੱਲ ਨਹੀਂ ਜਿਹੜਾ ਅਸੀਂ ਬਾਹਰ ਅਸੀਂ ਤਾਂ ਇੱਕੇ ਗੱਲ ਨੂੰ ਜਾਣਦੇ ਆ ਗੱਲ ਅੰਦਰ ਹੁੰਦਾ ਸਾਨੂੰ ਸ਼ਾਇਦ ਇਹ ਵੀ ਨਹੀਂ ਪਤਾ ਬਾਹਰ ਤਾਂ ਕੰਠ ਹੁੰਦਾ ਅਸੀਂ ਇਹ ਦੋਹਾਂ ਗੱਲਾਂ ਨੂੰ ਨਹੀਂ ਸਮਝਦੇ ਸੋ ਇਹ ਸਾਨੂੰ ਗੱਲ ਸਮਝਣੀ ਪਏਗੀ ਵੀ ਗੱਲ ਕੀ ਹੈ ਪਰਮੇਸ਼ਰ ਆਪਣਾ ਗੱਲ ਲਾ ਦਿੰਦਾ ਸਾਡੇ ਅੰਦਰ ਫਿਰ ਉਹ ਬੋਲਦਾ ਜਦ ਅਸੀਂ ਆਪਣੇ ਗੱਲ ਨਾਲ ਬੋਲਦੇ ਹਾਂ ਅਸੀਂ ਮਨ ਨਾਲ ਬੋਲਦੇ ਹਾਂ ਜਿਹੜਾ ਵੀ ਮਨ ਦੇ ਥਰੂ ਬੋਲੂਗਾ ਉਹਦਰ ਆਪਣਾ ਗੱਲ ਵੱਡਿਆ ਹੋਈ ਹੈ ਕਿਉਂਕਿ ਉਹ ਆਪਣਾ ਜਿਹੜਾ ਮੂਲ ਹੈ ਉਹਦੇ ਤੇ ਜ਼ੁਲਮ ਕਰ ਰਿਹਾ ਉਹਨੂੰ ਨਹੀਂ ਬੋਲਣ ਦਾ ਮੌਕਾ ਦੇ ਰਿਹਾ ਉਹ ਤਾਂ ਹੀ ਬੋਲੇਗਾ ਜਦੋਂ ਜੀਵ ਆਪ ਚੁੱਪ ਹੋ ਜਾਏਗਾ ਸੋ ਇਹਦੇ ਬਾਰੇ ਆਪਾਂ ਨੂੰ ਗੁਰਬਾਣੀ ਵਿੱਚ ਕਪਾੜੇ ਕਿ ਵੀਰ ਜੀ ਨੇ ਦੱਸਿਆ ਵੀ ਗਲ ਵੱਢ ਕੇ ਹੱਤਿਆ ਨਹੀਂ ਹੁੰਦੀ ਉਹਨਾਂ ਨੇ ਕਲੀਅਰ ਕੀਤਾ ਪਕੜ ਜਿਉਾਨਿਆਂ ਦੇ ਬਿਨਾਸੀ ਮਾਰਟੀ ਕੋ ਬਿਸਮਿਲ ਕੀਤਾ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਤਾ ਯੂ ਸੀ ਦੇ ਲਾਈਵ ਲਿਵਿੰਗ ਕ੍ਰੀਚਰ ਦੈਨ ਬ੍ਰਿੰਗ ਇਟ ਹੋਮ ਯੂ ਹੈਵ ਜਸਟ ਸਲਟਰਡ ਦਾ ਕਲੇ ਫਿਜ਼ੀਕਲ ਬਾਡੀ ਦਾ ਇਥੈਰਿਕ ਬਾਡੀ ਪਾਸਸਿਸ ਇੰਟੂ ਅਨਦਰ ਫਾਰਮ ਸੋ ਟੈਲ ਮੀ ਹੂ ਹੈਸ ਗੋਨ ਥਰੂ ਹਲਾਲ ਉਹ ਕਹਿੰਦੇ ਜੀਵ ਦੀ ਹੱਤਿਆ ਨਹੀਂ ਹੋ ਸਕਦੀ ਕਦੇ ਵੀ ਇਹ ਉਹ ਦੱਸਣਾ ਚਾਹੁੰਦਾ ਉਸੀ ਨਾਮ ਨੂੰ ਕਬੀਰ ਜੀ ਇੱਥੇ ਦੁਬਾਰਾ ਦੁਹਰਾ ਰਹੇ ਨੇ ਜੀ ਬਦੋ ਕਹਿੰਦੇ ਬਦ ਤਾ ਤੁਸੀਂ ਕੀਤਾ ਇਹਨੂੰ ਹਲਾਲ ਦਾ ਨਾਮ ਨਹੀਂ ਦਿੱਤਾ ਜਾ ਸਕਦਾ ਸੋ ਧਰਮ ਕਰ ਥਾਪੋ ਕੁਰਾਨ ਨੇ ਨਹੀਂ ਧਰਮ ਮੰਨਿਆ ਹੋਇਆ ਇਹ ਕੁਰਾਨ ਤੋਂ ਬਾਹਰ ਦਾ ਧਰਮ ਹੈ ਅਧਰਮ ਕਹੋ ਕਤ ਭਾਈ ਕਹਿੰਦੇ ਜੇ ਇਹੀ ਧਰਮ ਹੈ ਫਿਰ ਧਰਮ ਕਿਨੂੰ ਕਹਾਂਗੇ ਅਸੀਂ ਆਪਸ ਕੋ ਮਨੀਵਰ ਕਰ ਥਾਪੋ ਇਹ ਹੁਣ ਦੂਸਰੀ ਮਤ ਨੂੰ ਕਿਹਾ ਕਹਿੰਦੇ ਇਕੱਲੇ ਇਸਲਾਮ 'ਚੇ ਸਮੱਸਿਆ ਨਹੀਂ ਹੈ ਜਿਹੜੀ ਹੋਰ ਆਪਣੀ ਸਨਾਤਨ ਮਤ ਹੈ ਉਹਦੇ ਵਿੱਚ ਵੀ ਕਹਿੰਦੇ ਕੁਝ ਮਨੀਵਰ ਆਪਣੇ ਆਪ ਨੂੰ ਬਣੇ ਹੋਏ ਹਨ ਮੁਨੀਆਂ ਦੇ ਵੀ ਮਨੀਵਰ ਉਹ ਵੀ ਇਸ ਤਰ੍ਹਾਂ ਦਾ ਹੀ ਗਲਤ ਗਿਆਨ ਦਿੰਦੇ ਨੇ ਕਿਉਂਕਿ ਉਹ ਇਸ ਗੱਲ ਨੂੰ ਮੰਨਦੇ ਆ ਇਹ ਗੱਲ ਉਹਨਾਂ ਤੇ ਪ੍ਰਭਾਵ ਪਾ ਰਹੀ ਹੈ ਕਿ ਇਹ ਗੱਲ ਸਹੀ ਹੈ ਕਿਉਂਕਿ ਉਹ ਧਰਮ ਬਾਅਦ ਚ ਆਇਆ ਇੱਥੇ ਜੋ ਉਹਨਾਂ ਨੇ ਦੱਸਿਆ ਉਹਦੇ ਉੱਪਰ ਵੇਦ ਮਤ ਨੇ ਜੋ ਉਹਨਾਂ ਕੋਲ ਸੀ ਇਸ ਪਰ ਕੋਈ ਟਿੱਪਣੀ ਨਹੀਂ ਸੀ ਕੀਤੀ ਤਾਂ ਉਹ ਮੰਨਦੇ ਸੀ ਪਰ ਕਬੀਰ ਜੀ ਨੇ ਇਸ ਗੱਲ ਨੂੰ ਸਾਨੂੰ ਸਮਝਾਇਆ ਸਭ ਨੂੰ ਕਿ ਇਹ ਧਰਮ ਨਹੀਂ ਹੁੰਦਾ ਜੇ ਕਿਸੇ ਜੀ ਦਾ ਬੱਧ ਆਪਾਂ ਕਰਾਂਗੇ ਹਲਾਲ ਨਹੀਂ ਕਹਾਂਗੇ ਉਹਨੂੰ ਆਪਸ ਕੋ ਮਨੂਵਰ ਕਰ ਥਾਪੋ ਜਿਹੇ ਜੇ ਲੋਕ ਮਨੂਵਰ ਆ ਬੜੇ ਆਪ ਨੂੰ ਉੱਚੇ ਮੰਨਦੇ ਨੇ ਕਾ ਕੋ ਕਹੋ ਕਸਾਈ ਫਿਰ ਕਸਾਈ ਕੌਣ ਜਿਹੜਾ ਧਾਰਮਿਕ ਗਿਆਨ ਦੇਣ ਵਾਲਾ ਹੀ ਉਲਝਿਆ ਹੋਇਆ ਹੈ ਉਹੀ ਜੀ ਦੇ ਬੱਧ ਨੂੰ ਹਲਾਲ ਦੱਸਦਾ ਫਿਰ ਲੋਕਾਂ ਨੂੰ ਧਰਮ ਕਿੱਥੋਂ ਪ੍ਰਾਪਤ ਹੋਊਗਾ ਇਹ ਸੰਗਠ ਚੋਰ ਰਾਮ ਖੁਰ ਜੋ ਪੱਕ ਕਰ ਰਹੇ ਆ ਉਹ ਉਸੇ ਵਿੱਚ ਆਈ ਜਾਂਦਾ ਕਿ ਉਹ ਜੋ ਅਸਲੀ ਗਿਆਨ ਸੀ ਵੇਦ ਵਾਲਾ ਉਹ ਤੋਂ ਆਫ ਟ੍ਰੈਕ ਹੋਈਆਂ ਹੋਈਆਂ ਗੱਲਾਂ ਫਿਰ ਕੁਰਾਨ ਦਾ ਹਵਾਲਾ ਕਬੀਰ ਜੀ ਦਿੰਦੇ ਨੇ ਕਬੀਰ ਜੋਰੀ ਕੀ ਹੈ ਜ਼ੁਲਮ ਹੈ ਕਹਿੰਦੇ ਕੁਰਾਨ ਚ ਤਾਂ ਇਹ ਲਿਖਿਆ ਮੈਂ ਪੜਿਆ ਹੋਇਆ ਕਹਤਾ ਨਾ ਹਲਾਲ ਤੂੰ ਆਪਣੇ ਜੀਬ ਦੇ ਸਵਾਦ ਲਈ ਹਲਾਲ ਕਹਿਣਾ ਸ਼ੁਰੂ ਕਰਤਾ ਉਹਨੂੰ ਦਫ਼ਤਰ ਲੇਖਾ ਮੰਗੀ ਹੈ ਕੁਰਾਨ ਚ ਇਹ ਵੀ ਲਿਖਿਆ ਵੀ ਜਿਹੜਾ ਕੋਈ ਜੋਰੀ ਕਰਦਾ ਹੈ ਜੁਲਮ ਕਰਦਾ ਹੈਗਾ ਉਹ ਜੁਲਮ ਕਰ ਰਿਹਾ ਜਰਕੇ ਗੁਰਬਾਣੀ ਚ ਜੁਲਮ ਕਿਸੇ ਹੋਰ ਚੀਜ਼ ਨੂੰ ਕਿਹਾ ਦਫ਼ਤਰ ਲੇਖਾ ਮੰਗੇ ਜਦੋਂ ਧਨਵਰਾਜ ਲੇਖਾ ਮੰਗੇਗਾ ਇਹ ਤਾਂ ਸਾਰੀਆਂ ਮਤਾਂ ਵਾਲੇ ਮੰਨਦੇ ਆ ਤਾਂ ਹੋਏਗਾ ਕੌਣ ਹਵਾਲ ਫਿਰ ਤੇਰੇ ਫੇਵਰ ਚ ਕੌਣ ਖੜੂਗਾ ਤੂੰ ਤਾਂ ਆਪਣੇ ਫੇਵਰ ਚ ਆਪੇ ਨਹੀਂ ਖੜਿਆ ਉਹ ਆਪੇ ਹੀ ਕੁਰਾਨ ਦੇ ਸਹੀ ਅਰਥ ਨਹੀਂ ਕਰੇ ਕਾਜੀ ਤੂੰ ਕਵਣ ਕਿਤੇ ਬਖਾਨੇ ਪੜਤ ਗੁਣ ਐਸੇ ਸਭ ਮਾਰੇ ਕਿ ਨੂੰ ਖਬਰ ਨਾ ਜਾਣੀ ਨਾ ਹਲਾਲ ਦਾ ਪਤਾ ਲੱਗਿਆ ਨਾ ਨਮਾਜ਼ ਦਾ ਪਤਾ ਲੱਗਿਆ ਨਾ ਮੱਕੇ ਦਾ ਪਤਾ ਲੱਗਿਆ ਇਹ ਸਾਰੀਆਂ ਫਿਰ ਕਬੀਰ ਜੀ ਨੇ ਆਪਣੀ ਬਾਣੀ 'ਚ ਇਹ ਸਾਰੀਆਂ ਟਰਮਸ ਰੀਡਿਫਾਈਨ ਕੀਤੀਆਂ ਕਿਉਂਕਿ ਵੇਰਮਤ ਵਿੱਚ ਇਹਨਾਂ ਦਾ ਅਰਥ ਹੋਰ ਹੈ ਵੇਰ ਤੋਂ ਬਾਹਰ ਇਹਨਾਂ ਦਾ ਅਰਥ ਹੋਰ ਹੈ ਜਗਤ ਪਸ਼ੂ ਅਹੰਕਾਰ ਕਸਾਈ ਜਿਹੜਾ ਸਾਡਾ ਅਹੰਕਾਰ ਹੈ ਇਹੀ ਕਾਲ ਵਸਾਂ ਨੂੰ ਪਾਉਂਦਾ ਹੈ ਇਹੀ ਕਸਾਈ ਦਾ ਕੰਮ ਕਰਦਾ ਹੈ ਅਹੰਕਾਰ ਛੱਡਣ ਲਈ ਚਾਰ ਬਦਾਸ ਚਾਹੀਦੇ ਨੇ ਜੇ ਕਿਸੇ ਮਤ ਕੋਲ ਚਾਰ ਬਦਾਰਥ ਨਹੀਂ ਆਏ ਉਹ ਫਿਰ ਬਹੁਤ ਅਜੇ ਪਿੱਛੇ ਐ ਉਹ ਵੇਰ ਮਤੋਂ ਗਿਆਨ ਜ਼ਰੂਰ ਲਵੇ ਮਨਮੁਖ ਅੰਦੇ ਸੁਧ ਨਕਾਈ ਆਤਮ ਘਾਤੀ ਹੈ ਜਗਤ ਕਸਾਈ ਇਹ ਗੁਰਮਤ ਨੇ ਮੰਨਿਆ ਕਿ ਜਿਹੜੇ ਮਨਮੁਖ ਹੁੰਦੇ ਨੇ ਉਹ ਅੰਦੇ ਐ ਉਹਨਾਂ ਦਾ ਮਨ ਅਜੇ ਜਾਗਰਤ ਨਹੀਂ ਹੋਇਆ ਉਹਨਾਂ ਨੂੰ ਸੁਧ ਹੀ ਨਕਾਈ ਉਹਨਾਂ ਨੂੰ ਕਿਸੇ ਗੱਲ ਦੀ ਸੁਧ ਦੇ ਨਹੀਂ ਆਈ ਉਹ ਤਾਂ ਅਜੇ ਨੀਂਦ 'ਚ ਨੇ ਆਤਮ ਘਾਤੀ ਹੈ ਉਹ ਆਤਮ ਦਾ ਘਾਤ ਕਰ ਰਹੇ ਆ ਕਿਉਂਕਿ ਆਤਮ ਦੇ ਨਾਲ ਮਿਲ ਕੇ ਇੱਕ ਹੋਣਾ ਸੀ ਆਤਮ ਸਾਡਾ ਮੂਲ ਹੈ ਆਤਮਾ ਸਾਡੀ ਜਿਹੜੀ ਹੈ ਉਹ ਜਿਹੜੀ ਅੰਨੀ ਹੈ ਆ ਅਸ਼ੁੱਧ ਹੈ ਉਹ ਆਤਮਾ ਉਹਨੇ ਆਤਮ ਨਾਲ ਜੁੜਨਾ ਸੀ ਤਾਂ ਹੀ ਅਸੀਂ ਪਰਮਾਤਮਾ ਸ਼ਬਦ ਨਹੀਂ ਵਰਤਦੇ ਕਿਉਂਕਿ ਪਰਮਾਤਮਾ ਤਾਂ ਅੰਨੀ ਹੈ ਆ ਆਤਮਾ ਅੰਨੀ ਹੈ ਤੇ ਉਹਨੂੰ ਸ਼ੁੱਧ ਵੀ ਨਹੀਂ ਹੈ ਜੇ ਅਸੀਂ ਕਹਾਂਗੇ ਪਰਮਾਤਮਾ ਉਹ ਤਾਂ ਫਿਰ ਮਹਾਸ਼ੁੱਧ ਹੋ ਜਾਏਗੀ ਜਾਂ ਮਹਾਅੰਨੀ ਹੋ ਜਾਏਗੀ ਸੋ ਇਹ ਰੀਜ਼ਨ ਹੈ ਵੀ ਅਸੀਂ ਪਰਮਾਤਮਾ ਸ਼ਬਦ ਗੁਰਬਾਣੀ ਅੰਦਰ ਨਹੀਂ ਵਰਤਦੇ ਪਕਤਾਨੇ ਨਹੀਂ ਵਰਤੇ ਆ ਕਿਉਂਕਿ ਉਹਦਾ ਅਰਥ ਜੋ ਹੈ ਉਹ 네ਗੇਟਿਵ ਹੈ ਦੁਰਲਭ ਦੇ ਪਾਈ ਵਡਭਾਗੀ ਵੱਡੇ ਭਾਗਾਂ ਨਾਲ 84 ਲੱਖ ਜੇ ਆਪਾਂ ਕਾਊਂਟਿੰਗ ਨੂੰ ਵੀ ਮੰਨਦੇ ਆ ਗੁਰਬਾਣੀ ਨੇ ਇਹਨੂੰ ਕਾਊਂਟ ਨਹੀਂ ਮੰਨੇ ਆ ਮੰਨਿਆ ਵੀ ਚਾਰ ਰਾਸੀਆਂ ਦੇ ਥਰੂ ਆਇਆ ਪਰ ਇਹਨੂੰ ਮੰਨਿਆ ਵੀ ਜਿਹੜੀ ਆ ਜੂਨ ਹੈਗੀ ਹੈ ਇਹ ਸਭ ਤੋਂ ਉੱਚੀ ਹੈਗੀ ਮਾਨਕੋ ਪ੍ਰਭ ਦੀ ਵਡਿਆਈ ਨਾਮ ਨਾ ਜਪੇ ਤੇ ਆਤਮ ਘਾਤੀ ਨਾਮ ਜਪਣਾ ਸੀ ਰਟਣਾ ਨਹੀਂ ਸੀ ਕੋਈ ਅੱਖਰ ਨਾਮ ਵਿਆਖਿਆ ਚ ਹੁੰਦਾ ਹੈ ਗੁਰਬਾਣੀ ਨੇ ਜੋ ਵਿਆਖਿਆ ਕੀਤੀ ਹੈ ਨਾਵੇਂ ਜਿਹੜੇ ਗੁਣ ਸੀ ਉਤਾਰਨੇ ਸੀ ਮੰਨਨੇ ਉਹਦੇ ਨਾਲ ਇਹਦੇ ਅੰਦਰ ਚਾਨਣਾ ਬਦਲਣਾ ਸੀ ਇਹਦਾ ਜਿਹੜਾ ਹਨੇਰਾ ਉਹ ਮੁਕਣਾ ਸੀ ਇਹਦਾ ਅੰਨਾ ਪਣ ਖਤਮ ਹੋਣਾ ਸੀ ਇਹਨੇ ਸਜਾਖਾ ਹੋਣਾ ਸੀ ਜੇ ਆਪਾਂ ਨਹੀਂ ਕਰ ਸਕੇ ਆਤਮ ਘਾਤੀ ਆਪਾਂ ਆਤਮ ਨੂੰ ਘਾਤ ਲਾ ਰਹੇ ਆ ਆਤਮ ਮਰ ਨਹੀਂ ਰਿਹਾ ਉਹਦੇ ਪਰ ਘਾਤ ਲੱਗ ਰਿਹਾ ਉਹ ਪਣਪ ਨਹੀਂ ਰਿਹਾ ਉਹ ਗਲ ਵੱਡਿਆ ਜਾ ਰਿਹਾ ਇਹ ਗੱਲਾਂ ਜੋ ਹਨ ਉਹ ਵੇਦ ਦੇ ਆਪਾਂ ਰਿਸਪੈਕਟਿਵ ਤੋਂ ਸਮਝਣੀਆਂ ਆ ਬਿਨ ਸਿਮਰਨ ਸਿਮਰਨ ਹੈ ਆਤਮ ਘਾਤੀ ਜਦੋਂ ਜਪ ਪੂਰਾ ਹੁੰਦਾ ਉਸ ਤੋਂ ਬਾਅਦ ਸਿਮਰਨ ਚੱਲਦਾ ਇਹ ਸ਼ਬਦ ਵੀ ਨੇੜੇ ਨੇੜੇ ਹੀ ਨੇ ਪਰ ਉਸ ਤੋਂ ਅੱਗੇ ਨੇ ਬਿਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਤਿਸ ਕੁਲ ਨਹੀਂ ਜਾਂਦੀ ਹੁਣ ਜੇ ਸਿਮਰਨ ਤਾਂ ਹੋਣਾ ਸੀ ਜੇ ਜਪ ਪੂਰਾ ਹੁੰਦਾ ਸਾਨੂੰ ਤਾਂ ਨਾ ਜਪ ਬਾਰੇ ਪਤਾ ਨਾ ਸਾਨੂੰ ਸਿਮਰਨ ਬਾਰੇ ਪਤਾ ਲੱਗਿਆ ਇਹਦੇ ਕਰਕੇ ਅਸੀਂ ਕਨਫਿਊਜ਼ਨ 'ਚ ਹੀ ਇਹ ਸਾਨੂੰ ਕਲੀਅਰ ਨਹੀਂ ਹੋਇਆ ਵੀ ਜਪ ਪਰ ਸਿਮਰਨ ਦਾ ਕੀ ਫਰਕ ਹੈ ਜਪ ਹੁੰਦਾ ਸਮਝਣਾ ਜਦ ਸਮਝ ਆ ਗਈ ਕੋਈ ਚੀਜ਼ ਫਿਰ ਸਾਡੀ ਜੋ ਵਿਸਮਰਤੀ ਹੋਈ ਸੀ ਆਪਣੇ ਮੂਲ ਪ੍ਰਤੀ ਉਹ ਸਿਮਰਤ ਦੇ ਵਿੱਚ ਬਦਲ ਜਾਂਦੀ ਹੈ ਸਿਮਰਨ ਦਾ ਭਾਵ ਇਹ ਨਹੀਂ ਵੀ ਅਸੀਂ ਯਾਦ ਕਰਨਾ ਜਦੋਂ ਜਪ ਪੂਰਾ ਹੋ ਗਿਆ ਆਪਣੇ ਆਪ ਯਾਦ ਆ ਜਾਂਦਾ ਕਿ ਅਸੀਂ ਲਾਹਾ ਲੈਣ ਆਏ ਸੀ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਇਹ ਗੱਲਾਂ ਤਾਂ ਸਮਝ ਆਉਣੀਆਂ ਇਹੀ ਤਾਂ ਸਿਮਰਨ ਸੀ ਕੋਈ ਬੋਲ ਕੇ ਅੱਖਰ ਅਸੀਂ ਉਹਨੂੰ ਸਿਮਰਨ ਕਹੀ ਜਾਂਦੇ ਆ ਉਹ ਬੇਸਿਕਲੀ ਨੌਇਸ ਪੋਲੂਸ਼ਨ ਹੈ ਉਹਦਾ ਹੋਰ ਕੁਝ ਨਹੀਂ ਹੈ RAM ਨਾਮ ਜਦ ਹਿਲਦੇ ਮਾਹ ਲਿਖਿਆ ਬਾਹਰ ਦਾ ਆਵਾਜ਼ ਆਉਣੀ ਨਹੀਂ ਚਾਹੀਦੀ ਸੀ ਸਾਖਤ ਨੀਜ ਤੇ ਸਕੂਲ ਨਹੀਂ ਜਾਂਦੀ ਇਹ ਆਪਾਂ ਦੇਖਦੇ ਆ ਕਿ ਕਿੱਡਾ ਉਹਨੂੰ ਉਪਮਾ ਦਿੱਤੀ ਹੈ ਜਿਹੜੇ ਬੋਲ ਕੇ ਵੀ ਸਿਮਰਨ ਕਰਨਗੇ ਜਿਹਨਾਂ ਦਾ ਜਪੇ ਨਹੀਂ ਸ਼ੁਰੂ ਹੋਇਆ ਉਹ ਸਿਮਰਨ ਬਾਰੇ ਕੀ ਸਮਝਣਗੇ ਅਜੇ ਸੋ ਇਹਦਾ ਜੋ ਆਪਾਂ ਅਸਲੀ ਅਰਥ ਕੱਢਾਂਗੇ ਅਸੰਗਲਵੜ ਹੱਤਿਆਕਮਾਏ ਅਸੈਂਸ ਆਫ ਦਾ ਇਨਰ ਸੈਲਫ ਉਹਨਾਂ ਨੇ ਆਪਣੇ ਹੀ ਆਤਮ ਨੂੰ ਘਾਤ ਲਾਇਆ ਹੈ ਆਪਣੇ ਦੇ ਜ਼ੁਲਮ ਕੀਤਾ ਹੈਗਾ ਆਪਣਾ ਹੀ ਗਲ ਵੱਡਿਆ ਦ ਬੁੱਚਰਸ ਆਫ ਦ ਸੋਲ ਉਹਨਾਂ ਨੇ ਜਿਹੜੀ ਆਪਣਾ ਇਨਰ ਸੈਲਫ ਹੈ ਉਹਦੇ ਨਾਲ ਜਾਂ ਦਿੱਤੀ ਕੀਤੀ ਹੈ ਅਸੰਖ ਪਾਪੀ ਪਾਪ ਕਰੀ ਜਾਹੇ ਹੁਣ ਇਹ ਪਾਪ ਕਰਨ ਦਾ ਮਤਲਬ ਹੈ ਪਾਤਕੀ ਅਗੀ ਦੋਸ਼ੀ ਸਿਨਰ ਕਹ ਲੋ ਈਵਲ ਡੂਅਰ ਤੇ ਇਹ ਹੈਗਾ ਪਾਪੀ ਪਰ ਪਾਪ ਕੀ ਹੁੰਦਾ ਸਿਨ ਈਵਲ ਵਾਈਸ ਇਹ ਚੀਜ਼ਾਂ ਜੋ ਹਨ ਵਰਡਸ ਪੌਪੁਲਰਲੀ ਆਉਂਦੇ ਨੇ ਗੁਰਮਤ ਨੇ ਪਾਪ ਕੀ ਨੂੰ ਮੰਨਿਆ ਇਹ ਬਹੁਤ ਜ਼ਰੂਰੀ ਹੈ ਸੱਚਾ ਸਾਹਿਬ ਸੱਚ ਨਿਆਉ ਜਿਹੜਾ ਸੱਚਾ ਸਾਹਿਬ ਹੈ ਉਹ ਸੱਚ ਨਿਆਉ ਕਰ ਸਕਦਾ ਉਹ ਇਹ ਸ਼ਬਦ ਗੁਰੂ ਹੈ ਪਾਪੀ ਨਰ ਹਾਰ ਦਾ ਉਹਦੇ ਮੁਰੇ ਜਿਹੜਾ ਹੁਕਮ ਨੂੰ ਨਹੀਂ ਮੰਨਦਾ ਉਹ ਹੈ ਪਾਪੀ ਨਰ ਜਿਨੇ ਹੁਕਮਨ ਨੂੰ ਕਿਹਾ ਵੀ ਆ ਬੁਰਾ ਹੋਇਆ ਉਹ ਤਾਂ ਸੱਚ ਨਿਆਉ ਕਰ ਰਿਹਾ ਇਹ ਇੱਥੇ ਗਿਆਨਤਾ ਵਸ ਕਹਿੰਦਾ ਵੀ ਉਹ ਪਰਮੇਸ਼ਰ ਨੇ ਤਾਂ ਧੱਕਾ ਕਰਤਾ ਮੇਰੇ ਨਾਲ ਉਹ ਹਾਰ ਗਿਆ ਸਮਝੋ ਦਰਗਾਹ ਦੇ ਮੂਰੇ ਉਹਦਾ ਜਨਮ ਮਰਨ ਚੱਲੇਗਾ ਜੋ ਧਰਮ ਕਮਾਵੇ ਤਿਸ ਧਰਮ ਨਾਲ ਹੋਵੇ ਪਾਪੀ ਕਮਾਣੇ ਪਾਪੀ ਜਾਣੀਏ ਜਿਨੇ ਧਰਮ ਨਹੀਂ ਕਮਾਇਆ ਧਰਮ ਕੀ ਸੀ ਜਹਾਂ ਗਿਆਨ ਤੇ ਧਰਮ ਹੈ ਜਿਹਨਾਂ ਨੇ ਧਰਮ ਨਹੀਂ ਕਮਾਇਆ ਗਿਆਨ ਨਹੀਂ ਹਾਸਲ ਕਰਿਆ ਨਹੀਂ ਜਪਿਆ ਉਹਨਾਂ ਦਾ ਸਿਮਰਨ ਵੀ ਨਹੀਂ ਸ਼ੁਰੂ ਹੋਣਾ ਨਾ ਉਹਨਾਂ ਨੂੰ ਦੋ ਪਦਾਰਥ ਮਿਲਨੇ ਆ ਉਹਨਾਂ ਨੂੰ ਸੱਚਖੰਡ ਵਾਲੇ ਪਾਪੀ ਜਾਣਦੇ ਨੇ ਸਾਡੇ ਕਹੇ ਦੇ ਪਾਪ ਉਹਨਾਂ ਨਹੀਂ ਚੱਲਣਾ ਹੈ ਇਹ ਉਹਨਾਂ ਦਾ ਫੈਸਲਾ ਹੈ ਪਾਪੀ ਪਾਥਰ ਡੁੱਬ ਜੇ ਗੁਰਮਤ ਹਰੀ ਤਾਰੇ ਜਿਹੜੇ ਪਾਪੀ ਨੇ ਉਹਦਾ ਪਾਥਰ ਜਾਂ ਉਹ ਪਾਥਰ ਨੂੰ ਪੂਜਦੇ ਆ ਜਾਂ ਉਹਨਾਂ ਦੇ ਅੰਦਰ ਕੋਈ ਇਨਲਾਈਟਨਮੈਂਟ ਨਹੀਂ ਹੋਈ ਉਹ ਭਿੱਜਦੇ ਹੀ ਨਹੀਂ ਹੈ ਗਿਆਨ ਨਾਲ ਉਹ ਡੁੱਬਣਗੇ ਹਮੇਸ਼ਾ ਹੀ ਭਵ ਸਾਗਰ 'ਚ ਉਹਨਾਂ ਨੂੰ ਪਾਪੀ ਕਿਹਾ ਹੋਇਆ ਕਿਹੜੇ ਕੇ ਆਪਣੇ ਮੂਲ ਨਾਲ ਨਹੀਂ ਜੁੜ ਸਕੇ ਤਾਂ ਹੀ ਅਗਲੀ ਪੰਕਤੀ ਪੜੋ ਕਲੀ ਇਹ ਕਲਯੁਗ ਦੀ ਗੱਲ ਹੈ ਮੈਂ ਇਹੋ ਪੁੰਨ ਕਹਿੰਦੇ ਇਕੇ ਪੁੰਨ ਹੈ ਕਲਚ ਕੋਈ ਹੈ ਹੀ ਨਹੀਂ ਦੂਸਰਾ ਪੁੰਨ ਤੁਸੀਂ ਕਰ ਨਹੀਂ ਸਕਦੇ ਕਿਸੇ ਨੂੰ ਰੋਟੀ ਖੁਲਾਤੀ ਕੱਪੜੇ ਦੇ ਦਿੱਤੇ ਹਸਪਤਾਲ ਬਣਾਤੇ ਇਹ ਪੁੰਨ ਚ ਨਹੀਂ ਮੰਨੇ ਜਾਂਦੇ ਗੁਰਮਤਿ ਇਹ ਆ ਤੀਰਤਪ ਦਇਆਦਤ ਜਾਨ ਜੇ ਕੋ ਪਾਵੇ ਤਿਲ ਕਾ ਮਾਨ ਉਹ ਕਹਿੰਦੇ ਪਤਾ ਨਹੀਂ ਸ਼ਾਇਦ ਤਿਲ ਜਿੰਨਾ ਮਾਨ ਵੀ ਮਿਲੇ ਇਹਦਾ ਪਰ ਅਸਲੀ ਪੁੰਨ ਕੀ ਹੈ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਕੋਈ ਵਾਹਿਗੁਰੂ ਅੱਖਰ ਰਟਣ ਦੀ ਲੋੜ ਨਹੀਂ ਹੈ ਆਪਣੇ ਮੂਲ ਦੇ ਗੁਣ ਗਾਣੇ ਇਹ ਹੀ ਸਾਡੀ ਭਗਤੀ ਹੈ ਇਹ ਤੋਂ ਸਾਨੂੰ ਦੋ ਪ੍ਰਾਪਤ ਹੁੰਦੇ ਨੇ ਉਤਵਾ ਦੋ ਪਦਾਰਥ ਪਰਮੇਸ਼ਰ ਦਏਗਾ ਜਨ ਨਾਨਕ ਹਰੀਪੁਰਨ ਬੀਜਿਆ ਹੁਣ ਨਾਨਕ ਜੀ ਆਪੇ ਕੀ ਕਹਿੰਨੇ ਆ ਚੌਥੇ ਪਾਤਸ਼ਾਹ ਦੇ chant ਹੈ ਆਪਾਂ ਆਸਾ ਕੀ ਵਾਰ ਚ ਪੜ੍ਹਦੇ ਆ ਜਨ ਨਾਨਕ ਕਹਿੰਦੇ ਨਾਨਕ ਜਨ ਬਣ ਗਿਆ ਫਿਰ ਹਰੀ ਨਾਲ ਇੱਕ ਹੋ ਗਿਆ ਇਹੀ ਤਾਂ ਪੁੰਨ ਸੀ ਗੁਣ ਦੇ ਗੋਵਿੰਦ ਦੇ ਗੁਣ ਘਾਲੇ ਹੁਣ ਉਹ ਬੀਜ ਰੂਪ ਚ ਉਹਨਾਂ ਨੇ ਆਪਣੇ ਆਪ ਨੂੰ ਬੀਜ ਲਿਆ ਇਹ ਬੀਜ ਰੂਪ ਹੋ ਗਏ ਫਿਰ ਤੋੜਨਾ ਆਵੇ ਹਰੀਪੁਰਨ ਕੇਰੀ ਹੁਣ ਜੇ ਤੁਸੀਂ ਬੀਜ ਬੀਜੋਗੇ ਆਪਾਂ ਰਾਈਟ ਸਾਈਡ ਤੇ ਦਿਖਾਇਆ ਇੱਕ ਦਾਣਾ ਬੀਜੀ ਦਾ ਕਿੰਨੇ ਦਾਣੇ ਨਿਕਲੇ ਆਉਣੇ ਉਹਦੇ ਚ ਉਹੀ ਹੈ ਵੀ ਜੇ ਇੱਕ ਵਾਰ ਮਨ ਚ ਤਿੱਕ ਹੋ ਗਏ ਉਸ ਤੋਂ ਬਾਅਦ ਫਿਰ ਕਿੰਨੀ ਗੁਰਬਾਣੀ ਰਚੀ ਹੈ ਕਿਉਂਕਿ ਉਸ ਤੋਂ ਬਾਅਦ ਨਾਮ ਪਦਾਰਥ ਮਿਲ ਗਿਆ ਨਾਮ ਪਦਾਰਥ ਤੋਂ ਜਨ ਪਦਾਰਥ ਮਿਲ ਗਿਆ ਜਨ ਪਦਾਰਥ ਤੋਂ ਬਾਅਦ ਫਿਰ ਆਹ ਗੁਰਬਾਣੀ ਰਚੀ ਜਾਂਦੀ ਹੈ ਇਹ ਕਹੋ ਨਾਮ ਪਦਾਰਥ ਤੋਂ ਬਾਅਦ ਕਿਉਂਕਿ ਜਨ ਪਦਾਰਥ ਤਾਂ ਉਹ ਅਵਸਥਾਈ ਹੈ ਉਸ ਤੋਂ ਬਾਅਦ ਦੁਬਾਰਾ ਜਨਮ ਨਹੀਂ ਹੈ ਆ ਜਨਮ ਦਾ ਘਟਣਾ ਪਏਗਾ ਜਦੋਂ ਨਾਮ ਪਦਾਰਥ ਮਿਲ ਗਿਆ ਫਿਰ ਅੰਦਰ ਪਰਮੇਸ਼ਰ ਦਾ ਜੋ ਸ਼ਬਦ ਹੈ ਉਹ ਅੰਦਰ ਤੋਂ ਸਭਝਾਉਂਦਾ ਜਿਹਨੂੰ ਆਪਾਂ ਨਿਸ਼ਾਨ ਕਿਹਾ ਸੀਗਾ ਉਹ ਨਿਸ਼ਾਨ ਇੱਕ ਸ਼ਬਦ ਸੁਣ ਕੇ ਹੀ ਆਪਣੀ ਉਹਨਾਂ ਨੇ ਮਨ ਚਿੱਤ ਦੀ ਕਾਇਆ ਬਦਲਤੀ ਉਸ ਤੋਂ ਬਾਅਦ ਫਿਰ ਹੋਰ ਕਿੰਨੇ ਸ਼ਬਦ ਆਪਾਂ ਤੀਸਰੇ ਪਾਸ਼ਾ ਬਾਰੇ ਜਾਣਦੇ ਹਾਂ ਉਹ 16 ਰਾਗਾਂ ਚ ਬਾਣੀਆਂ ਉਹਨਾਂ ਦੀ ਸਿਰਫ ਗੁਰੂ ਨਾਨਕ ਜੀ ਤਾਂ ਦੋ ਰਾਗ ਘਟਨੇ ਇਹ ਉਹਨਾਂ ਦੀ ਕਿੰਨੀ ਵੱਡੀ ਰਚਨਾ ਹੋ ਗਈ ਆਨੰਦ ਰਚਨਾ ਉਹਨਾਂ ਦੀ ਰਚੀ ਹੋਈ ਹੈ ਉਹ ਕਿਵੇਂ ਹੋਈ ਉਹ ਇਸ ਤਰ੍ਹਾਂ ਹੀ ਹੋਈ ਕਿ ਉਹਨਾਂ ਨੇ ਹਰੀਪੁਰ ਬੀਜਿਆ ਸੀ ਆਪਣੇ ਹਰੀ ਨਾਲ ਇੱਕ ਹੋਏ ਸੀ ਫਿਰ ਹਰੀ ਨੂੰ ਵੱਡੇ ਹਰੀ ਨੇ ਜਾਂ ਜਿਹੜਾ ਸਰਵ ਵਿਆਪੀ ਹਰੀ ਹੈ ਉਹਨੇ ਫਿਰ ਹੋਰ ਗਿਆਨ ਬਖਸ਼ਿਆ ਸੋ ਇਸ ਤਰ੍ਹਾਂ ਗੁਰਮਤਿ ਨੇ ਆਪਾਂ ਨੂੰ ਸਮਝਾਇਆ ਅਸੰਖ ਕੂੜਿਆਰ ਕੂੜੇ ਫਿਰਾਹੇ ਕੂੜਿਆਰ ਕੌਣ ਨੇ ਜਿਨ੍ਹਾਂ ਨੂੰ ਸਮਝ ਨਹੀਂ ਆਈ ਕੋਈ ਚੀਜ਼ ਵੈਸੇ ਤਾਂ ਮਾਇਆ ਹੀ ਕੂੜਾ ਹੈ ਜਿਹੜੇ ਮਾਇਆ 'ਚ ਇੱਥੇ ਸਮਝਦੇ ਆ ਇੱਥੇ ਗੁਰਦੁਆਰੇ ਆ ਇੱਥੇ ਮੁਕਤੀ ਐ ਇੱਥੇ ਅਸੀਂ ਮੱਥਾ ਟੇਕਣਾ ਐ ਆ ਅਸੀਂ ਐਕਸ਼ਨ ਕਰਨੇ ਐ ਉਹ ਅਸੱਤਵਾਦੀ ਐਕਸ਼ਨ ਐ ਸਾਰੇ ਉਹਦੇ ਨਾਲ ਮਨ 'ਚ ਸੱਚ ਨਹੀਂ ਪੈਦਾ ਹੋ ਸਕਦਾ ਝੂਠ ਬੋਲਣ ਵਾਲਾ ਮੰਨਿਆ ਜਾਂਦਾ ਉਹਨੂੰ ਝੂਠੇ ਨਹੀਂ ਵੀ ਮੈਂ ਨੀਲੇ ਰੰਗ ਨੂੰ ਲਾਲ ਕਹਿ ਦਵਾ ਇਹ ਹੀ ਝੂਠ ਐ ਝੂਠ ਹੈਗਾ ਕਿ ਪਰਮੇਸ਼ਰ ਤੋਂ ਜਿਹੜਾ ਸ਼ਬਦ ਆਉਣਾ ਸੀ ਉਹ ਅਸਲੀ ਸੱਚ ਸੀ ਉਹਦੇ ਨਾਲ ਕਿਸੇ ਜਿਵੇਂ ਬਾਣੀ ਰੂਪ 'ਚ ਵੀ ਉਹਦੇ ਨਾਲ ਮੁਲਾਕਾਤ ਨਹੀਂ ਹੋ ਸਕੀ ਉਹ ਵੇ ਝੂਠੇ ਬੋਲਣ ਵਾਲੇ ਆ ਸਤਿਆਤਾ ਕੁਰਬਾਨੀ ਚਈ ਹੈ ਜਾਂ ਵੇਦਬਾਣੀ ਚ ਹੈ ਸੋ ਉਹਨਾਂ ਦੇ ਜਿਹੜੇ ਐਕਸ਼ਨ ਹੈ ਉਹ ਫਾਲਸ ਅਫੈਕਸ਼ਨਸ ਚ ਫਿਰ ਜਾਂਦੇ ਕੂੜੇ ਫਿਰਾਏ ਕੂੜਾ ਹੁੰਦਾ ਰਬਿਸ਼ ਆਪਾਂ ਰਬਿਸ਼ ਲੈਣ ਨਹੀਂ ਸੀ ਆਏ ਰਬਿਸ਼ ਤਾਂ ਆਪਾਂ ਘਰੋਂ ਬਾਹਰ ਸਿਟੀ ਦਾ ਜੇ ਆਪਾਂ ਘਰ ਦੇ ਅੰਦਰ ਆਪਣੇ ਹਿਰਦੇ ਚ ਰਬਿਸ਼ ਬਾੜ ਲਿਆ ਫਿਰ ਆਪਾਂ ਨੂੰ ਕਿਹੜਾ ਸਿਆਣਾ ਕਹੂਗਾ ਉਹ ਰਬਿਸ਼ ਕੱਢਣਾ ਸੀ ਕੂੜਾ ਬਾਹਰ ਕੱਢਣਾ ਸੀ ਤੁਦ ਬਾਦ ਕੂੜੋ ਕੂੜ ਆਪਣੇ ਮੂਲ ਨੂੰ ਛੱਡ ਕੇ ਹਰ ਇੱਕ ਚੀਜ਼ ਕੂੜ ਹੈ ਕਿਉਂਕਿ ਉਹ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਦੇ ਵਿੱਚੇ ਆ ਜਾਂਦੀ ਹੈ ਹੁਣ ਆਪਾਂ ਥੋੜਾ ਕੂੜ ਦੇ ਬਾਰੇ ਹੋਰ ਗਿਆਨ ਲੈ ਲਈਏ ਨਾਮ ਵਿਸਾਰੀ ਹੈ ਸਭ ਕੂੜੋ ਕੂੜ ਰਾਰੇ ਨਾਲ ਵੀ ਲਿਖ ਦਿੰਨੇ ਆ ਇਹਨੂੰ ਜਿਹਦੇ ਨਾਮ ਵਿਸਾਰਤਾ ਜੀ ਨੇ ਗੁਣ ਨਹੀਂ ਲਏ ਗੁਰਬਾਣੀ ਦੇ ਪੜਦਾ ਹੀ ਰਹਿ ਗਿਆ ਉਹ ਕੂੜ ਚੇ ਰਹੇ ਆ ਉਹ ਆਪਣੇ ਮੂਲ ਨਾਲ ਨਹੀਂ ਜੁੜ ਸਕਿਆ ਮੂਲ ਜਿਹੜਾ ਹੈਗਾ ਉਹ ਸੱਚ ਸੀ ਵਿਣ ਸੱਚੇ ਸਭ ਕੂੜ ਸੱਚਾ ਤਾਂ ਅੰਦਰ ਹੀ ਹੈ ਕੂੜ ਕਮਾਈ ਹੈ ਜੇ ਮਾਇਆ ਨਾਲ ਜੁੜਦੇ ਆਂ ਤੇਰੀ ਕੁਟੀ ਚ ਉਹ ਤੂੰ ਕੂੜੇ ਕੁਮਾਰਿਆਂ ਆਪਾਂ ਬਿਨ ਸੱਚੇ ਕੂੜਿਆਰ ਜਿਹੜੇ ਨਹੀਂ ਮੂਲ ਨਾਲ ਇਕੋ ਸਕੇ ਉਹ ਉਹਨਾਂ ਨੂੰ ਕੂੜਿਆਰ ਕਿਹਾ ਹੈ ਪੰਨ ਚਲਾਈਏ ਉਹਨਾਂ ਨੂੰ ਫਿਰ ਅੱਗੇ ਜਿਵੇਂ ਦੋਸ਼ੀਆਂ ਨੂੰ ਬੰਨ੍ਹ ਕੇ ਚਲਾਇਆ ਜਾਂਦਾ ਬੀੜੀਆਂ ਲਾ ਕੇ ਇਸ ਤਰ੍ਹਾਂ ਦੀ ਆਪਾਂ ਨੂੰ ਦਿਸਤਾਨ ਦਿੱਤਾ ਹੋਇਆ ਹੋਂ ਵਿੱਚ ਸੱਚਿਆਰ ਕੂੜਿਆਰ ਜਿਹੜੀ ਹੋਂ ਹੈ ਉਹ ਸੱਚਿਆਰ ਨੂੰ ਵੀ ਕੂੜਿਆਰ ਕਰ ਦਿੰਦੀ ਹੈ ਦੇਖੋ ਜੇ ਹੋਂ ਛੱਡ ਦੇਵੇ ਤਾਂ ਸੱਚਿਆਰ ਤਾਂ ਹੈ ਹੀ ਜੀ ਹੋਂ ਛੱਡਣਾ ਆ ਸੱਚਿਆਰ ਨੂੰ ਦੋ ਪਦਾਰਥ ਮਿਲਦੇ ਏ ਜਦ ਹੋਂਤੋਂ ਨਿਕਲ ਜਾਏਗਾ ਫਿਰ ਇਹ ਸਚਿਆਰ ਹੋ ਜਾਏਗਾ ਪਰ ਇਹ ਸਚਿਆਰ ਇਹ ਕੂੜਿਆਰ ਹੋਇਆ ਹੋਇਆ ਦੇਖੋ ਕੂੜਿਆਰ ਨੇ ਸਚਿਆਰ ਹੋਣ ਲਈ ਹੋਂ ਛੱਡਣੀ ਸੀ ਹੋਂ ਇਹਦੇ ਮਨ ਨੂੰ ਹੈ ਹੋਂ ਵਿੱਚ ਪਾਪ ਪੁੰਨ ਵਿਚਾਰ ਪਾਪ ਪੁੰਨ ਦੇ ਸਿਰ ਪਰ ਇੱਕ ਮੱਤ ਖੜੀ ਕਰ ਲਈ ਅਸੰਖ ਪਾਪੀ ਪਾਪ ਕਰ ਜਾਹੇ ਇਹ ਜਿਹੜੇ ਅਸੰਖ ਪਾਪੀ ਆ ਉਹ ਪਾਪ ਕਿਉਂ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਪਾਪ ਹੁੰਦਾ ਕੀ ਹੈ ਉਹਨਾਂ ਨੇ ਸਿਮਰਤ ਸਾਸ਼ਤਰ ਦੇ ਪਾਪ ਨੂੰ ਪਾਪ ਮੰਨਿਆ ਹੋਇਆ ਵੇਦ ਦੇ ਪਾਪ ਨੂੰ ਪਾਪ ਨਹੀਂ ਮੰਨਿਆ ਉਹ ਪਾਪ ਪੁੰਨ ਦੀ ਵਿਚਾਰ ਹੌਚੇ ਕਰ ਰਹੇ ਨੇ ਪਾਪ ਪੁੰਨ ਦੀ ਵਿਚਾਰ ਤਾਂ ਬਾਹਰੋਂ ਆਉਣੀ ਸੀ ਕਿ ਜੋ ਪਾਪ ਪੁੰਨ ਬੀਜਦੇ ਤੇ ਸਭ ਧਰਮ ਰਾਹ ਕੇ ਜਾਣ ਪਾਪ ਪੁੰਨ ਅਸੀਂ ਕਰੇ ਨਹੀਂ ਸਕਦੇ ਆਪਣੇ ਨਾਲ ਕਰ ਸਕਦੇ ਆ ਬਾਹਰਲੇ ਬੰਦੇ ਨਾਲ ਨਹੀਂ ਕਰਦੇ ਸਾਨੂੰ ਇਹ ਦੱਸਿਆ ਵੀ ਆਹ ਕਰਤਾ ਇਹ ਤੂੰ ਪਾਪ ਕਰਤਾ ਉਹ ਤਾਂ ਹੁਕਮ ਸੀ ਹੁਕਮੀ ਨੇ ਕਰਵਾਇਆ ਉਹਦਾ ਕੋਈ ਲੇਖਾ ਨਹੀਂ ਹੈ ਕਿਤੇ ਸਾਨੂੰ ਉਹਦੇ ਨਾਲ ਡਰਾਇਆ ਜਾਂਦਾ ਵੀ ਹੁਣ ਤੂੰ ਇਹਦੇ ਬਦਲੇ ਇੱਕ ਲੰਗਰ ਲਾ ਦੇ ਆਹ ਕਰ ਦੇ 100 ਰੁਪਏ ਮੈਨੂੰ ਦੇ ਦੇ ਮੈਂ ਆਸ ਕਰਦੇ ਨਾ ਪੁੰਨ ਹੋ ਜਾਊਗਾ ਇਹ ਬਿਜ਼ਨਸ ਇਸ ਤਰ੍ਹਾਂ ਨਹੀਂ ਸੀ ਚੱਲਣਾ ਚਾਹੀਦਾ ਜੇ ਪਾਪ ਅਸੀਂ ਮੰਨਿਆ ਹੋਇਆ ਫਿਰ ਅਸੀਂ ਹੁਕਮ ਨਹੀਂ ਮੰਨਿਆ ਜੇ ਹੁਕਮ ਹੈ ਫਿਰ ਪਾਪ ਨਹੀਂ ਹੈ ਵਚਨ ਕਰੇ ਤਾਂ ਖਿਸਕ ਜਾਏ ਕੋਈੜਾ ਕਹੇ ਵੀ ਮੈਂ ਖੜੂਗਾ ਔਰ ਉਸ ਤੇ ਗੱਲ ਤੋਂ ਫਿਰ ਉਹ ਮੁਕਰ ਜਵੇ ਕਿਉਂਕਿ ਕੋਈ ਨੂੰ ਮਾਇਆ ਦਾ ਧਨ ਲਾਲਚ ਦੇ ਦੇਵੇ ਬੋਲੇ ਸਬਕਾ ਬਹੁਤ ਹੁੰਦਾ ਅੱਜ ਕੱਲ ਇੰਡੀਆ ਤਾਂ ਖਾਸ ਕਰ ਗਵਾਹਾਂ ਨੂੰ ਹਜ਼ਾਰਾਂ ਰੁਪਏ ਦੇ ਕੇ ਮਕਰਾ ਦਿੱਤਾ ਜਾਂਦਾ ਵੈਸਟ ਇਹ ਜੇ ਗੱਲ ਨਹੀਂ ਹੈ ਅੰਦਰੋਂ ਥੋਤਾ ਕੂੜਿਆ ਉਹ ਤੋਤਾ ਸੀ ਪੈਸੇ ਦਾ ਲਾਲਚੀ ਸੀ ਉਹ ਬਥੇਰਾ ਕਹਿੰਦਾ ਸੀ ਮੈਂ ਧਰਮੀ ਆ ਕੂੜੀ ਸਭ ਖੱਚਾ ਇਸ ਤਰ੍ਹਾਂ ਕੂੜ ਦੇ ਵਿੱਚੇ ਖੱਚਿਆ ਰਹਿ ਜਾਂਦਾ ਉਹਦਾ ਜੋ ਇੱਕ ਪਦਾਰਥ ਵੀ ਨਹੀਂ ਉਹਨੂੰ ਮਿਲਿਆ ਚਾਰ ਪਦਾਰਥ ਲੈਣ ਆਇਆ ਸੀ ਉਹਦਾ ਜਨਮ ਜਿਹੜਾ ਹੈ ਉਹ ਐਵੇਂ ਅਵਿਰਥਾ ਚਲੇ ਜਾਂਦਾ ਅਸੰਖ ਮਲੇਸ਼ ਮਲਪਖ ਖਾਂਹ ਹੁਣ ਇਹ ਜਿਹੜੀ ਪੰਕਤੀ ਹੈ ਇਹਨੂੰ ਆਪਾਂ ਐ ਪੜ੍ਹਨਾ ਇਹ ਲਿਖੀ ਹੋਈ ਇਸ ਤਰ੍ਹਾਂ ਨਹੀਂ ਹੈ ਆਪਾਂ ਮਲੇਸ਼ ਦਾ ਅਰਥ ਕੀ ਕਰ ਰਹੇ ਆ ਅਸ਼ੁੱਧ ਭਾਸ਼ਾ ਵੇਦ ਵਿਰੁੱਧ ਬੋਲਣ ਵਾਲਾ ਕਿਉਂਕਿ ਵੇਦਮਾਤੇ ਦਾ ਇਕੱਲੀ ਮਤ ਹੈ ਅਸੰਖ ਗ੍ਰੰਥ ਮੁਖੀ ਵੇਦ ਪਾਠ ਜਿਹੜਾ ਵੇਦ ਦੇ ਖਿਲਾਫ ਬੋਲਦਾ ਹੈ ਅਸ਼ੁੱਧ ਭਾਸ਼ਾ ਹੈ ਜਿਹੜਾ ਇਹ ਮੰਨਦਾ ਹੈ ਕਿ ਜਿਹੜਾ ਪਰਮੇਸ਼ਰ ਹੈ ਉਹ ਜਨਮ ਲਿੰਦਾ ਹੈ ਉਹ ਤਾਂ ਸ਼ੁੱਧ ਭਾਸ਼ਾ ਹੈ ਜਿਹੜਾ ਨਾਨਕ ਜੀ ਨੂੰ ਗੁਰੂ ਦੱਸਦਾ ਹੈ ਜਿਹੜੇ ਗੁਰਬਾਣੀ ਕਹਿੰਦੀ ਹੈ ਵੀ ਆਉਂਦਾ ਹੀ ਨਹੀਂ ਹੈ ਪੂਰਨ ਬ੍ਰਹਮ ਜੁਨੀ ਚ ਉਹ ਫਿਰ ਅਸ਼ੁੱਧ ਬੋਲ ਰਿਹਾ ਹੈ ਉਹ ਭਾਸ਼ਾ ਅਸੀਂ ਗੁਰਬਾਣੀ ਜੋ ਪੜ ਕੇ ਆਪਣੀ ਸ਼ੁੱਧ ਕਰੀਏ ਇਹਦੇ ਅਰਥ ਸੈਟ ਇਨ ਡੈਵਲ ਵੀ ਹੈ ਵਨ Who speaks against the way ਜੇ ਆਪਾਂ ਗੁਰਬਾਣੀ ਦਾ ਗਹਿਨ ਅਧਿਐਨ ਕਰੀਏ ਫੇਰ ਇਹ ਕੁਝ ਨੇਮ ਜੋ ਸਾਡੇ ਸਾਹਮਣੇ ਆਉਂਦੇ ਨੇ ਉਹਨਾਂ ਦਾ ਮੈਂ ਇੱਕ ਨਮੂਨਾ ਆਪ ਤੇ ਮੂਰੇ ਪੇਸ਼ ਕਰ ਰਿਹਾ ਅਸੰਖ ਮਲੇਸ਼ ਮਲਪਖ ਖਾਂ ਜੇ ਆਪ ਗੁਰਬਾਣੀ ਚੋ ਖੋਜੀਏ ਤਾਂ ਇਸ ਤਰ੍ਹਾਂ ਦਾ ਜੋ ਪਾਠ ਹੈ ਉਹ ਸਹੀ ਜਪਦਾ ਅਪਰੀਜਨ ਨਵਾਗੇ ਕਿਉਂ ਅਸੰਖ ਮਲੇਸ਼ ਮਲਪਖ ਖਾਏ ਜਿਹੜੀ ਆਪਣ ਬਲੈਕਚੂਲਿਹੀ ਹੋਈ ਆ ਇਹ ਦਰਜ ਹੈ ਪਾਠ ਹੁਣ ਰੂਲ ਇਹ ਹੈ ਕਿ ਜਿਹੜਾ ਪਹਿਲਾ ਸ਼ਬਦ ਪਖ ਹੈ ਇਹ ਸਿਰਫ ਔਕੜ ਨਾਲ ਮਿਲਦਾ ਗੁਰਬਾਣੀ ਚ ਇੱਕੇ ਜਗ੍ਹਾ ਸਿਹਾਰੀ ਨਾਲ ਮਿਲਦਾ ਇਸ ਤੋਂ ਪਤਾ ਲੱਗਦਾ ਕਿ ਕਿਤੇ ਸਿਹਾਰੀ ਲੱਗ ਗਈ ਔਕੜ ਦੀ ਜਗ੍ਹਾ ਦੂਸਰਾ ਜਿਹੜਾ ਸ਼ਬਦ ਮਲ ਹੈ ਉਹਦੇ ਨਾਲ ਅੱਗੇ ਇੱਕ ਵਰਬ ਆਉਣਾ ਚਾਹੀਦਾ ਸਿੱਧਾ ਖਾਹੇ ਆਉਣਾ ਚਾਹੀਦਾ ਮਲਪਖ ਖਾਏ ਨਾਲ ਉਹ ਅਰਥ ਨਹੀਂ ਬਣਦੇ ਜੋ ਕਿ ਗੁਰਮਤਿ ਦੀ ਭਾਸ਼ਾ ਹੈ ਅਸੰਖ ਮਲੇਸ਼ ਮਲ ਪਖੇ ਇੱਕ ਸ਼ਬਦ ਹੈ ਇਹਦਾ ਆਪਾਂ ਹੁਣ ਵਿਸਤਾਰ ਕਰ ਲਈਏ ਇਹ ਗੁਜਰੀ ਮਹਲਾ ਚੌਥਾ ਚ ਲਿਖਿਆ ਨਿੰਦਕ ਨਿੰਦਾ ਕਰ ਮਲ ਧੋਵੈ ਦੇਖੋ ਧੋਵੈ ਆ ਗਿਆ ਮਲ ਦੇ ਨਾਲ ਉਹ ਮਲ ਪਖ ਮਾਇਆ ਧਾਰੀ ਜਿਹੜਾ ਨਿੰਦਕ ਹੈਗਾ ਉਹ ਨਿੰਦਿਆ ਕਰ ਰਿਹਾ ਹੁਕਮ ਦੀ ਉਹ ਕੋਈ ਮੈਲ ਨੂੰ ਥੜੋ ਧੋ ਰਿਹਾ ਉਹ ਤਾਂ ਮੈਲ ਆਪਣੇ ਅੰਦਰ ਵਧਾ ਰਿਹਾ ਜਿਉ ਨਿੰਦਾ ਕਰ ਰਿਹਾ ਉਹ ਮਲਪਖ ਉਹ ਮਲ ਉਹਦੀ ਜੋ ਗਿਆਨ ਦਾ ਪੱਧਰ ਹੈ ਉਹ ਅਜੇ ਮੈਲੇ ਖਾਰੇ ਆ ਉਹਨੇ ਅਜੇ ਮੈਲ ਛੱਡੀ ਨਹੀਂ ਹੈ ਪਰ ਮਾਇਆ ਦੇ ਆਧਾਰ ਤੇ ਕਿਉਂਕਿ ਉਹਨੂੰ ਮਾਇਆ ਵਿੱਚ ਨੁਕਸਾਨ ਦਿਖਦਾ ਉਹ ਮਾਇਆ ਦੇ ਆਧਾਰ ਤੇ ਇਸ ਗੱਲ ਨੂੰ ਸਿੱਧ ਕਰਨਾ ਚਾਹੁੰਦਾ ਵੀ ਮੈਂ ਸਹੀ ਸੀ ਪਰਮੇਸ਼ਰ ਨੇ ਮੇਰੇ ਨਾਲ ਸਹੀ ਨਹੀਂ ਕੀਤਾ ਉਹ ਫਿਰ ਮਲਪਖ ਹੈ ਉਹਦਾ ਉਹਦਾ ਜਿਹੜਾ ਗਿਆਨ ਹੈ ਉਹ ਮੈਲਾ ਸੋ ਮਲਪਖ ਦੇ ਆਪਾਂ ਇਹ ਅਰਥ ਕਰਾਂਗੇ ਜਿਹੜੇ ਮਲੇਸ਼ ਹੈ ਜਿਹੜੇ ਵੇਦਮਤ ਨੂੰ ਨਹੀਂ ਸਮਝੇ ਉਹ ਹਮੇਸ਼ਾ ਹੀ ਮਲਪਖ ਖਾਰੇ ਨੇ ਉਹਨਾਂ ਦੀ ਬੁੱਧੀ ਜੇ ਉਹ ਸ਼ੁੱਧ ਨਹੀਂ ਹੋਈ ਉਹ ਕੁਸੁੱਧੀ ਚ ਚੱਲ ਰਹੀ ਹੈ ਜੇ ਤੱਕ ਹੁਣ ਆਪਾਂ ਦੇਖੀਏ ਵੀ ਜਿਹੜਾ ਮਲ ਸ਼ਬਦ ਹੈ ਇਹਦੇ ਨਾਲ ਜਦੋਂ ਕੋਈ ਵੀ ਸ਼ਬਦ ਆਉਂਦਾ ਉਹ ਇੱਕ ਵਰਬ ਹੁੰਦਾ ਇਹ ਗੁਰੂ ਨਾਨਕ ਜੀ ਦੇ ਸ਼ਬਦ ਮਿਲਣਗੇ ਮੈਕਸਿਮ ਆਪਾਂ ਨੂੰ ਕਾਦੀ ਕੂੜ ਬੋਲ ਮਲ ਖਾਈ ਕਾਜੀ ਨੇ ਕੂੜ ਬੋਲ ਕੇ ਕੀ ਕਰਦਾ ਮਲ ਖਾਈ ਸਿੱਧਾ ਮਲ ਦੇ ਨਾਲ ਖਾਈ ਸ਼ਬਦਾ ਹੁੰਦਾ ਜਿਹੜਾ ਕਿ ਗੁਰੂ ਨਾਨਕ ਜੀ ਦਾ ਵਰਤਿਆ ਹੋਇਆ ਨਿਜ ਕਰ ਮਹਿਲ ਪਛਾਣੀਐ ਨਦਰੀ ਕਰ ਮਲ ਧੋਈ ਹੁਣ ਜੇ ਆਪਾਂ ਪਹਿਚਾਣ ਲਿਆ ਆਪਣਾ ਜਿਹੜਾ ਮਹਿਲ ਹੈ ਉਹ ਫਿਰ ਆਪਣੇ ਤੇ ਨਜ਼ਰ ਹੋ ਗਿਆ ਉਹ ਫਿਰ ਗੁਰਬਾਣੀ ਨੂੰ ਆਪਾਂ ਮੰਨ ਲਿਆ ਉਹ ਗੁਰਬਾਣੀ ਦੇ ਮੰਨਣ ਨਾਲ ਜਿਹੜੇ ਔਗਣ ਛੱਡੇ ਜਾ ਰਹੇ ਉਹ ਮਲ ਧੋਈ ਜਾ ਰਹੀ ਹੈ ਹੁਣ ਇੱਥੇ ਵੀ ਦੇਖੋ ਨਾਲ ਜਿਹੜਾ ਸ਼ਬਦ ਹੈ ਧੋਏ ਹੈ ਉੱਪਰ ਖਾਈ ਸੀ ਉੱਥੇ ਧੋਵੇ ਹੈ ਜਨਮ ਮਰਨ ਕੀ ਮਲ ਕੱਟੀ ਐ ਹੁਣ ਇੱਥੇ ਵੀ ਮਾਲ ਔਕੜ ਵਾਲਾ ਇਹ ਨਾਲ ਕੱਟੀ ਆ ਰਿਹਾ ਸ਼ਬਦ ਗੁਰਦਰਸ਼ਨ ਦੇਖਨੇ ਆ ਇਹ ਆਪਣੇ ਮੂਲ ਦਾ ਦਰਸ਼ਨ ਦੇਖ ਕੇ ਨਿਆਲ ਹੋਇਆ ਤਾਂ ਜਨਮ ਮਰਨ ਦੀ ਜਿਹੜੀ ਜਿਹੜੀ ਮਲ ਐ ਉਹਨੂੰ ਮਾਇ ਮੈਲ ਸਮਝ ਆ ਗਿਆ ਇਹ ਮਲ ਭਾਖੇ ਆਪਾਂ ਖਾਈ ਜਮਾਂਗੇ ਫਿਰ ਜਨਮ ਮਰਨ ਨਹੀਂ ਕੱਟਿਆ ਜਾਣਾ ਆਪਾਂ ਬਾਰ ਬਾਰ ਇਹੀ ਗੱਲ ਕਹਿੰਦੇ ਆ ਪਰ ਨਿੰਦਾ ਕਰੇ ਅੰਤਰ ਮਲ ਲਾਏ ਜੇ ਨਿੰਦਾ ਕਰਦਾ ਹੁਕਮ ਦੀ ਕਿਸੇ ਹੋਰ ਦੀ ਨਿੰਦਾ ਕਰਦਾ ਕਰੇ ਤਾਂ ਆਪਣੀ ਨਿੰਦਾ ਕਰੇ ਜੀ ਉਹ ਠੀਕ ਲੱਗਦਾ ਵੀ ਮੇਰੇ ਮਨ ਚ ਇਹ ਗੁਣ ਨਹੀਂ ਹੈ ਅੰਤਰ ਉਹ ਆਪਣੇ ਅੰਦਰ ਹੋਰ ਮੈਲ ਵਧਾ ਰਿਹਾ ਉਹ ਮਲਪਖ ਖਾ ਰਿਹਾ ਇਹ ਹੀ ਦਾ ਅਰਥ ਬਣਦਾ ਔਰ ਮਲੇਸ਼ ਉਹ ਹੈ ਜਿਹੜੇ ਕਿ ਵੇਦਨੂ ਨਹੀਂ ਸਮਝੇ ਕੋਈ ਵੀ ਹੋ ਸਕਦਾ ਕਿਸੇ ਵੀ ਮਤ ਦਾ ਉਹ ਇਨਸਾਨ ਹੋ ਸਕਦਾ ਔਰ ਜਿਹੜੇ ਨਹੀਂ ਸਿੱਖ ਮਤ ਜੰਮੇ ਆਪਾਂ ਜਿਵੇਂ ਕਹਿੰਦੇ ਆਪਾਂ ਸਿੱਖ ਹੈ ਕਿਉਂਕਿ ਸਿੱਖੀ ਕੋ ਜਨਮ ਤੋਂ ਤਾਂ ਮਿਲਦੀ ਨਹੀਂ ਸਿੱਖੀ ਤਾਂ ਧਾਰਨੀ ਪੈਂਦੀ ਹੈ ਜੇ ਕਿਸੇ ਨੇ ਹੋਰ ਮਤ ਚ ਲੈ ਕੇ ਵੀ ਧਾਰ ਲਈ ਉਹ ਵੀ ਆਪਣੇ ਅੰਦਰੋਂ ਮਲ ਲਾ ਲੂਗਾ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਇਹ ਸਾਨੂੰ ਭਲੇਖੇ ਪਏ ਹੋਏ ਆ ਵੀ ਤੀਰਥਾਂ ਤੇ ਜਾਵਾਂਗੇ ਉੱਥੇ ਆ ਕੇ ਜਾ ਕੇ ਇਸ਼ਨਾਨ ਕਰਿ ਆਵਾਂਗੇ ਉੱਥੇ ਜਾ ਕੇ ਮੱਥਾ ਟੇਕ ਕੇ ਆਵਾਂਗੇ ਬਾਹਰ ਤਾਂ ਇਹ ਪੋਸੀਬਲ ਹੀ ਨਹੀਂ ਹੈ ਜਿੰਨੇ ਮਰਜ਼ੀ ਤੁਸੀਂ ਮੱਥੇ ਟੇਕ ਲਓ ਕੁਛ ਕਰ ਲਓ ਇਹ ਵਿਚਾਰ ਦਾ ਗੱਲ ਹੈ ਵਿਚਾਰ ਨਾਲ ਮਨ ਕੀ ਝੂਠ ਜਾਂਦੀ ਹੈ ਮਨ ਦੇ ਅੰਦਰ ਕੋਈ ਵਿਕਾਰ ਪੈਦਾ ਹੋਏ ਆ ਕੋਈ ਗਲਤ ਮਨੋਤਾ ਉਹ ਤਾਂ ਜਾਂਦੀ ਹੈ ਜੇ ਆਪਾਂ ਗੁਰਬਾਣੀ ਨੂੰ ਵਿਚਾਰਾਂਗੇ ਸੋ ਮਲ ਦੇ ਨਾਲ ਹਮੇਸ਼ਾ ਧੋਵੇ ਆਏਗਾ ਆਪਾਂ ਤਾਂ ਹੀ ਇਹ ਅਰਥ ਜਿਹੜੇ ਹਨ ਉਹ ਮੰਨਾਂਗੇ ਅਲਸ ਅਸੰਖ ਮਲੇਸ਼ ਮਲ ਪਾ ਕੇ ਇੱਕ ਸ਼ਬਦ ਹੈ ਖਾਂਏ ਇੱਕ ਗੁਜਰੀ ਮਹਲਾ ਚੌਥਾ ਜੀ ਆਇਆ ਹੋਇਆ ਹੁਣ ਆਪਾਂ ਇਹ ਤੋਂ ਅੱਗੇ ਚੱਲਦੇ ਹਾਂ ਮਨਮੁਖ ਮੈਲੇ ਮਲ ਪਰੇ ਅਗਿਆਨਤਾ ਦੇ ਪਰੇ ਹੋਈਆਂ ਹੋਮੇ ਤ੍ਰਿਸ਼ਨਾ ਵਿਕਾਰ ਉਹਨਾਂ ਦੇ ਅੰਦਰ ਹੋਮੇ ਤ੍ਰਿਸ਼ਨਾ ਦੇ ਵਿਕਾਰ ਨੇ ਜਗ ਹੋਮੇ ਮੈਲ ਜਗ ਦੇ ਵਿੱਚ ਮੈਲ ਕਾਦੀ ਇਹ ਹਉਮੈ ਨੂੰ ਮੈਲ ਕਿਆ ਦੁਖ ਪਾਇਆ ਪੁਰੇ ਕਰਕੇ ਸਾਡਾ ਜਨਮ ਮਰਨ ਨਹੀਂ ਘਟ ਹੋ ਰਿਆ ਮਨ ਲੱਗੀ ਦੂਜੇ ਭਾਏ ਤ੍ਰਿਕੁਟੀ ਚੋਂ ਮਨ ਅੰਦਰ ਨਹੀਂ ਆਉਂਦਾ ਬਾਹਰ ਨੂੰ ਜਾਂਦਾ ਉਹਨੇ ਇਹਨੂੰ ਮੈਲ ਲਾਈ ਹੋਈ ਹੈ ਮਲ ਹਉਮੈ ਧੋਤੀ ਕਿਵੇਂ ਨਾ ਉਤਰੇ ਜਿਹੜੀ ਮਲ ਹਉਮੈ ਦੀ ਹੈ ਉਹ ਧੋਤੀ ਕਿਵੇਂ ਉਤਰੂਗੀ ਜੇ ਸੋ ਤੀਰਥ ਨਾ ਹੈ ਆਪਰ ਇੱਕ ਦੂਰੀ ਗੱਲ ਕਰਦੇ ਆ ਉਹ ਕਹਿੰਦੇ 66 ਵੀ ਛੱਡ 100 ਤੇ ਨਾ ਆ ਜਿਹੜੀ ਮਲ ਹਉਮੈ ਨੇ ਪੈਦਾ ਕੀਤੀ ਹੈ ਉਹ ਵਿਚਾਰ ਨਾਲੇ ਜਾਊਗੀ ਉਹ ਨਾਵੇਂ ਦੇ ਨਾਲੇ ਦੂਰ ਹੋਊਗੀ ਹੋਰ ਕੋਈ ਤਰੀਕਾ ਨਹੀਂ ਹੈ ਲੋਭੀ ਜੰਤ ਨਾ ਜਾਣਣੀ ਪੱਖ ਜਿਹੜਾ ਲੋਭੀ ਹੈ ਉਹ ਤਾਂ ਇਹੀ ਨਹੀਂ ਬਤਾ ਸਹੀ ਗਿਆਨ ਕੀ ਹੈ ਉਹ ਤਾਂ ਸੋਚਦਾ ਜਿੱਥੇ ਮੇਰਾ ਫਾਇਦਾ ਹੈ ਮੈਂ ਅਰਦਾਸ ਕਰਾ ਲੂੰਗਾ ਅਰਦਾਸ ਤਾਂ ਸਾਡੇ ਅਲਾਉਡੇ ਨਹੀਂ ਹੈ ਚਲ ਬਿਨ ਬੋਲਿਆ ਸਭ ਕੁਝ ਜਾਣਦਾ ਫਿਰ ਅਰਦਾਸ ਕਿਵੇਂ ਆ ਗਈ ਲੋਭੀ ਜੰਤ ਕਹਿੰਦਾ ਨਹੀਂ ਜੀ ਅਰਦਾਸ ਕਰੋ ਇਹੋ ਜਿਹਾ ਵੀ ਇੰਸਟੈਂਸ ਸੁਣਿਆ ਵੀ ਮੇਰੇ ਲੜਕਾ ਨਹੀਂ ਹੈ ਲੜਕੇ ਦੀ ਅਰਦਾਸ ਕਰੋ ਉਹ ਗ੍ਰੰਥੀ ਆਪ ਅੱਗੇ ਕਹਿੰਦਾ ਕਹਿੰਦਾ ਜੀ ਮੇਰੇ ਤਾਂ ਆਪ ਤੇ ਨ ਲੜਕੀਆਂ ਮੇਤੋਰਦਾਸ ਕਰਾਗੇ ਤਾਂ ਨਹੀਂ ਥੋੜੇ ਲੜਕਾ ਹੋਣਾ ਮੈਂ ਆਪਣਾ ਨਾਲ ਲੜਕਾ ਹੋ ਜਾਂਦਾ ਮੇਰੀ ਫਿਰ ਵੀ ਜਿਹੜਾ ਲੋਭੀ ਹੈ ਉਹ ਨਹੀਂ ਸਮਝਦਾ ਲੋਭੀ ਜੰਤਨਾ ਜਾਣੇ ਹੀ ਪੱਖ ਉਹਨਾਂ ਨੂੰ ਪਤਾ ਸਹੀ ਗਿਆਨ ਕੀ ਹੈ ਆ ਭੱਖ ਸਭ ਖਾਏ ਉਹਨੇ ਜਿੱਥੋਂ ਪੜਿਆ ਜਿੱਥੋਂ ਕੋ ਸੁਣ ਲਿਆ ਘਟਿਆ ਗਿਆ ਉਹੀ ਮੰਨੀ ਜਾਂਦਾ ਉਹਦੀ ਬੁੱਧ ਨੂੰ ਖਾਈ ਜਾਂਦਾ ਉਹ ਸੋਚਦਾ ਮੈਂ ਇਹ ਗਿਆਨ ਖਾ ਰਿਹਾ ਹਾਂ ਅਲਟੀਮੇਟਲੀ ਉਹਦੇ ਅੰਦਰ ਉਹਦਾ ਰਿਐਕਸ਼ਨ ਹੋ ਰਿਹਾ ਉਹਨਾਂ ਦਾ ਭੁੱਖ ਨਾ ਉੱਥੇ ਨਹੀਂ ਜਾਏ ਕੂੜ ਲਹਿਨ ਤੇ ਡਾਰੇ ਜਿਹੜੇ ਗੁਰਮਕ ਵਿਚਾਰ ਤੋਂ ਭੱਜਦੇ ਨੇ ਗੁਰਮਤ ਦੇ ਵਿੱਚ ਵਿਚਾਰ ਨੂੰ ਸਭ ਤੋਂ ਉੱਚਾ ਮੰਨਿਆ ਜਿਹੜੇ ਕਹਿੰਦੇ ਨਹੀਂ ਵਿਚਾਰ ਕਰਦੇ ਉਹ ਹੈ ਕਿ ਜਾਏ ਕੂੜ ਲੈਣ ਉਹਨਾਂ ਦੀ ਕੂੜ ਉਤਰੇ ਨਹੀਂ ਸਕਦੀ ਉਹ ਭੇਡਾਂ ਮੰਗੂ ਜਿਹੜਾ ਆਪਣਾ ਬਣਾ ਕੇ ਲਾਗੇ ਫਿਰਨਗੇ ਭੇਡਾਰੇ ਮਤਲਬ ਜਿਵੇਂ ਭੇਡਾਂ ਇੱਕ ਦੂਏ ਦੇ ਪਿੱਛੇ ਫਿਰਦੀਆਂ ਬਿਨਾਂ ਵਿਚਾਰ ਤੋਂ ਇੱਕ ਦੌੜਨ ਲੱਗ ਜੂਗੀ ਸਾਰੀਆਂ ਦੌੜਨ ਲੱਗ ਜੰਨੀਆਂ ਕੋਈ ਕਿਸ ਦੇ ਅੰਦਰ ਵਿਵੇਕ ਨਹੀਂ ਹੈ ਜੇ ਸਾਖਤ ਨਰ ਖਵਾਈ ਹੈ ਲੋਚੀ ਹੈ ਜੇ ਸਾਖਤ ਨਰ ਨੂੰ ਅਪਾ ਗਿਆਨ ਦੇ ਵੀ ਦਈ ਹੈ ਬਿਖ ਕੱਢੇ ਮੁਖੂ ਗਲਾਰੇ ਉਹਨੇ ਪੁੱਠਾ ਹੀ ਬੋਲਣਾ ਉਹਨੇ ਕਿਹਾ ਨਹੀਂ ਜੀ ਨਾਨਕ ਦਾ ਗੁਰੂ ਜੀ ਹੁੰਦੇ ਆ ਜੀ ਸਾਨੂੰ ਤਾਂ ਦੱਸਿਆ ਹੋਇਆ ਜੀ ਦੱਸਿਆ ਕੀਨੇ ਦੱਸਿਆ ਉਹਨੇ ਜੀ ਨੇ ਪੱਖ ਖਾਧੀ ਹੋਈ ਆ ਪੱਖ ਵਾਲੀ ਗੱਲ ਜ਼ਿਆਦਾ ਚੱਲ ਰਹੀ ਆ ਇਹ ਭਗਤਾਂ ਨੇ ਸਮੇਤ ਹੋਈ ਆਏ ਆ ਪੱਖ ਵਾਲੀ ਤਾਂ ਕਿਸੇ ਬਿਰਲੇ ਕੋਲੇ ਸੀ ਕੋਟ ਮੱਧੇ ਕੋ ਬਿਰਲਾ ਸੇਵਕ ਹੋਰ ਸਵੇ ਬਿਵਹਾਰੀ ਬਿਵਹਾਰੀ ਜਿਹੜੇ ਨੇ ਉਹ ਪਾਈ ਆ ਪੱਖ ਖਾ ਰਹੇ ਆ ਆਪਣੇ ਕੋਲ ਗਿਆਨ ਹੈ ਆਪਾਂ ਨੂੰ ਬਚਣਾ ਚਾਹੀਦਾ ਪੱਖ ਪੱਖ ਖਾਣੀ ਚਾਹੀਦੀ ਆ ਪੱਖ ਛੜਨੀ ਚਾਹੀਦੀ ਆ ਹੁਣ ਅਸੰਖ ਨਿੰਦਕ ਸਿਰ ਕਰੇ ਭਾਰ ਨਿੰਦਾ ਕਰਨ ਵਾਲਾ ਗੁਣਾ ਨੂੰ ਦੋਸ਼ ਕਹਿਣ ਵਾਲਾ ਆ ਜੋ ਹੁਕਮ ਹੋ ਰਿਹਾ ਇਹ ਤਾਂ ਸਾਡੇ ਅੰਦਰ ਗੁਣ ਪੈਦਾ ਕਰ ਰਿਹਾ ਅਸੀਂ ਇਹਨਾਂ ਨੂੰ ਦੋਸ਼ ਲਾ ਕੇ ਆਪਣਾ ਆਪ ਹੀ ਨਿੰਦਾ ਕਰੀ ਜੰਨੇ ਆਪ ਹੀ ਅਸੀਂ ਟੂ ਟਾਕ ਇਲ ਵੈਲੀਫਾਈਡ ਡੀਫੇਮ ਅਸੀਂ ਆਪਣੀ ਨਿੰਦਾ ਕਰੀਏ ਇਹਦੇ ਬਾਰੇ ਗੁਰਬਾਣੀ ਦਾ ਕੀ ਫੈਸਲਾ ਕਬੀਰ ਜੀ ਕਹਿੰਦੇ ਮਾੜੀ ਨਹੀਂ ਹੁੰਦੀ ਹਿਰਦੇ ਸ਼ੁੱਧ ਪਰ ਉਹਦੇ ਪਹਿਲਾਂ ਤੁਹਾਡਾ ਹਿਰਦਾ ਪੂਰਨ ਬਰਮ ਵਾਲਾ ਹੋਣਾ ਚਾਹੀਦਾ ਕਬੀਰ ਜੈ ਜੀ ਵੀ ਤਾਂ ਕਿਹਾ ਜੋਰੀ ਕੀਐ ਸੋ ਜ਼ੁਲਮ ਹੈ ਕਹਿਤਾ ਨਾਉ ਹਲਾਲ ਉਹ ਨਿੰਦਾ ਨਹੀਂ ਹੈ ਉਹਦੇ ਨਾਲ ਕਿਸੇ ਦਾ ਉਧਾਰ ਹੋ ਰਿਹਾ ਜੇ ਕੋਈ ਨਿੰਦਾ ਸਮਝਦਾ ਕਹਿੰਨੇ ਸਮਝ ਲੇ ਪਰ ਮੇਰਾ ਤਾਂ ਰਿਦਾ ਸ਼ੁੱਧ ਹੈ ਨਾ ਮੈਂ ਤਾਂ ਉਹਨੂੰ ਨੀਵਾ ਨਹੀਂ ਨਾ ਦਿਖਾ ਰਿਹਾ ਹਮਰੇ ਕਬਰੇ ਨਿਤ ਤੋ ਜੇ ਨਿੰਦਕ ਕੋਈ ਸਾਨੂੰ ਬੋਲੂਗਾ ਇਹ ਦੱਸੂਗਾ ਸਾਡੇ ਔਗੁਣੇ ਦੱਸੂ ਅਸੀਂ ਉਹ ਔਗੁਣਾਂ ਤੇ ਪਹਿਰਾ ਦੇ ਲਾਂਗੇ ਸੋ ਸ਼ੁੱਧ ਹਿਰਦੇ ਨਾਲ ਜੇ ਆਪਾਂ ਕਿਸੇ ਨੂੰ ਕਹਿਨੇ ਆ ਜਿੰਨੀ ਗੁਰਬਾਣੀ ਨੇ ਬਾਕੀ ਮਤਾਂ ਨੂੰ ਉਪਦੇਸ਼ ਦਿੱਤਾ ਹੈ ਇਹ ਤਾਂ ਕਲੀਅਰ ਹੁੰਦਾ ਜਿਹਨਾਂ ਨੇ ਦਿੱਤਾ ਉਹਨਾਂ ਦਾ ਰਿਦਾ ਸ਼ੁੱਧ ਸੀ ਸੱਚਖੰਡ ਦਾ ਤਾਂ ਸਾਰਿਆਂ ਦਾ ਰਿਦਾ ਸੁਧਾ ਹੀ ਹੈ ਉਹਦਾ ਇੱਕ ਉਪਦੇਸ਼ ਦੇ ਰਹੇ ਆ ਤਾਂ ਹੀ ਬਹੁਤ ਬੜ ਲੋਕ ਕਹਿੰਦੇ ਆ ਜੀ ਗੁਰਬਾਣੀ ਹਰੇਕ ਮਤ ਦੇ ਖਿਲਾਫ ਬੋਲਦੀ ਹੈ ਗੁਰਬਾਣੀ ਖਿਲਾਫ ਨਹੀਂ ਕਿਸੇ ਦੇ ਵੀ ਬੋਲਦੀ ਗੁਰਬਾਣੀ ਸੱਚ ਦੀ ਗੱਲ ਕਰਦੀ ਹੈ ਤੇ ਜੇ ਕੋਈ ਮੰਨ ਲੂਗਾ ਉਹਨੂੰ ਫਾਇਦਾ ਅੜਾਵਾ ਬਿਲ ਲਾਵੇ ਨਿੰਦਕ ਇਹ ਨਿੰਦਕ ਦੀ ਪ੍ਰੋਬਲਮ ਹੁੰਦੀ ਹੈ ਉਹ ਅੜਦਾ ਹਰੇਕ ਗੱਲ ਤੇ ਉਹਨੂੰ ਸੱਚ ਦੱਸੋ ਬਿਲ ਲਾਵੇ ਬਿਲਾਉਂਦਾ ਵੀ ਹੈ ਹਰ ਇੱਕ ਗੱਲ ਨੂੰ ਕ੍ਰਿਟਸਾਈਜ਼ ਕਰਦਾ ਪਾਰਬ੍ਰਮ ਪਰਮੇਸ਼ਰ ਵੀਸ ਰਿਹਾ ਦੇਖੋ ਪਾਰਬ੍ਰਮ ਔਰ ਪਰਮੇਸ਼ਰ ਇਕ ਹੈ ਕਿਉਂਕਿ ਉਹਨੂੰ ਹੁਕਮ ਦਾ ਨਹੀਂ ਪਤਾ ਵੀ ਹੁਕਮ ਮੇਰੇ ਫਾਇਦੇ ਚ ਗੱਲ ਕਰ ਰਿਹਾ ਜਿਵੇਂ ਕਹਿੰਦੇ ਵੀ ਗਧੇ ਨੂੰ ਦਿੱਤਾ ਨੂਨ ਉਹ ਕਹਿੰਦਾ ਮੇਰਾ ਕੰਨ ਮਰੋੜਦਾ ਕਿਉਂਕਿ ਗਧਾ ਨੂਨ ਲੈਣਾ ਨਹੀਂ ਚਾਹੁੰਦਾ ਉਹਨੂੰ ਉਹ ਠੀਕ ਨਹੀਂ ਲੱਗਦਾ ਜੇ ਕਿਸੇ ਨੇ ਉਹਨੂੰ ਨੂਨ ਦਿੱਤਾ ਉਹਦੇ ਡਾਈਜੈਸਟਿਵ ਸਿਸਟਮ ਠੀਕ ਕਰਨ ਲਈ ਦਿੱਤਾ ਉਹ ਕਹਿੰਦਾ ਮੇਰਾ ਕੰਨ ਮਰੋੜੀ ਜਾਂਨੇ ਸੋ ਇਹੀ ਹੈ ਵੀ ਕਿਸੇ ਨਿੰਦਕ ਨੂੰ ਤੁਸੀਂ ਭਲੀ ਗੱਲ ਦੱਸੋ ਉਹ ਐਂ ਕਹਿੰਦਾ ਆਪਣਾ ਕੀਤਾ ਪਾਵੇ ਨਿੰਦਕ ਜੇ ਭਾਈ ਨਹੀਂ ਕਰੇਗਾ ਜੇ ਤੂੰ ਨਹੀਂ ਪੁੰਨ ਬੀਜ ਸਕਦਾ ਹੁਣ ਫਿਰ ਤਾਂ ਤੈਨੂੰ ਅੱਗੇ ਲੋੜੇ ਦਾਖ ਬਜੋਰੀਆਂ ਚੱਕਰ ਬੀਜੇ ਜੱਟ ਫਿਰ ਤੇਰੀ ਉਹ ਜੱਟ ਵਾਲੀ ਹਾਲਤ ਹੋਊਗੀ ਜਿਹੜੀ ਆਪਾਂ ਨੂੰ ਭਗਤ ਕਬੀਰ ਜੀ ਭਗਤ ਫਰੀਦ ਜੀ ਨੇ ਦੱਸੀ ਹੈ ਸ਼ੇਖ ਫਰੀਦ ਜੀ ਨੇ ਦੱਸੀ ਹੈ ਬ੍ਰਾਹਮਣ ਵੈਸੂਦ ਖੱਤਰੀ ਡੋਮ ਚੰਡਾਰ ਮਲੇਸ਼ਮਨ ਸੋਈ ਕਹਿੰਦੇ ਬਾਹਰੋਂ ਤਾਂ ਲੇਬਲ ਲਾ ਲੋਂਗੇ ਮੈਂ ਬ੍ਰਾਹਮਣ ਐ ਮੈਂ ਵੈਸ ਐ ਮੈਂ ਸੂਦ ਐ ਖੱਤਰੀ ਐ ਡੋਮ ਚੰਡਾਰ ਇਹਨਾਂ ਨੀਵੀਆਂ ਨੂੰ ਸਮਝਦੇ ਆ ਕਹਿੰਦੇ ਮਲੇਸ਼ ਇਹਨਾਂ ਢੋਮ ਚੰਡਾਰ ਚੋਂ ਦੇ ਭਗਤ ਆਏ ਹੋਏ ਸਾਡੇ ਤਿੰਨ ਜਿਹਨੂੰ ਪੰਡਤ ਨੇ ਢੋਮ ਚੰਡਾਰ ਕੇ ਆ ਕਹਿੰਦੇ ਜਿਹੜਾ ਮਨ ਕਰਕੇ ਮਲੇਸ਼ ਹੈ ਉਹ ਮਨ ਹੈ ਸਾਡੇ ਕੋਲ ਤਾਂ ਵੇਦ ਦਾ ਗਿਆਨ ਹੈ ਸਾਡੇ ਮਨ 'ਚ ਤਾਂ ਵੇਦ ਪੱਕਾ ਹੋਇਆ ਹੋਇਆ ਅਸੀਂ ਕਿਵੇਂ ਅਸੀਂ ਨਾ ਹਰ ਸਿਮਰਨ ਨਾਲ ਭਗਤ ਬਗਲਟਾਏ ਹਰ ਸਿਮਰਨ ਨਾਲ ਬੇਦ ਉਪਾਏ ਜਦੋਂ ਹਰੀ ਸਿਮਰਨ ਕੀਤਾ ਉਹਦੇ ਨਾਲ ਵੇਦ ਅਸੀਂ ਤੁਹਾਨੂੰ ਲਿਖ ਕੇ ਦੱਸ ਰਹੇ ਅਸੀਂ ਥੋੜਾ ਜਿਹਾ ਮਲੇਸ਼ ਮਲੇਸ਼ ਤੁਸੀਂ ਹੋ ਜਾਤ ਕਰਕੇ ਨਹੀਂ ਜਾਤ ਕਰਕੇ ਕੋਈ ਤਾਂ ਜਾਤ ਕਰਕੇ ਦਾ ਕਿਰਤ ਹੈ ਤੁਸੀਂ ਆਪਣੇ ਕਰਮਾਂ ਕਰਕੇ ਆਪਣੀ ਬੁੱਧੀ ਕਰਕੇ ਮਲੇਸ਼ ਹੋ ਮਲੇਸ਼ ਦਾ ਭਾਵ ਆਪਾਂ ਫੇਰ ਕਹਿੰਦੇ ਆ ਵੇਦ ਮਤ ਦੀ ਨਿੰਦਾ ਕਰਨ ਵਾਲਾ ਨਿੰਦਕ ਨਿੰਦਾ ਕਰ ਮਲਤ ਹੋਵੇ ਉਹ ਇਹ ਆਪਾਂ ਪਹਿਲਾਂ ਵੀ ਕੀਤਾ ਮਲਪਖ ਮਾਇਆ ਧਾਰੀ ਜਿਹੜਾ ਨਿੰਦਕ ਹੈ ਉਹ ਪਰਮ ਪਰਮੇਸ਼ਰ ਦੇ ਹੁਕਮ ਦੀ ਨਿੰਦਾ ਕਰਦਾ ਉਹ ਸੋਚ ਰਿਹਾ ਵੀ ਮੈਂ ਬੋਲ ਕੇ ਸ਼ਰ ਸੱਚਖੰਡ ਚ ਕੋਈ ਸਥਾਨ ਲੈ ਲਵਾਂ ਉਹ ਅਸਲ ਚ ਕਹਿੰਦੇ ਉਹ ਤਾਂ ਮਲਪਖ ਛਕ ਰਿਹਾ ਉਹਦੀ ਜਿਹੜੀ ਬੁੱਧੀ ਹੈ ਉਹ ਕੋ ਗਿਆਨ ਲੈ ਰਹੀ ਹੈ ਮਾਇਆ ਦੇ ਵਿੱਚ ਉਹ ਫਸਿਆ ਹੋਇਆ ਮਾਇਆ ਦੇ ਫਸੇ ਹੋਏ ਪਰਮੇਸ਼ਰ ਦੀ ਨਿੰਦਾ ਕਰਦਾ ਹੁੰਦਾ ਹੁਣ ਆਪਾਂ ਨਿੰਦਕ ਦਾ ਹੋਰ ਥੋੜਾ ਜਿਹਾ ਵਿਸਤਾਰ ਕਰ ਲਈਏ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਆਪਣਾ ਮੂਲ ਹੈ ਇਹ ਜਿਹੜੇ ਸੰਤ ਆਪਣੇ ਆਪ ਨੂੰ ਨਕਲੀ ਸੰਤ ਬਣੀ ਫਿਰਦੇ ਆ ਉਹ ਕਹਿੰਦੇ ਸਾਡੇ ਖਿਲਾਫ ਨਾ ਬੋਲੋ ਉਹ ਤਾਂ ਮਹਾ ਝੂਠੇ ਆ ਉਹਨਾਂ ਦੇ ਖਿਲਾਫ ਤਾਂ ਬੋਲਣਾ ਚਾਹੀਦਾ ਆਪਣਾ ਜਿਹੜਾ ਮੂਲ ਹੈ ਇਹ ਸੱਚਾ ਹੈ ਇਹਦਾ ਨਹੀਂ ਕਰਨਾ ਚਾਹੀਦੀ ਆਪਾਂ ਨੂੰ ਆਪਣੇ ਮੂਲ ਦੀ ਨਿੰਦਿਆ ਨਹੀਂ ਆਪਾਂ ਨੂੰ ਜੋ ਆਪਾਂ ਕਹਿੰਦੇ ਆਤਮ ਅੰਤਰਾਤਮਾ ਦੀ ਆਵਾਜ਼ ਹੈ ਉਹਦੇ ਨਾਲ ਚੱਲਣਾ ਚਾਹੀਦਾ ਉਹ ਹਥਿਆਰ ਹੈ ਹਤਿਆ ਨਹੀਂ ਹੋ ਸਕਦੀ ਇਹ ਆਦਮ ਘਾਤੀ ਹੈ ਨਿੰਦਕ ਮੂਆ ਉਪਜਵਡ ਤਾਪ ਉਹਦੇ ਕੋਲ ਆ ਤਿੰਨੇ ਤੀਨੇ ਤਾਪ ਨਿਵਾਰਨ ਹਾਰਾ ਜਿਹੜੇ ਤਾਪ ਹੈ ਰਜੋ ਤਮਸ ਸਤੋ ਗੁਣ ਵੀ ਤਾਪ ਹੈ ਇਹ ਅੰਦਰ ਗਰਮੀ ਵਧਾਉਂਦੇ ਹੈ ਇਹ ਜੋ ਮਨ ਨੂੰ ਹਮੇਸ਼ਾ ਹੀ ਕਰੋਚ ਰੱਖਦੇ ਹੈ ਤੇ ਨਿੰਦਕ ਨੇ ਤਾਂ ਕਹਿੰਦੇ ਸਰੀਰ ਛੱਡ ਜਾਣਾ ਕਿਉਂਕਿ ਉਹਦੇ ਅੰਦਰੋਂ ਜਿਹੜੇ ਵੱਡੇ ਤਾਪ ਸੀਗੇ ਇਹ ਹੀ ਨਹੀਂ ਗਏ ਰਜੋ ਤਮਸ ਸੋਤੋ ਨਹੀਂ ਛੱਡ ਸਕਿਆ ਆਦੀ ਬਿਆਦੀ ਉਪਾਦੀ ਨਹੀਂ ਛੱਡ ਸਕਿਆ ਇਹ ਸਾਰੇ ਤਾਪਈ ਨੇ ਨਿੰਦਕ ਐਸਾ ਹੀ ਝੜ ਪਰਿਏ ਝੜ ਪਰਣਾ ਹੁੰਦਾ ਕਿਸੇ ਚੀਜ਼ ਦਾ ਜਿਵੇਂ ਆਪਾਂ ਹੱਥ ਸਾਫ਼ ਕਰ ਲਈਏ ਜਾਂ ਕਲੈਪ ਕਰ ਲਈਏ ਜੇ ਧੂੜ ਹੋਵੇ ਉਹ ਝੜ ਜਾਂਦੀ ਹੈ ਉੱਥੇ ਲਿਖਿਆ ਭਰੀਏ ਹੱਥ ਪੈਰ ਤੰਦੇ ਹੱਥ ਪੈਰ ਤਾਂ ਕਦੇ ਭਰੇ ਨਹੀਂ ਸਕਦੇ ਹੱਥਾਂ ਪਰ ਤਾਂ ਸਿਰਫ ਆ ਕੇ ਧੂੜ ਬੈਠ ਸਕਦੀ ਹੈ ਉਹ ਜੇ ਤੁਸੀਂ ਕਲੈਪ ਵੀ ਕਰ ਦੋ ਤਾਂ ਉਹ ਝੜ ਜਾਂਦੀ ਆਪਾਂ ਕਰਦੇ ਹੀ ਆ ਉਹ ਨਹੀਂ ਪਤਾ ਸਾਨੂੰ ਲੱਗਿਆ ਅਗਲੀ ਪੌੜੀ 'ਚ ਆਪਾਂ ਉਹਦਾ ਡਿਟੇਲ ਕਰਾਂਗੇ ਕੋਈ ਨਿੰਦਕ ਹੋਵੇ ਸਤਗੁਰੂ ਕਾ ਇੱਥੇ ਫਿਰ ਪਰਮ ਪਰਮੇਸ਼ਰ ਸਤਗੁਰੂ ਹੈ ਫਿਰ ਸ਼ਰਣੀ ਗੁਰავ ਹੈ ਉਹ ਫਿਰ ਜੇ ਆਪਣੇ ਮੂਲ ਦੀ ਸ਼ਰਨ ਆ ਜਵੇ ਪਿਛਲੇ ਗੁਣੇ ਸਤਗੁਰ ਬਖਸ਼ ਲਾਏ ਫਿਰ ਉਹ ਜਿਹੜਾ ਸਤਗੁਰ ਹੈ ਉਹਦਾ ਮੂਲ ਹੈ ਉਹ ਉਹਦੇ ਫਿਰ ਗੁਣਾ ਬਖਸ਼ ਲਿੰਦਾ ਸਤ ਸੰਗਤ ਨਾਲ ਰਲავ ਹੈ ਇਹ ਹੈਗਾ ਬੇਦਮਤ ਤੂੰ ਇਹ ਕਹਿੰਦੇ ਆ ਵੀ ਇੱਕ ਪਾਪ ਕੀਤਾ ਉਹਨੇ ਪੁੰਨ ਕਰ ਗੁਰਬਾਣੀ ਤਾਂ ਕਹਿੰਦੀ ਪਾਪ ਪੁੰਨ ਤੂੰ ਕਰ ਨਹੀਂ ਸਕਦਾ ਤੂੰ ਆਪਣੇ ਆਪ ਨੂੰ ਲਾਈਟ ਚ ਲਿਆ ਆਪਣੇ ਆਪ ਨੂੰ ਗਿਆਨ ਦੇ ਅੰਦਰ ਲਿਆ ਸ਼ਰਨ ਚ ਆ ਜਾ ਜੇ ਸ਼ਰਨ ਚ ਆ ਜਾਏਗਾ ਤਾਂ ਤੂੰ ਆਪ ਗਿਆਨ ਦੀਆਂ ਗੱਲਾਂ ਕਰੇਗਾ ਤੂੰ ਹੁਕਮ ਦਾ ਵਿਰੋਧ ਛੱਡ ਦੇਗਾ ਪਿਛਲੇ ਗੁਣੇ ਤੇਰੇ ਸਾਰੇ ਉਤਸ ਇਸ ਟਾਈਮ ਬਖਸ਼ੇ ਗਏ ਤੈਨੂੰ ਕੋਈ ਹੋਰ ਸੋਨੇ ਦੀ ਬਿੱਲੀ ਨਹੀਂ ਦੇਣੀ ਪੈਣੀ ਜਿਹੇ ਤੋਂ ਬਿੱਲੀ ਮਾਰ ਗਈ ਉਹ ਤਾਂ ਪਰਮੇਸ਼ਰ ਨੇ ਮਾਰਾਈ ਸੀ ਉਹ ਆਪੇ ਬਖਸ਼ੇ ਗਏ ਕਿਉਂਕਿ ਉਹਨਾਂ ਦਾ ਭਰਮ ਏ ਸੀ ਕਿ ਵੀ ਮੈਂ ਪਾਪ ਕਰਦਾ ਪਾਪ ਤਾਂ ਕਰਦਾ ਹੀ ਨਹੀਂ ਸੀ ਹੁਕਮ ਚ ਚਲਾਇਆ ਜਾ ਰਿਹਾ ਸੀ ਇਹਨੂੰ ਪਤਾ ਨਹੀਂ ਸੀ ਇਹ ਬਿਰੋਧ ਕਰਦਾ ਸੀ ਸਤ ਸੰਗਤ ਨਾਲ ਲਾਵੇ ਸਤ ਸੰਗਤ ਹੈਗੀ ਸੱਚਖੰਡ ਦੀ ਸੰਗਤ ਇਹਦਾ ਅੰਦਰ ਜਿਹੜਾ ਹੈਗਾ ਉਹ ਸਾਧ ਹੈ ਉਹ ਸਾਧ ਸੰਗਤ ਹੈ ਜਿਹੜੀ ਬਾਹਰ ਦੀ ਗੱਲ ਪਰਮੇਸ਼ਰ ਦੇ ਨਾਲ ਇਹਦਾ ਸ਼ਬਦ ਨਾਲ ਸੁਰਤ ਮਿਲਣੀ ਉਹ ਹੈਗਾ ਸਤ ਸੰਗਤੀ ਨਾਲ ਉਹਨਾਂ ਦੇ ਵਿੱਚ ਰਲ ਜਾਂਦਾ ਜਾ ਕੇ ਇਹ ਸਿਪਾਹੀ ਹੈ ਇਹ ਫੌਜੀ ਹੈ ਇਹ ਹੁਣ ਫੌਜ ਦੇ ਵਿੱਚ ਦਾਖਲ ਹੋ ਗਿਆ ਇਹ ਸਿਰਪਾਰ ਸ਼ਬਦ ਆਪਾਂ ਨੂੰ ਥੋੜਾ ਸਮਝਣ ਵਾਲਾ ਹੈ ਪੈ ਵਿੱਚ ਇੰਦ ਫਿਰੇ ਸਿਰਪਾਰ ਪੰਜਾਬੀ ਚ ਦੋ ਸ਼ਬਦ ਹੈ ਇੱਕ ਹੈਗਾ ਸਿਰ ਦੇ ਭਾਰ ਇਕ ਹੈਗਾ ਸਿਰ ਉੱਤੇ ਭਾਰ ਇਹ ਆਪਾਂ ਨੂੰ ਗੁਰਬਾਣੀ ਚ ਅਲੱਗ-ਅਲੱਗ ਜਗ੍ਹਾ ਸਮਝਾਇਆ ਆਪਾਂ ਸਮਝ ਲਈਏ ਭੈ ਵਿੱਚ ਇੰਦ ਫਿਰੇ ਸਿਰ ਭਾਰ ਮਤਲਬ ਸਿਰ ਦੇ ਭਾਰ ਫਿਰ ਰਿਹਾ ਸਿਰ ਥੱਲੇ ਐ ਲੱਤਾਂ ਉੱਪਰ ਤਰ ਟੁੱਟੀ ਗਾਡੋ ਸਿਰ ਭਾਰ ਜੇ ਕਹਿੰਦੇ ਕਿਸੇ ਕਾਰ ਦਾ ਆ ਕਿਸੇ ਵੀਕਲ ਦਾ ਦੋ ਸਪੈਸ਼ਲੀ ਪਹੀਆਂ ਵਾਲੀ ਹੋਵੇ ਜੇ ਉਹਦਾ ਇੱਕ ਪਹੀਆ ਟੁੱਟ ਜਵੇ ਉਹ ਉਲਟ ਜਾਂਦੀ ਐ ਉਹ ਸਿਰ ਦੇ ਭਾਰ ਹੋ ਜਾਂਦੀ ਐ ਜਿਰੋ ਜਾਏ ਰਸਾਤਲ ਪਰਿਓ ਚਿਟੀ ਚਿਟੀ ਸਿਰ ਭਾਰ ਜੇ ਕੋਈ ਬ੍ਰਾਂਚ ਤੇ ਬੈਠਾ ਉਸੇ ਬ੍ਰਾਂਚ ਨੂੰ ਕੱਟਣ ਲੱਗੇ ਉਹ ਵੀ ਕਹਿੰਦੇ ਫਿਰ ਥੱਲੇ ਮੋਸਟਲੀ ਸਿਰ ਦੇ ਭਾਰੇ ਗਿਰਦਾ ਆ ਕੇ ਇਹ ਹੈਗਾ ਸਿਰ ਦੇ ਭਾਰ ਹੁਣ ਹੈਗਾ ਸਿਰ ਭਾਰ ਹਰੂਏ ਹਰੂਏ ਤਿਰ ਗਏ ਡੂਬੇ ਜਿੰਨ ਸਿਰ ਭਾਰ ਇਹਦਾ ਆਪਾਂ ਇੱਕ ਤੁਹਾਨੂੰ ਐਗਜ਼ਾਮ ਉਹ ਵੀ ਦਿਖਾਵਾਂਗੇ ਡਾਇਗਰਾਮ ਵੀ ਸਿਰ ਦੇ ਉੱਪਰ ਭਾਰ ਹੈ ਜਿਵੇਂ ਮੈਂ ਕੁਝ ਸਿਰ ਦੇ ਉੱਪਰ ਚੱਕਿਆ ਹੋਇਆ ਉਹ ਹੁੰਦਾ ਸਿਰ ਉੱਤੇ ਭਾਰ ਉਹ ਗੁਰਬਾਣੀ ਨੇ ਇੱਥੇ ਤੱਕ ਕਲੀਅਰ ਕੀਤਾ ਕੁਝ ਸੱਜਣ ਕਹਿੰਦੇ ਜੀ ਇਹਦੀ ਲੋੜ ਕੀ ਹੈ ਇਹ ਤਾਂ ਬਸ ਠੀਕ ਹੈ ਸਾਨੂੰ ਸਮਝ ਆਈ ਹੋਈ ਹੈ ਆ ਦੇਖ ਲੋ ਜੇ ਆਈ ਹੈ ਤਾਂ ਭਾਈ ਠੀਕ ਹੈ ਨਹੀਂ ਸਮਝ ਲੋ ਸਿਰ ਉੱਤੇ ਭਾਰ ਏ ਕਿ ਕਿਸੇ ਨੇ ਸਿਰ ਦੇ ਉੱਤੇ ਭਾਰ ਚੱਕਿਆ ਜੀ ਤੇ ਚਾਰ ਭਾਰ ਹਮੇਸ਼ਾ ਹੀ ਰਹਿਨੇ ਆ ਹੋਮੋਪੋਪ ਹੋਮੇ ਭਰਮ ਤੇ ਪਾਉ ਦਾ ਹਮੇਸ਼ਾ ਇਹਦੇ ਤੇ ਭਾਰ ਰਹਿੰਦਾ ਉਹ ਚਾਰ ਭਾਰ ਇਹ ਹਮੇਸ਼ਾ ਲੈ ਕੇ ਚੱਲਦਾ ਉਹ ਗਿਆਨ ਵਾਲੇ ਛੁੱਟਦੇ ਆ ਆ ਹੈਗਾ ਸਿਰ ਭਾਰ ਸਿਰ ਦੇ ਭਾਰ ਜੇ ਕੋਈ ਕਿਦੋਂ ਬ੍ਰਾਂਚ ਟੁੱਟ ਜਵੇ ਜਾਂ ਕੁਝ ਹੋ ਜਵੇ ਬਿਲਡਿੰਗ ਦੇ ਉੱਪਰੋਂ ਗਿਰੇ ਉਹ ਇਸ ਤਰ੍ਹਾਂ ਫੇਰ ਆ ਕੇ ਥੱਲੇ ਸਿਰ ਦੇ ਭਾਰ गिरਦਾ ਇਹਨਾਂ ਦੋਹਾਂ ਦਾ ਆਪਾਂ ਨੂੰ ਕਲੀਅਰ ਹੋਣਾ ਚਾਹੀਦਾ ਵੀ ਕਿੱਥੇ ਗੁਰਬਾਣੀ ਵਿੱਚ ਆਪਾਂ ਨੂੰ ਸਿਰ ਭਾਰ ਲਿਖਿਆ ਅਸੰਖ ਕਹੇ ਸਿਰ ਭਾਰ ਹੋਏ ਉਹਦੇ ਸਿਰ ਤੇ ਭਾਰ ਚੜ ਰਿਹਾ ਉਹ ਪਰਮੇਸ਼ਰ ਨੂੰ ਅਸੰਖ ਕਹਿ ਰਿਹਾ ਉਹ ਸੰਖ ਤੋਂ ਵੀ ਵੱਡਾ ਹੈ ਇਹ ਪੰਕਤੀ ਜੋ ਹੈ ਇਹ 18 ਨੰਬਰ ਪੌੜੀ ਦੀ ਸਮਝੋ ਅਖੀਰੀ ਪੰਕਤੀ ਹੈ ਇਸ ਤੋਂ ਬਾਅਦ ਉਹ ਜੋ ਰਿਪੀਟ ਹੋ ਰਿਹਾ ਉਹ ਪੰਕਤੀ ਆਪਾਂ ਦੁਬਾਰਾ ਇੱਕ ਹੋਰ ਐਂਗਲ ਤੋਂ ਵਿਚਾਰ ਲਾਂਗੇ ਇਹ ਜੋ ਸੀਰੀਜ਼ ਚੱਲਦੀ ਸੀ ਨਾਨਕ ਨੀਚ ਕਹੈ ਵਿਚਾਰ ਹੁਣ ਇਹਦੇ ਬਾਰੇ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਲਿਖਿਆ ਹੋਇਆ ਜਿਹੜਾ ਲਗਭਗ ਠੀਕ ਹੈ ਕਿ ਨਾਨਕ ਔਰ ਨੀਚ ਜੋ ਹਨ ਉਹ ਇੱਕ ਦੂਸਰੇ ਇਹਦੇ ਨੀਚ ਸ਼ਬਦ ਜੋ ਹੈ ਇਸ ਤੁਕ ਵਿੱਚ ਸ਼ਬਦ ਨਾਨਕ ਕਰਤਾ ਕਾਰਕ ਹੈ ਅਤੇ ਪੁਲਿੰਗ ਹੈ ਸ਼ਬਦ ਨੀਚ ਵਿਸ਼ੇਸ਼ਣ ਹੈ ਅਤੇ ਪੁਲਿੰਗ ਹੈ ਹੁਣ ਵੀ ਸ਼ਬਦ ਨਾਨਕ ਦੇ ਨਾਲ ਹੀ ਵਰਤਿਆ ਗਿਆ ਹੈ ਸੋ ਨੀਚ ਸ਼ਬਦ ਨਾਨਕ ਦਾ ਵਿਸ਼ੇਸ਼ਣ ਹੈ ਸਤਗੁਰ ਜੀ ਆਪਣੇ ਆਪ ਨੂੰ ਨੀਚ ਆਖਦੇ ਹਨ ਸੋ ਇਹ ਤਾਂ ਹੈ ਉਹਨਾਂ ਦਾ ਪਰ ਜੇ ਨੀਚ ਆਖਦੇ ਹਨ ਫਿਰ ਉਹ ਗੁਰੂ ਕਿਵੇਂ ਹੋ ਜਾਂਦੇ ਹਨ ਉਹਨਾਂ ਤੋਂ ਨੀਚੇ ਆ ਸੱਚਖੰਡ ਹਮੇਸ਼ਾ ਹੀ ਨੀਚਾ ਕੋਈ ਹਮੇਸ਼ਾ ਹੀ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਓ ਨੀਚੇ ਕਹਿਣ ਦਾ ਭਾਵ ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਇਆ ਇੱਥੇ ਜਿਵੇਂ ਕੋਈ ਚੋਰ ਡਾਕੂ ਆ ਉਹ ਨੀਵਾਂ ਆਖਦੇ ਆ ਆਪਣੇ ਆਪ ਨੂੰ ਹਮੇਸ਼ਾ ਹੀ ਭਗਤ ਜੋ ਹੈ ਉਹ ਸ਼ਬਦ ਗੁਰੂ ਤੋਂ ਨੀਵੇਂ ਹੋ ਕੇ ਚੱਲਦੇ ਆ ਪਰ ਅਸੀਂ ਤਾਂ ਭਗਤਾਂ ਨੂੰ ਤਾਂ ਨਹੀਂ ਕਰੇ ਗੁਰੂ ਕਿਹਾ ਪਰ ਅਸੀਂ ਮਹੱਲਿਆਂ ਨੂੰ ਗੁਰੂ ਕਹਿਣ ਲੱਗ ਗਏ ਉਹ ਸਾਡੀ ਨਾ ਸਮਝਦਾ ਫਿਰ ਅਸੀਂ ਇਹ ਪੰਕਤੀ ਦੇ ਅਰਥ ਜਿਕਰਾਂਗੇ ਤਾਂ ਫਸਾਂਗੇ ਇਸ ਤਰ੍ਹਾਂ ਨਹੀਂ ਹੋਰ ਪੰਕਤੀਆਂ ਰਿਪੀਟ ਹੁੰਦੀਆਂ ਹਨ ਉਹਨਾਂ ਦਾ ਵੀ ਆਪਾਂ ਵਿਸਤਾਰ ਕਰ ਲੈਣੇ ਆ ਕਿ ਕਿਸ ਤਰ੍ਹਾਂ ਜਿਹੜੀਆਂ ਹੋਰ ਪੰਕਤੀਆਂ ਆਪਾਂ ਨੂੰ ਇਸੇ ਗੱਲ ਦਾ ਇਸ਼ਾਰਾ ਦਿੰਦੀਆਂ ਨੇ ਇਹ ਸ਼ਬਦ ਪੰਜ ਜਗ੍ਹਾ ਹੋਰ ਆਉਂਦਾ ਹੈ ਆਖਿ ਤਾਂ ਇਹੀ ਹੋ ਗਿਆ ਕੁੱਲ ਮਿਲਾ ਕੇ ਪੰਜ ਵਾਰ ਆਪਾਂ ਨੂੰ ਇਹ ਮਿਲੇਗਾ ਇਸ ਤੋਂ ਇਲਾਵਾ नानक नीच कहे विचार श्री राग वो भी सेम है औंकड़ है दो जगह नानक नीच कहे लिवलाए और एक कुदरती सारे ही महले पहले के शब्द ने नानक नीच कहे विचार ए आसा महला पहला नानक नीच नानकनी दर जाच है कहने से मैं दर ते जाके भिख्या मंग रहे असि कहने वह गुरु है वह कहने निमाणा होकर भिखिया मंगनी पेंदी है मंग पें। मैं दीजे नाम बढ़ाई है उन्होंने को नाम है नहीं वह नाम सचखंड तो मंग रहे हैं ਅਸੀਂ ਕਿਹੜੇ ਪਾਸੇ ਨੂੰ ਤੁਰੇ ਹੋਏ ਹਾਂ ਕਿ ਸਾਡੇ ਕੋਲ ਨਾਮ ਆ ਗਿਆ ਅਸੀਂ ਨਾਮ ਦਰੜ ਕਰਾ ਦਿੰਨੇ ਇਹ ਤਾਂ ਮਹਾ ਝੂਠ ਹੈ ਫਿਰ ਜਾਂ ਆ ਪੰਕਤੀ ਝੂਠੀ ਹੈ ਜਾਂ ਉਹ ਝੂਠੇ ਨੇ ਇਹ ਹੁਣ ਆਪੇ ਫੈਸਲਾ ਸੰਗਤ ਕਰੇ ਤਿੱਖਿਆ ਦਰ ਜਾਚ ਹੈ ਦਰ ਤੇ ਜਾ ਕੇ ਹੈ ਘਰ ਵਿੱਚ ਜਾਣ ਲਈ ਦੋ ਪਦਾਰਥ ਚਾਹੀਦੇ ਨੇ ਉਹਨਾਂ ਨੇ ਆਪਾਂ ਕਿੰਨੀ ਵਾਰ ਨੋ ਕਰ ਚੁੱਕੇ ਹਾਂ ਕਿ ਇੱਕ ਤਾਂ ਹੈਗਾ ਨਾਮ ਪਦਾਰਥ ਦੂਆ ਫਿਰ ਜਨਮ ਪਦਾਰਥ ਮੈਂ DJ ਨਾਮ ਵਡਾਈਏ ਇਹ ਅਰਦਾਸ ਹੈ ਉਹਨਾਂ ਦੀ ਇਹ ਉਹਨਾਂ ਦੀ ਰਾਦਨ ਹੈ ਮਾਰੂ ਮਹੱਲਾ ਪਹਿਲਾ ਨਾਨਕ ਨੀਚ ਕਹੇ ਬੇਨਤੀ ਨਿਮਾਣਾ ਹੋ ਕੇ ਨਾਨਕ ਇਹ ਬੇਨਤੀ ਕਰ ਰਹੇ ਨਿਮਾਣੇ ਹੋ ਕੇ ਕੀਤੀ ਜਾਂਦੀ ਹੈ ਉਹਨਾਂ ਦੀ ਬੇਨਤੀ ਦੇਖ ਲਓ ਦਰ ਦੇਖੋ ਲਿਵ ਲਾਈ ਹੈ ਵੀ ਮੈਨੂੰ ਦਰ ਤੇ ਆਏ ਹੋਏ ਨੂੰ ਮੈਂ ਤਾਂ ਲਿਵ ਲਾਈ ਬੈਠਾ ਹੁਣ ਮੈਨੂੰ ਦੋ ਪਦਾਰ ਸੋਰ ਦੇ ਜੀ ਗੁਰੂ ਵੀ ਕਰੇ ਐ ਮੰਗਦੇ ਹੁੰਨੇ ਸਤਗੁਰ ਮੰਗਦਾ ਕਿ ਮੈਨੂੰ ਹੁਣ ਮੇਰੀ ਸ਼ਬਦ ਸੁਰਤ ਦਾ ਮੇਲ ਮੈਨੂੰ ਸੱਚਖੰਡ ਵਿੱਚ ਰਲਾ ਲਿਆ ਜਾਵੇ ਏ ਹੈ ਸਾਡੀ ਜੋ ਗੁਰਮਤ ਹੈ ਅਸੀਂ ਇਸ ਤਰ੍ਹਾਂ ਸਮਝਣਾ ਹੈ ਹੋਰ ਕਿਤੋਂ ਸਿਮਰਤ ਸ਼ਾਸਤਰ ਤੋਂ ਅਰਥ ਲੈ ਕੇ ਗੁਰਬਾਣੀ ਨੇ ਗੁਰੂ ਸ਼ਬਦ ਨੂੰ ਸਭ ਤੋਂ ਨੀਵਾਂ ਦੱਸਿਆ ਅਸੀਂ ਨਾ ਸਮਝੀ ਚ ਕਹਿੰਦੇ ਗੁਰੂ ਭਗਤ ਸਭ ਤੋਂ ਉੱਚਾ ਸ਼ਬਦ ਹੈ ਭਗਤਾਂ ਦੇ ਸੰਸਾਰੀਆਂ ਲਿਖਿਆ ਗੁਰੂਆਂ ਦੇ ਸੰਸਾਰੀਆਂ ਤਾਂ ਨਹੀਂ ਲਿਖਿਆ ਗੁਰੂ ਤਾਂ ਹੁੰਦੇ ਹੀ ਸੰਸਾਰੀ ਹੈ ਭਾਈ ਭਗਤ ਦੀ ਵਡਿਆਈ ਹੋਈ ਹੋਈ ਹੈ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਤਾਂ ਸਮਝਾਂਗੇ ਨਹੀਂ ਇਹ ਤਾਂ ਅਸੰਖ ਮਲੇਸ਼ ਮਲਪਾ ਖਾਈਆਂ ਇਹ ਸਾਨੂੰ ਇਸ ਗੱਲ ਦਾ ਜੋ ਅਸੀਂ ਲੋਕਾਂ ਨੂੰ ਕਹਿੰਦੇ ਫਿਰਦੇ ਸ਼ਾਇਦ ਸਾਡੇ ਤੇ ਲੱਗ ਜਾਏਗੀ ਵਾਰਿਆਂ ਜਾਂ ਮੈਂ ਇੱਕ ਵਾਰ ਮੱਤਾਂ ਚਲੀਆਂ ਹੋਈਆਂ ਇੱਕ ਇੱਕ ਵਾਰ ਸਾਲ ਚ ਜਾਂ ਹਫ਼ਤੇ ਚ ਇਕਾदशी ਦਾ ਵਰਤ ਵੀ ਇੱਕ ਵਾਰ ਹੀ ਹੈ ਉਹਨੂੰ ਬੜਾ ਇੰਪੋਰਟੈਂਟ ਸਮਝਿਆ ਉਹ ਕਹਿੰਦੇ ਸੀ ਇਕਾदशी ਵਰਤ ਰਹੀਂ ਵਰਤ ਰਹੀਂ ਇੱਕ ਦਸ਼ਾ ਨੂੰ ਤੁਰਨ ਦਾ ਪ੍ਰੋਮਿਸ ਰਹੇ ਵਰਤ ਹੁੰਦਾ ਪ੍ਰਤੀਗਿਆ ਕਰਨ ਵੀ ਮੈਂ ਸਿਰਫ ਮੂਲਵਾਲ ਨੂੰ ਹੀ ਜਾਣਾ ਮੰਨ ਨੂੰ ਕਹੇ ਮਾਇਤ ਨਹੀਂ ਜਾਣਾ ਇਹ ਵਰਤ ਹੈ ਕੋਈ ਠਾਈ ਦਿਨ ਦਾ ਰੱਖ ਲਿੰਦਾ ਕਬੀਰ ਜੀ ਕਹਿੰਦੇ ਉਹ ਤਾਂ ਇਕੱਠਾ ਹੀ ਠਾਈ ਰੱਖ ਲੈਣੇ ਆ ਜਿਹੜੇ ਇੱਕ ਮੱਤ ਵਾਲੇ ਆ ਉਹ ਇਕਾदशी ਕਰਕੇ ਠਾਈ ਕਰ ਲੈਣੇ ਹੈ ਹੈ ਅੰਦਰ ਦੋਹਾਂ ਦੇ ਸੱਚ ਨਹੀਂ ਹੈ ਤੂੰ ਜੋਤ ਤੂੰ ਭਾਵੇਂ ਸਾਈ ਪਲ ਹੀ ਕਰ ਤੂੰ ਤਾਂ ਹਮੇਸ਼ਾ ਹੀ ਕਾਰ ਕਰ ਰਹੇ ਮੈਂ ਤਾਂ ਹਮੇਸ਼ਾ ਹੀ ਤੇਰੀ ਸਿਫਤ ਕਰਨੀ ਹੈ ਇਹ ਕੋਈ ਥੋੜੇ ਵੀ ਮੈਂ ਇੱਕ ਦਿਨ ਤੈਨੂੰ ਸਮਝ ਲਿਆ ਤੇ ਸਾਰਾ ਸਾਲ ਭੁੱਲੀ ਫਿਰਾਂ ਮੈਂ ਤਾਂ ਹਮੇਸ਼ਾ ਹੀ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਇਹ ਅਸੀਂ ਕਿਹਾ ਹੋਇਆ ਵੀ ਉਹ ਪੰਚਮ ਪਾਸ਼ਾ ਉਹ ਭੇਜਿਆ ਸੀ ਵਿਆਹ ਦੀ ਚਿੱਠੀ ਦੇ ਕੇ ਉਹ ਚੌਥੇ ਪਾਤਸ਼ਾਹ ਨੂੰ ਕਹਿ ਰਹੇ ਆ ਉਹ ਆਪਣੇ ਮੂਲ ਨੂੰ ਕਹਿ ਰਹੇ ਆ ਚੌਥੇ ਪਾਤਸ਼ਾਹ ਨੂੰ ਨਹੀਂ ਕਹਿ ਰਹੇ ਚੌਥੇ ਪਾਤਸ਼ਾਹ ਨੇ ਤਾਂ ਉਹਨਾਂ ਨੂੰ ਇਹ ਗਿਆਨ ਦਿੱਤਾ ਸੀ ਸੋ ਜੋ ਤੁਦਭਾਵ ਹੈ ਸਾਈ ਭਲੀਕਾਰ ਇਹ ਆਪਣੀ ਜੋ ਅਰਦਾਸ ਹੈ ਇਹੀ ਭਗਤਾਂ ਨੇ ਮੰਨਿਆ ਜੋ ਪਰਮੇਸ਼ਰ ਨੇ ਕੀਤਾ ਉਹ ਭਲਿਓ ਹੀ ਹੁੰਦੀ ਹੈ ਕਾਰ ਕਿਉਂਕਿ ਉਹ ਆਪ ਜੋ ਪਰਮੇਸ਼ਰ ਦਾ ਹਿੱਸਾ ਪਰ ਜਿਹੜਾ ਮੇਰਾ ਮੂਲ ਹੈ ਜਿਹੜਾ ਆਰਾਮ ਕੀਦਰਗ ਹੈ ਜਿਹੜਾ ਰਾਮ ਹੈ ਰਾਮ ਨੂੰ ਕਿਹਾ ਤੂੰ ਸਦਾ ਸਲਾਮਤ ਮਿਰੰਕਰ RAM ਜਿਹੜਾ ਹੈਗਾ ਇਹ ਸਦਾ ਸਲਾਮਤ ਹੈ ਜਿਹੜਾ ਹੁਕਮ ਹੈ ਉਹ ਸਦਾ ਸਲਾਮਤ ਨਹੀਂ ਹੈ ਤਾਂ ਹੀ ਸਤਗੁਰ ਵੱਡਾ ਹੈ ਉਮਰ ਕਰਕੇ ਸਭ ਤੋਂ ਵੱਡਾ ਸਤਗੁਰ ਕਿਉਂ ਹੈ ਕਿਉਂਕਿ ਸਤਗੁਰ ਦੀ ਉਮਰ ਲੰਬੀ ਹੈ ਪਰ ਹੁਕਮ ਜਦੋਂ ਚੱਲਦਾ ਹੈ ਫਿਰ ਹੁਕਮ ਵੱਡਾ ਪਰ ਹੁਕਮ ਜਿਹੜਾ ਹੈਗਾ ਉਹ ਸਦਾ ਨਹੀਂ ਚੱਲਦਾ ਸਤਗੁਰ ਸਦਾ ਰਹਿੰਦਾ ਤਾਂ ਕਿਹਾ ਸਭ ਤੋਂ ਵੱਡਾ ਸਤਗੁਰ ਸਮੇਂ ਕਰਕੇ ਸਭ ਤੋਂ ਵੱਡਾ ਕਿਉਂਕਿ ਕੋਈ ਬ੍ਰੇਕੇ ਨਹੀਂ ਹੈ ਉਹ ਜਿੱਦਣ ਦਾ ਆਇਆ ਸਤ ਇੱਥੇ ਹੀ ਜਿੱਦਣ ਦੀ ਜੋ ਵੀ ਸਿਸਟਮ ਚੱਲ ਰਿਹਾ ਸਤਗੁਰ ਤਾਂ ਕਿਤੇ ਗਿਆ ਹੀ ਨਹੀਂ ਚਾਹੇ ਹੁਕਮ ਚੱਲ ਰਿਹਾ ਚਾਹੇ ਨਹੀਂ ਉਹ ਤਾਂ ਸਦਾ ਹੈ ਹੁਕਮ ਦੇ ਸਮੇ ਸਤਗੁਰ ਹੁਕਮ ਦਾ ਹਿੱਸਾ ਹੁਕਮ ਵੱਡਾ ਹੁਕਮ ਤੋਂ ਬਾਹਰ ਸਤਿਗੁਰਮਹਾਰਾਜ ਵੱਡਾ ਹੀ ਹੈ ਜਦੋਂ ਮਰਨ ਦਾ ਮਹੌਰਤ ਪੁੱਛਿਆ ਉਹ ਕਹਿੰਦੇ ਜਦੋਂ ਮੌਤ ਆਉਂਦੀ ਹੈ ਉਹ ਕੋਈ ਤੁਹਾਨੂੰ ਮਹੌਰਤ ਪੁੱਛਦੀ ਹੈ ਜਿਵੇਂ ਤੁਸੀਂ ਵਿਆਹਾਂ ਦੇ ਮਹੌਰਤ ਲਗਨ ਕੱਢਦੇ ਫਿਰਦੇ ਹੋ ਪੁੱਛੀ ਥਿਤਨਾ ਵਾਰ ਉਹ ਨਹੀਂ ਪੁੱਛਦਾ ਉਸ ਤਰ੍ਹਾਂ ਹੀ ਮੈਂ ਵੀ ਥਿਤਵਾਰ ਦੀ ਪਰਵਾਹ ਨਹੀਂ ਕਰਦਾ ਮੈਂ ਚਾਹੇ ਗੁਰਬਾਣੀ ਚ 12 ਮਾਹਾ ਥਿੱਤਾਂ ਲਿਖੀਆਂ ਉਹਨਾਂ ਦਾ ਮਤਲਬ ਇਹ ਨਹੀਂ ਵੀ ਇੱਕ ਥਿੱਤਾਂ ਵਾਲੇ ਦਿਨ ਹੀ ਉਹ ਕੰਮ ਕਰਨਾ ਜੇ ਮੰਗਲਵਾਰ ਨੂੰ ਕੋਈ ਉਪਦੇਸ਼ ਦਿੱਤਾ ਉਹ ਅਸੀਂ ਸ਼ੁੱਕਰਵਾਰ ਨੂੰ ਨਹੀਂ ਕਰ ਸਕਦੇ ਇਹੀ ਜੀਆਂ ਗੱਲਾਂ ਨਹੀਂ ਹੈ ਉਹ 24 ਘੰਟੇ ਦਾ ਹੀ ਉਪਦੇਸ਼ ਮੰਨਣਾ ਉਹ ਫਿਰਦੇ ਦੇ ਵਿੱਚ ਕਹੀ ਜੀ ਰੁੱਤ ਕਹੀ ਜੀ ਥਿੱਤ ਪੈਦਾ ਕਰਨੀ ਆ ਉਹਦੇ ਬਾਰੇ ਦੱਸਿਆ ਸੋ ਵਾਰਿਆਂ ਨਾ ਜਾਵਾ ਇੱਕ ਵਾਰ ਕਹਿਣ ਦਾ ਭਾਵ ਸਾਡੇ ਲਈ ਕੋਈ ਵਾਰ ਸਪੈਸ਼ਲ ਨਹੀਂ ਹੈ ਸਾਡੇ ਲਈ ਤਾਂ 24 ਘੰਟੇ ਹੀ ਹਮੇਸ਼ਾ ਹੀ ਜਦੋਂ ਸਾਡੀ ਸੁਰਤ ਜੁੜਦੀ ਹੈ ਉਹੀ ਤਾਂ ਅਮਰਤ ਵੇਲਾ ਹੈ ਉਹ ਅੰਮ੍ਰਿਤ ਵੇਲੇ ਤੇ ਅਸੀਂ ਰਹਿਣਾ ਹਮੇਸ਼ਾ ਕੋਈ ਖਾਸ ਦਿਨ ਸਾਡੇ ਲਈ ਅੰਮ੍ਰਿਤ ਵੇਲਾ ਨਹੀਂ ਕੋਈ ਖਾਸ ਸਮਾਂ ਸਾਡੇ ਲਈ ਅੰਮ੍ਰਿਤ ਵੇਲਾ ਨਹੀਂ ਇੱਥੇ ਅੱਜ ਆਪਾਂ ਸਮਾਪਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ